ਮਾਲੀ ਮਾਲੀ ਫਾਈਨਲ ਦਾ ਮੈਚ ਬੋਲਦੇ ਮੁੰਡਿਆਂ ਦਾ ਆ ਜਾ, ਛੋਟੀ ਉਮਰ ਦੇ ਮੁੰਡੇ ਤੇਰੇ ਨਾਲ ਖੇਡਦੇ ਆ ਜਾ, ਆ ਜਾ ਭੱਜ ਕੇ ਸ਼ਾਬਾਸ਼। ਪੰਜਾਬੀ ਜਾਗਰਣ ਤੋਂ ਤਾਰੀ ਲੋਧੀਪੁਰੀ ਪੁੱਜੇ। ਤਾਰੀ ਜੀ ਆਜੋ ਸਾਡੇ ਲਾਗੇ, ਬਹੁਤ ਬਹੁਤ ਧੰਨਵਾਦ। ਪ੍ਰੈਸ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਜਿੰਨਾ ਵੀ ਵੱਖ ਵੱਖ ਨਗਰਾਂ ਦੇ ਵਿੱਚੋਂ ਮੀਡੀਆ ਪੁੱਜਿਆ, ਤਾਰੀ ਜੀ ਆਜੋ ਵਿੱਚੇ ਗਰਾਉਂਡ ਦੇ, ਵਿੱਚੇ ਗਰਾਉਂਡ ਦੇ, ਇੱਧਰ ਇੱਧਰ ਬਾਂਹ ਸਾਊਂਡ ਵਾਲੇ ਪਾਸੇ ਧਿਆਨ ਦਿਓ, ਉਧਰਲੇ ਪਾਸੇ ਖੱਬੇ ਪਾਸੇ ਨੂੰ। ਬਹੁਤ ਬਹੁਤ ਧੰਨਵਾਦ ਤਾਰੀ ਜੀ, ਲੋਧੀਪੁਰੀ ਪ੍ਰੈਸ ਮੀਡੀਆ ਦੇ ਵਿੱਚ ਨਾਮ ਵੱਡਾ ਹੈ, ਇਹ ਜਿੰਨੇ ਵੀ ਸਾਡੇ ਵੀਰ ਪੁੱਜੇ ਸਭ ਦਾ ਵੱਡਾ ਧੰਨਵਾਦ। ਮੈਚ ਸ਼ੁਰੂ ਕਰਵਾ ਦਈਏ ਭਾਜੀ, ਫਾਈਨਲ ਮੈਚ ਹੈ, ਇਹਨਾਂ ਤੋਂ ਬਾਅਦ ਤਕੜਾ ਫਾਈਨਲ ਹੋਣਾ, ਰਾਹੂ ਵਰਸਸ ਕਰੀਆ ਵੀ ਟੀਮਾਂ, ਸੋਰੀ ਰਸੂਲਪੁਰ ਵਰਸਸ ਕਰੀਆ। ਲੋ ਕਹਿੰਦੇ ਫਾਈਨਲ ਮੁਕਾਬਲਾ ਕਹਿੰਦੇ ਸ਼ੁਰੂ ਹੋਣ ਲੱਗਾ, 65 ਕਿਲੋ ਭਾਰ ਰੱਖਦਾ ਪਹਿਲੀ ਕਬੱਡੀ ਕਹਿੰਦੇ ਰਸੂਲਪੁਰ ਵੱਲੋਂ, ਕਹਿੰਦੇ ਰਾਹੁਲ ਨੇ ਪਾ ਦਿੱਤੀ ਮੇਰੇ ਪੰਜਾਬੀ ਵੀਰੋ ਕੇ ਮੱਥਾ ਟੇਕਿਆ, ਗੱਭਰੂ ਨੇ ਹੱਥ ਜੋੜੇ ਲੱਗਾ ਰੱਬ ਨੂੰ ਇਹ ਧਿਆਨ ਲੁੱਟੋ, ਜੇ ਥਾਪੜਾ ਬੱਬਰ ਸ਼ੇਰ ਨੂੰ ਰਾਹੁਲ ਚੱਲਿਆ ਕਬੱਡੀਆਂ ਪਾਉਣ ਲੁੱਟੋ। ਤੇ ਪਹਿਲਾ ਨੰਬਰ ਕਹਿੰਦੇ ਰਸੂਲਪੁਰ ਵਾਲਾ ਆਪਣੀ ਟੀਮ ਦੇ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ, ਚੱਲ ਬਈ ਰਮਨ ਸਿਆ ਪਾ ਫਿਰ ਕਬੱਡੀ। ਉੱਧਰ ਕਹਿੰਦੇ ਸ਼ਾਲੀ ਵਰਗੇ ਮੇਰੇ ਪੰਜਾਬੀ ਵੀਰੋ ਹੈਰੀ ਵਰਗੇ ਕਹਿੰਦੇ ਚਾਰ ਜਾਫੀ ਤਿਆਰ ਨੇ, ਦੇਖਦੇ ਆ ਕਿਹਦੇ ਨਾਲ ਹੁੰਦੀਆਂ ਹੱਥ ਜੋੜੀਆਂ, ਇਹ ਆਉਣ ਵਾਲਾ ਸਮਾਂ ਦੱਸੂ। ਤੇ ਸਾਹਮਣੇ ਕਹਿੰਦੇ ਹੈਰੀ ਤੇ ਰਮਨ ਹੋ ਬੱਲੇ ਬੱਲੇ ਕੇ ਨਹੀਂ ਲੱਗਿਆ ਹੋਇਆ ਜ਼ੋਰ, 30 ਸੈਕਿੰਡ ਸਮੇਂ ਦੀ ਗੱਲ, ਬੱਲੇ ਬੱਲੇ ਬੱਲੇ। ਨੰਬਰ ਕਹਿੰਦੇ ਹੈਰੀ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ, ਚੱਲ ਵੀ ਗੱਭਰੂਏ ਪਾ ਫਿਰ ਕਬੱਡੀ। ਕਹਿੰਦੇ ਸਿੱਖ ਸਰਦਾਰ ਗੱਭਰੂ ਦੀ ਪਾਈ ਹੋਈ ਰੇਡ ਹੈ, ਤੇ ਸਾਹਮਣੇ ਕਹਿੰਦੇ ਇੱਕ ਕੰਨੀ ਤੇ ਗਿਆਨੀ ਲੱਗਾ ਏ, ਨਾਲੇ ਕਹਿੰਦੇ ਰਮਣੀ ਲੱਗਿਆ ਮੇਰੇ ਪੰਜਾਬੀ ਵੀਰੋ ਕੇ, ਦੇਖਦੇ ਪੌਣ ਡੱਕ ਪਾਉਂਦਾ ਤੇ ਸਾਹਮਣੇ ਰਮਣੀ ਦੇ ਨਾਲ ਹੱਥ ਜੋੜੀਆਂ ਸਿੱਖ ਸਰਦਾਰ ਗੱਭਰੂ, ਬੜਾ ਤਜਰਬੇਕਾਰ ਖਿਡਾਰੀ, ਬੱਲੇ 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 ਬੱਲੇ, ਤਾੜੀ ਮਾਰਦੇ ਮੇਰੇ ਪੰਜਾਬੀ ਵੀਰੋ। ਇਹ ਕਹਿੰਦੇ ਮੂਸਾ ਬਰੋਲਾ ਕਹਿੰਦੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ, ਚੱਲ ਵੀ ਗੱਭਰੂ ਪਾ ਫਿਰ ਕਬੱਡੀ। ਇੱਕ ਕੰਨੀ ਤੇ ਸ਼ਾਲੀ ਹੈ ਨਾਲੇ ਹੈਰੀ ਹੈ, ਕਿ ਮੁੱਲ ਪੈਣ ਸਰੀਰਾਂ ਦੇ ਜਿਨ੍ਹਾਂ ਨੇ ਲਾਈਆਂ ਮਿਹਨਤਾਂ ਉੱਠ ਕੇ, ਧੰਨ ਜ਼ੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ, ਇਹ ਅੜੀਅਰ ਘੋੜੇ ਨੇ ਪਰ ਹੀ ਜਾਂਦੇ ਨੇ ਮਨਮਾਨੀ, ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ, ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਲੋ ਕਹਿੰਦੇ ਭੀੜ ਦੀ ਕਬੱਡੀ ਹੈ, ਆ ਵੀ ਮੁੰਡੇ ਨੇ ਕਹਿੰਦੇ ਪੱਖੇ ਜਿੱਤੀ ਹੈ, ਕਹਿੰਦੇ ਚਾਂਦੀ ਦੀਆਂ ਚੈਨਾਂ ਜਿੱਤੀਆਂ ਮੇਰੇ ਪੰਜਾਬੀ ਵੀਰੇ 65 ਕਿਲੋ ਭਾਰ ਵਿੱਚ, ਇਹ ਹੈ
ਪੀਰ ਰਸੂਲਪੁਰ ਦੀ ਧਰਤੀ ਦਾ ਚੱਲ ਵੀ ਗੱਭਰੂ ਪਾਫਰ ਕਬੱਡੀ ਉੱਧਰ ਚਾਰ ਜਾਫੀ ਐਨ ਦੇਖ ਰਹੇ ਨੇ ਕਹਿੰਦੇ ਰਮਨ ਦੀ ਪਾਈ ਹੋਈ ਰੇਡ ਮੋਰ ਵਾਂਗੂ ਪਾਈ ਹੋਈ ਪੈਲ ਹੁਣ ਡੱਟੂ ਕੇ ਨਹੀਂ ਤੇ ਨੰਬਰ ਲੈ ਕੇ ਕਹਿੰਦੇ ਰਮਨ ਹੋ ਗਿਆ ਹੋ ਗਿਆ ਹੋ ਗਿਆ ਚੱਲ ਵੀ ਰਾਹੁਲ ਸੇ ਪਾਫਰ ਕਬੱਡੀ ਆ ਵੀ ਕਹਿੰਦੇ ਗੁਰਪ੍ਰੀਤ ਜੱਗੀ ਆਣੇ ਵਾਲੇ ਕੋਲ ਕਹਿੰਦੇ ਤਕੜੀ ਮਿਹਨਤ ਕਰਦਾ ਮੁੰਡਾ ਕਹਿੰਦੇ ਹਜੇ ਦੋ ਹਫ਼ਤੇ ਹੋਏ ਮੁੰਡੇ ਨੂੰ ਮਿਹਨਤ ਲਾਉਂਦੇ ਨੂੰ ਕਹਿੰਦੇ ਅੱਜ ਕਹਿੰਦੇ ਰਸੂਲਪੁਰ ਦੀ ਧਰਤੀ ਦੇ ਕਹਿੰਦੇ ਓਪਨ ਦੇ ਵਿੱਚ ਤਗੜੀਆਂ ਕਬੱਡੀਆਂ ਪਾ ਕੇ ਕਹਿੰਦੇ ਵਧੀਆ ਪ੍ਰਦਰਸ਼ਨ ਕੀਤਾ ਦੇ ਸਾਹਮਣੇ ਮੂਸਾਪੁਰ ਵਾਲਾ ਤੇ ਰਾਹੁਲ ਰਾਹੁਲ ਤੇ ਮੂਸਾਪੁਰ ਵਾਲਾ ਤੇ ਕਹਿੰਦੇ ਰਾਹੁਲ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ ਲੈ ਵੀ ਰੋਣ ਤੇਰੇ ਚਾਚਾ ਜੀ ਹੁਣ ਵੱਲੋਂ 100 ਰੁਪਏ ਦੇ ਵੱਡੇ ਮਾਣ ਸਨਮਾਨ ਆਏ ਗੱਭਰੂਆ ਆ ਕੇ ਪ੍ਰਾਪਤ ਕਰ ਲਵੀ ਤੇ ਸਾਹਮਣੇ ਕਹਿੰਦੇ ਪਾਹੀ ਰੇਡ ਮੂਸਾਪੁਰ ਦੀ ਧਰਤੀ ਦਾ ਤੇ ਇੱਕ ਕੰਨੀ ਤੇ ਸ਼ਾਲੀ ਹੈ ਨਾਲੇ ਹੈਰੀ ਹੈ ਤੇ ਆ ਵੀ ਮੇਰੇ ਵੀਰੇ ਗੱਭਰੂ ਬੜਾ ਕਬੱਡੀ ਅੱਤ ਖੇਡਦਾ ਏ ਇੱਕ ਪਾਸੇ ਮੂਸਾਪੁਰ ਦੀ ਧਰਤੀ ਦਾ ਕਿ 30 ਸੈਕਿੰਡ ਸਮੇਂ ਦੀ ਗੱਲ ਹੰਦੇ ਦੇ ਵਿਚਕਾਰ ਮੁਕਾਬਲਾ ਹੁਣ ਹੋ ਬੱਲੇ ਬੱਲੇ ਨੰਬਰ ਕਹਿੰਦੇ ਮੂਸਾਪੁਰ ਵਾਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਏ ਚੱਲ ਵੀ ਗੱਭਰੂ ਪਾਫਰ ਕਬੱਡੀ ਕਿ ਸਿੱਖੀ ਵੀ ਕਾਇਮ ਹੈ ਕਬੱਡੀ ਵੀ ਕਾਇਮ ਹੈ ਮੇਰੇ ਪੰਜਾਬੀ ਵੀਰੇ ਇੱਕ ਸੈਡ ਤੇ ਕਹਿੰਦੇ ਗਿਆਨੀ ਲੱਗਿਆ ਏ ਨਾਲੇ ਰਮਣੀ ਲੱਗਿਆ ਏ ਗਿਆਨੀ ਦੇ ਨਾਲ ਹੋ ਗਈਆਂ ਹੱਥ ਜੋੜੀਆਂ ਝਾਂਜਰਾਂ ਵਾਲਾ ਗਿੱਟਾ ਕੀਤਾ ਕੈਦ ਹੂਟਰ ਬੋਲਣੇ ਨਤੀ ਨਹੀਂ ਆਉਂਦਾ ਕਿ ਆ ਗਈ ਜਾਨ ਸ਼ਿਕੰਜੇ ਅੰਦਰ ਜੂ ਬੈਨਣ ਵਿੱਚ ਗੰਨਾ ਕਿ ਆ ਗਈ ਜਾਨ ਸ਼ਿਕੰਜੇ ਅੰਦਰ ਜੂ ਬੈਨਣ ਵਿੱਚ ਗੰਨਾ ਤੇ ਸਾਹਮਣੇ ਰਮਨ ਦੀ ਪਾਈ ਹੋਈ ਰੇਡ ਹੈ ਕਹਿੰਦੇ ਸ਼ਾਲੀ ਦੇ ਕਹਿੰਦੇ ਓਪਨ ਦੇ ਵਿੱਚ ਤਕੜੇ ਜੱਫੇ ਲਾਏ ਮੇਰੇ ਪੰਜਾਬੀ ਵੀਰਿਓ ਲੋ ਸ਼ਾਲੀ ਤੇ ਰਮਨ ਸ਼ਾਲੀ ਤੇ ਰਮਨ ਹੁਣ ਕੌਣ ਕਰਾਉਂਦਾ ਬੱਲੇ ਬੱਲੇ ਸ਼ਾਲੀ ਵੀ ਬੜਾ ਤਜਰਬੇਕਾਰ ਖਿਡਾਰੀ ਰਮਨ ਵੀ ਬੜਾ ਤਜਰਬੇਕਾਰ ਤਾੜੀ ਮਾਰਦੇ ਮੇਰੇ ਪੰਜਾਬੀ ਵੀਰੇ ਜਿਹਨੂੰ ਜਿਹਨੂੰ ਜੱਫਾ ਵਧੀਆ ਲੱਗਿਆ ਇਹ ਆ ਸ਼ਾਲੀ ਮੇਰੇ ਪੰਜਾਬੀ ਵੀਰਿਓ ਬੁਣਾ ਚੋਰ ਦੀ ਧਰਤੀ ਦਾ ਕਿ ਚੱਲ ਵੀ ਭੀੜ ਸਿਆ ਪਾਫਰ ਕਬੱਡੀ ਉੱਧਰ ਮੂਸਾਪੁਰ ਦੀ ਧਰਤੀ ਦੇ ਤੈਨੂੰ ਉਡੀਕ ਰਹੇ ਨੇ ਤੇ ਭੀਰ ਕਹਿੰਦੇ ਹੱਥ ਨਹੀਂ ਧਰਾਉਂਦਾ ਤੇ ਨੰਬਰ ਕਹਿੰਦੇ ਭੀਰ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ ਲੈ ਵੀ ਸ਼ਾਲੀ ਸਿਆ ਤੇਰੇ ਲਈ 100 ਰੁਪਏ ਪੁੱਜਿਆ ਬੱਗੀ ਭਰਾ ਵੱਲੋਂ ਆਪ ਵੀ ਕਬੱਡੀ ਦਾ ਵਧੀਆ ਪਲੇਅਰ ਹੈ ਆ ਕੇ ਗੱਭਰੂ ਪ੍ਰਾਪਤ ਕਰ ਲਵੀ ਤੇ ਸਾਹਮਣੇ ਕਹਿੰਦੇ ਕਹਿੰਦੇ ਰਸੂਲਪੁਰ ਦੀ ਧਰਤੀ ਨੇ ਕਹਿੰਦੇ ਬੜੇ ਕਹਿੰਦੇ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ 30 ਸੈਕਿੰਡ ਸਮੇਂ ਦੀ ਗੱਲ ਕੌਣ ਕਰਾਉਂਦਾ ਬੱਲੇ ਬੱਲੇ ਹੁਣ ਦੇਖਦੇ ਆ 30 ਸੈਕਿੰਡ ਸਮੇਂ ਦੀ ਗੱਲ ਕਹਿੰਦੇ ਪੁੱਠੀ ਪਾ ਦਿੱਤੀ ਹੈ ਤੇ ਨੰਬਰ ਰਸੂਲਪੁਰ ਵਾਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ ਬਹੁਤ ਬਹੁਤ ਧੰਨਵਾਦ ਗੁਰਪਾਲ ਸਿੰਘ ਦੀ ਪਾਲੀ ਜੋ ਲਾਈਵ ਹੀ ਜੁੜੇ ਆ ਤੇ ਅੱਜ ਦੇ ਖੇਡ ਮੇਲੇ ਲਈ 30,000 ਰੁਪਇਆ ਪੁੱਜਦਾ ਕਰਦੇ ਆ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਨਾਲ ਗੁਰਸ਼ਰਨ ਸਿੰਘ ਦੀ ਅਟਵਾਲ ਕੈਨੇਡਾ 25,000 ਸਰਦਾਰ ਬਹਾਦਰ ਸਿੰਘ ਦੀ ਸਾਧੜਾ USA 25,000 ਸਰਦਾਰ ਤਰਸੇਮ ਸਿੰਘ ਦੀ ਸਾਧੜਾ UK 10,100 ਰੁਪਇਆ ਸਰਦਾਰ ਜਤਿੰਦਰ ਸਿੰਘ ਦੀ ਸਾਧੜਾ ਕੈਨੇਡਾ 10,000 ਉੱਥੇ ਸਰਦਾਰ ਰਾਜਨਪ੍ਰੀਤ ਸਿੰਘ ਦੀ ਦਿਓਲ USA 10,000 ਸਰਦਾਰ ਗੁਰਦੇਵ ਸਿੰਘ ਦੀ ਸਾਧੜਾ ਕੈਨੇਡਾ 10,000 ਕਰਨੈਲ ਸਿੰਘ ਦੀ ਸਾਧੜਾ ਕੈਨੇਡਾ 10,000 ਗੁਰਨਾਮ ਸਿੰਘ ਜਰਨੈਲ ਸਿੰਘ ਸਾਧੜਾ ਕੈਨੇਡਾ 10,000 ਜਗਦੀਪ ਸਿੰਘ ਸਾਧੜਾ ਆਸਟ੍ਰੇਲੀਆ 5,000 ਸਰਦਾਰ ਬੂਟਾ ਸਿੰਘ ਦੀ ਸਾਧੜਾ ਕੈਨੇਡਾ
ਉਹਨਾਂ ਵੱਲੋਂ ਵੀ 5000 ਅੱਜ ਦੇ ਖੇਡ ਮੇਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ। ਸਰਦਾਰ ਗਿਆਨ ਸਿੰਘ ਦੀ ਦਿਓਲ ਕੈਨੇਡਾ, ਉਹਨਾਂ ਵੱਲੋਂ ਵੀ 5000। ਜਸਕਰਨ ਸਿੰਘ ਦੀ ਅਟਵਾਲ ਕੈਨੇਡਾ 5000। ਸਰਦਾਰ ਬਲਵੀਰ ਸਿੰਘ ਦੀ ਅਟਵਾਲ, ਜਿਹਨਾਂ ਵੱਲੋਂ 2 ਦਿਨ ਦੀ ਲੰਗਰ ਦੀ ਸੇਵਾ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਹਰਦਿਆਲ ਸਿੰਘ ਦੀ ਦਿਓਲ ਕੈਨੇਡਾ, ਉਹਨਾਂ ਵੱਲੋਂ ਵੀ 5000। ਬਲਿਹਾਰ ਸਿੰਘ ਦੀ ਸਾਧੜਾ 5000। ਤੀਰਥ ਸਿੰਘ ਦੀ ਸਾਧੜਾ ਨਿਊਜ਼ੀਲੈਂਡ ਵਾਲੇ, ਉਹਨਾਂ ਵੱਲੋਂ ਵੀ 5000 ਦਿੱਤਾ ਜਾ ਰਿਹਾ ਅੱਜ ਦੇ ਖੇਡ ਮੇਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਬ੍ਰਾਂਡ ਕਬੱਡੀ ਮਾਰਿਆ ਤੇ ਗੱਲ ਮਾਲੀ ਕਰੂਗਾ। ਉਹ ਕਹਿੰਦੇ ਬ੍ਰਾਂਡ ਦੀ ਕਬੱਡੀ ਆ ਧੋਨੀ ਹੈ ਮੇਰੇ ਪੰਜਾਬੀ ਵੀਰੋ, ਸਿੱਧਾ ਮਾਜਰ ਦੀ ਧਰਤੀ ਦੇ ਕਹਿੰਦੇ ਪੱਖਿਆਂ ਦਾ ਜੇਤੂ ਹੈ ਤੇ ਸਾਹਮਣੇ ਕਹਿੰਦੇ ਬ੍ਰਾਂਡ ਹੋ ਗਿਆ ਮੇਰੇ। ਸੋਖੇ ਗੁਣਾਚਾਰੀਏ ਵੱਲੋਂ ਸ਼ਾਲੀ ਦੇ ਲਈ 100 ਆਇਆ। ਸੋਖੇ ਗੁਣਾਚਾਰੀਏ ਵੱਲੋਂ ਸ਼ਾਲੀ ਦੇ ਲਈ 100 ਰੁਪਈਆ, ਬਹੁਤ ਬਹੁਤ ਧੰਨਵਾਦ। ਲੈ ਵੀ ਮਾਲੀ ਰਾਹੁਲ ਆ ਗਿਆ। ਲੈ ਕਹਿੰਦੇ ਰਾਹੁਲ ਦੀ ਕਬੱਡੀ ਪੈ ਰਹੀ ਹੈ ਉਧਰ ਚਾਰ ਜਾਤੀ। ਆ ਕਹਿੰਦੇ ਗਿਆਨੀ ਹੈ ਮੁਸਾਫਰ ਦੀ ਧਰਤੀ ਦਾ, ਇੱਕ ਸਾਈਡ ਰਾਹੁਲ ਹੈ, ਰਾਹੁਲ ਵੀ ਬੜਾ ਤਜਰਬੇਕਾਰ ਖਿਡਾਰੀ ਤੇ ਸਾਹਮਣੇ ਕਰਾਉਂਦਾ ਬੱਲੇ ਬੱਲੇ ਤੇ ਨੰਬਰ। ਰਾਹੁਲ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ। ਚੱਲ ਵੀ ਗੱਭਰੂ ਪਾ ਫਿਰ ਕਬੱਡੀ ਤੇ ਸਾਹਮਣੇ ਚਾਰ ਜਾਫੀ ਭੋਨੀ ਤਿਆਰ ਹੈ, ਨਾਲੇ ਹਾਰੀ ਤਿਆਰ ਹੈ ਤੇ ਨਾਲੇ ਰਮਣੀ ਤਿਆਰ ਹੈ ਤੇ ਆਹ ਮੁੰਡੇ ਨੇ ਕਹਿੰਦੇ ਜੱਗੇ ਚਿੱਟੀ ਦੇ ਵਾਂਗੂ ਕਹਿੰਦੇ ਭਰੀ ਬਗਲ ਕੇ ਜੱਫਾ ਲਾਊ ਕੇ ਨਹੀਂ 30 ਸੈਕਿੰਡ ਸਮੇਂ ਦੀ ਗੱਲ ਤੇ ਨੰਬਰ ਰਸੂਲਪੁਰ ਵਾਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਏ। ਹੈਲੋ, ਇਸ ਮੈਚ ਦੇ ਖਤਮ ਹੋਣ ਤੇ ਤੋਂ ਬਾਅਦ ਜਿਹੜਾ ਫਾਈਨਲ ਮੈਚ ਆਲ ਓਪਨ ਦਾ ਖੇਡਿਆ ਜਾਣਾ, ਇਹਦੇ ਵਿਚਕਾਰਲੇ ਸਮੇਂ 'ਚ ਇਸ ਮੈਚ ਤੋਂ ਬਾਅਦ ਸਾਡੇ NRI ਭਰਾ ਸਹਿਯੋਗੀ ਜਿਨ੍ਹਾਂ ਨੇ ਟੂਰਨਾਮੈਂਟ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ, ਉਹਨਾਂ ਨੂੰ ਸਟੇਜ ਤੋਂ ਸਨਮਾਨਿਤ ਕੀਤਾ ਜਾਣਾ ਇਸ ਮੈਚ ਦੇ ਖਤਮ ਹੋਣ 'ਤੇ। ਹਾਂਜੀ, ਕੁਝ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ, ਤੋਂ ਬੇਨਤੀ ਹੈ ਵੀ ਫਾਈਨਲ ਮੈਚ ਦੀਆਂ ਟੀਮਾਂ ਵੀ ਤਿਆਰ ਹੋ ਜਾਣ। ਲਓ ਸਾਹਮਣੇ ਮੂਸਾਪੁਰੀਆ ਪਾਲਾ, ਮੂਸਾਪੁਰੀਆ ਪਾਲਾ ਕਬੱਡੀ ਪਾ ਰਿਹਾ ਤੇ ਹੈਰੀ ਨੇ ਲੱਕ ਫੜ ਲਿਆ, ਪਰ ਨੰਬਰ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਆਪਾਂ ਵੇਖਦੇ ਵੀ ਇਸ ਵੇਲੇ ਨਾਜਨ ਗੱਭਰੂ ਆਪਣੀ ਟੀਮ ਦੇ ਇਸੇ ਪਾਲਾ ਜੋੜਦਾ ਹੋਇਆ। ਲਓ ਵੀਰ ਆ ਗਿਆ ਜਿਹਨੇ ਪਹਿਲਾਂ ਵੀ ਕਹਿੰਦੇ ਤਕੜੀਆਂ ਕਬੱਡੀਆਂ ਪਾਈਆਂ, ਮੁੱਠੀ ਪਰ ਸਰੀਰ ਹੈ ਮੁੰਡੇ ਦਾ। ਸਾਹਮਣੇ ਬ੍ਰਾਂਡ ਵੀ ਤਿਆਰ ਹੈ ਤੇ ਵੀਰ ਦੀ ਪੈਂਡੀ ਕਬੱਡੀ ਤੇ ਮਾਲੀ ਗੱਲ ਕਰੂਗਾ। ਲੈ ਕਹਿੰਦੇ ਵੀਰ ਦੀ ਕਬੱਡੀ ਹੈ ਤੇ ਛੱਡਦੇ ਛੋਟਿਆ ਵੀਰਾ ਕਰਨੀ ਰੀਸ ਸ਼ਰਾਬੀਆਂ ਦੀ। ਉਹ ਬੇਥ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ, ਉਹ ਬੇਥ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਤੇ ਸਾਹਮਣੇ ਹੋਦੀ ਟੱਕਰ 30 ਸੈਕਿੰਡ ਸਮੇਂ ਦੀ ਗੱਲ ਤੇ ਪਾਲਾ ਨੰਬਰ ਲੈ ਕੇ ਹੋ ਗਿਆ ਹੋ ਗਿਆ ਹੋ ਗਿਆ ਪਾਲਾ ਉੱਡਿਆ ਜਾ ਰਿਹਾ ਪਾਲਾ ਮੇਰੀ ਵੀਰਿਓ। ਲਓ ਰਾਹੁਲ ਪਾ ਰਿਹਾ ਅਗਲੀ ਕਬੱਡੀ, ਵੱਧ ਕੇ 4 ਜਾਫੀਆਂ ਦੇ ਉੱਪਰ, 4 ਨੇ ਤਿਆਰ ਨੇ, 4 ਵਿੱਚੋਂ ਦਿਖਦਾ ਵੀ ਮੂਸਾਪੁਰੀਆ ਮੁੰਡਾ। ਪਰ ਕਹਿੰਦੇ ਰਾਹੁਲ ਪਹਿਲਾਂ ਪਿੰਡ ਪੱਧਰ ਦੇ ਮੈਚਾਂ ਵਿੱਚ ਗੁਣਾਚਾਰ ਦੀ ਟੀਮ ਨੇ ਵੀ ਤਕੜਾ ਖੇਡਿਆ ਤੇ ਹੁਣ ਦੇਖਾਂਗੇ ਵੀ ਆਹ ਗਿਆਨੀ ਆ ਗਿਆ ਔਰ ਛਾਲ ਮਾਰੀ ਆ ਮੁੰਡੇ ਨੇ। ਪਰ ਕਹਿੰਦੇ ਕੈਚ ਕਰ ਲਿਆ ਹੈਪੀ ਨੇ, ਹੈਪੀ ਨੇ ਕੈਚ ਕਰ ਲਿਆ। ਕਹਿੰਦੇ ਵੀ ਮੂਸਾਪੁਰੀਆ ਮੁੰਡੇ ਨੂੰ ਲਾ ਤਕੜਾ ਜੱਫਾ ਤੇ ਨੰਬਰ ਰਸੂਲਪੁਰ ਦੀ ਟੀਮ ਦੇ ਖਾਤੇ ਜੁੜ ਗਿਆ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਫਿਰ ਸਿੰਘ ਸਰਦਾਰ ਤੇ ਗੱਲ ਮਾਲੀ। ਲੈ ਕਹਿੰਦੇ ਨੰਨੀ ਦੀ ਕਬੱਡੀ ਹੈ ਤੇ ਨੰਨੀ ਗੋਪਾਲਪੁਰ ਦੀ ਧਰਤੀ ਦਾ, ਆ ਨੰਨੀ ਕਹਿੰਦੇ ਰਸੂਲਪੁਰ ਦਾ ਪੁੱਤ ਬਣ ਕੇ ਖੇਡਦਾ ਏ ਤੇ ਲੈ ਕੇ ਫਸਟ ਏਡ ਜਿੱਤਣੇ ਨੂੰ ਫਿਰਦੇ। ਉਹ ਜ਼ਿੰਦਗੀ ਦੀ ਗੇਮ ਮਿੱਤਰੋ, ਜਿਹੜਾ ਕੰਬਲਾਂ ਚ ਬਹਿ ਕੇ ਪੂਰਾ ਹੋ ਜੇ
ਕਿੱਡਾ ਕੁ ਹੋਣਾ ਏ ਮਿੱਤਰੋ ਚੱਤ ਫੀਲਿੰਗਾਂ ਦੇ ਬੰਨਾ ਚ ਕੀ ਫਿਰਦੇ ਓ ਮਿੱਤਰਾਂ ਨੇ ਰੱਖੇ ਠਾਰ ਕੇ ਆਪਾਂ ਉਹ ਨਹੀਂ ਜਿਹੜੇ ਪਾਉਂਦੇ ਆ ਸਟੋਰੀਆਂ ਪਬਜੀ ਤੇ ਬੰਦਾ ਮਾਰ ਕੇ ਆਪਾਂ ਉਹ ਨਹੀਂ ਜਿਹੜੇ ਪਾਉਂਦੇ ਆ ਸਟੋਰੀਆਂ ਪਬਜੀ ਤੇ ਬੰਦਾ ਮਾਰ ਕੇ ਪਰ ਇਧਰਲੇ ਪਾਸੇ ਕਹਿੰਦੇ ਨੰਬਰ ਕਿਹਦਾ ਜੀ ਕਾਲਾ ਜੀ ਜਾਫੀ ਦਾ ਨੰਬਰ ਹੈ ਕਹਿੰਦੇ ਰਸੂਲਪੁਰ ਦਾ ਲਓ ਰਾਹੁਲ ਆ ਗਿਆ ਮੇਰੇ ਵੀਰੋ ਰਾਹੁਲ ਦੀ ਰੇਡ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਉਧਰ ਸਾਡੇ ਵੀਰ ਗੁਣਾ ਚੌਲ ਵਾਲੇ ਸ਼ਾਲੀ ਨੇ 100 ਪੁੱਜਦਾ ਕਰਕੇ ਗਏ ਹੈ ਮੈਂ ਵੇਖਾਂਗਾ ਵੀ ਬ੍ਰਾਂਡ ਬ੍ਰਾਂਡ ਤੇ ਕਹਿੰਦੇ ਬ੍ਰਾਂਡ ਹੀ ਹੈ ਲਓ ਕਹਿੰਦੇ ਬ੍ਰਾਂਡ ਨੇ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ ਹੈ ਚੱਲ ਵੀ ਪਾਲੇ ਸੇ ਤਾਂ ਫਿਰ ਕਬੱਡੀ ਰਸੂਲਪੁਰ ਵਾਲੇ ਚਾਰ ਨੇ ਚਾਰੇ ਦੇ ਚਾਰ ਤਿਆਰ ਨੇ ਤੇ ਸਾਹਮਣੇ ਕਹਿੰਦੇ ਮਾਰਿਆ ਹਲਕਾ ਜਿਹਾ ਟੱਚ ਤੇ ਨੰਬਰ ਪਹਿਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ ਇੱਕ ਨੰਨੀ ਪਹਿਲਾਂ ਖੇਡਿਆ ਰਾਹੁਲ ਦੀ ਟੀਮ ਨੇ ਮੁੰਡਾ ਭਾਰੀ ਸਰੀਰ ਵਾਲਾ ਜਿਵੇਂ ਕਰਮਨੀ ਨੇ ਦੱਸਿਆ ਵੀ ਇੱਕ ਕੁਇੰਟਲ 20 ਕਿਲੋ ਵਜਨ ਪਰ ਆਹ ਨੰਨੀ ਭਾਰ ਵਰਗ ਦਾ ਖਿਡਾਰੀ ਹੈ ਮੇਰੇ ਵੀਰਿਓ ਔਰ ਨਾ ਨੰਨੀ ਦੀ ਜਾਨ ਮੇਰੇ ਵੀਰਿਓ ਵੇਖਾਂਗੇ ਬ੍ਰਾਂਡ ਬ੍ਰਾਂਡ ਤੇ ਨੰਨੀ ਦੇ ਦਰਮਿਆਨ ਟੱਕਰ ਬਰਾਬਰ ਦੀ ਲੱਗਿਆ ਜ਼ੋਰ ਹੰਦੇ ਰੂਰ ਬੱਲੇ 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 ਵਾਓ ਨੰਨੀ ਤਾੜੀ ਮਾਰਦੇ ਪੰਜਾਬੀ ਵੀਰੇ ਨੰਨੀ ਦੀ ਖੇਡ ਵਧੀਆ ਲੱਗੀ ਤੇ ਸਾਹਮਣੇ ਕਹਿੰਦੇ ਸਿੱਖ ਸਰਦਾਰ ਗੱਭਰੂ ਦੀ ਪਾਈ ਹੋਈ ਰੇਡ ਹੈ ਉੱਧਰ ਰਸੂਲਪੁਰ ਦੀ ਧਰਤੀ ਦੇ ਚਾਰ ਨੇ ਕਿ 21 ਪੌਣੀ ਸ਼ਰੀਕ ਤੇ 31 ਪੌਣੀ ਪੈਂਦੀ ਆ ਜੇ ਰੇਡਰ ਨਾ ਮੰਨੇ ਤੇ ਗੱਲ ਮਨਾਉਣੀ ਪੈਂਦੀ ਹੈ ਜੇ ਰੇਡਰ ਨਾ ਮੰਨੇ ਤੇ ਗੱਲ ਮਨਾਉਣੀ ਪੈਂਦੀ ਹੈ ਵਾਹ ਨਾਜਰ ਗੱਭਰੂ ਇਹ ਆ ਹੈਰੀ ਲਓ ਸਾਹਮਣੇ ਮੇਰੇ ਵੀਰੇ ਤਕੜਾ ਪੰਜ ਜੋੜ ਗਿਆ ਲਓ ਕਹਿੰਦੇ ਹਰ ਟਾਈਮ ਦੀ ਸਮਾਧੀ ਦਾ ਸਕੋਰ ਜ਼ਰੂਰ ਦੱਸ ਦਿਓ 65 ਕਿਲੋ ਭਾਰ ਲੱਗਦਾ ਕਹਿੰਦੇ ਤਕੜਾ ਮੈਚ ਖੇਡਿਆ ਜਾ ਰਿਹਾ ਏ ਬਹੁਤ ਬਹੁਤ ਧੰਨਵਾਦ ਉੱਧਰ ਸਾਡੇ ਗੱਗੀ ਦੇ ਬਾਪੂ ਜੀ ਤੇ ਗੱਗੀ ਦੇ ਦਾਦਾ ਜੀ ਵੱਡਾ ਮਾਣ ਕਰਦੇ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਸਰਦਾਰ ਗੁਰਦਿਆਲ ਸਿੰਘ ਜੀ ਔਰ ਮੈਂ ਵੇਖਦਾ ਵੀ ਦਿਓਲ ਪਰਿਵਾਰ ਦੇ ਦੋਸਤ ਪੁੱਤਰ ਕਬੱਡੀ ਖੇਡਦੇ ਆ ਇੱਕ ਹੁਣ ਆਸਟ੍ਰੇਲੀਆ ਖੇਡਦਾ ਮੁੰਡਾ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਵੀ ਖੇਡਣ ਆਇਆ ਸੀ ਕਹਿੰਦੇ ਵੀ ਹੁਣ ਗੱਗੀ ਦੀ ਵੀ ਚਰਚਾ ਪੂਰੀ ਛਿੜੀ ਹੋਈ ਹੈ ਮੁੰਡਾ ਕਹਿੰਦੇ ਵੀ ਆਸਟ੍ਰੇਲੀਆ ਵਿੱਚ ਵੀ ਖੇਡ ਕੇ ਆਇਆ ਅੰਤਰਰਾਸ਼ਟਰੀ ਖਿਡਾਰੀ ਬਣ ਜਾਂਦਾ ਜਿਹੜਾ ਬਾਹਰ ਖੇਡਦਾ ਮੇਰੇ ਵੀਰਿਓ ਔਰ ਡੀਸੀ ਵੀ ਕਹਿੰਦੇ ਲਾਲੋ ਬਜਾਰੇ ਵਾਲਾ ਬਾਹਰ ਖੇਡਿਆ ਮੂਸਾਪੁਰ ਦੀ ਟੀਮ ਦੇ ਪੁਆਇੰਟ 11 ਰਸੂਲਪੁਰ ਦੀ ਟੀਮ ਦੇ ਪੁਆਇੰਟ 19 11 ਤੇ 19.5 ਪੁਆਇੰਟ ਹਾਫ ਸਮੇਂ ਦਾ ਸਕੋਰ ਮੂਸਾਪੁਰੀਆ ਪਾਲਾ ਕਬੱਡੀ ਪਾ ਰਿਹਾ ਤੇ ਮਾਲੀ ਮੈਂ ਕਹਿੰਦੇ ਪਾਲਾ ਕਬੱਡੀ ਪਾ ਰਿਹਾ ਏ ਉੱਧਰ ਚਾਰ ਜਾਫੀ ਨੇ ਜਾਫੀ ਦੇਖਦੇ ਆ ਕਿਹਦੇ ਨਾਲ ਹੋ ਗਈਆਂ ਹੱਥ ਜੋੜੀਆਂ ਮੇਰੇ ਪੰਜਾਬੀ ਵੀਰੋ ਪਾਲਾ ਵੀ ਕਹਿੰਦੇ ਬੜਾ ਤਜਰਬੇਕਾਰ ਖਿਡਾਰੀ ਹੰਦੇ ਦੇ ਵਿਚਕਾਰ ਮੁਕਾਬਲਾ ਕੇ 30 ਸੈਕਿੰਡ ਸਮੇਂ ਦੀ ਗੱਲ ਤੇ ਪਾਲਾ ਦਾ ਪਾਲਾ ਹੀ ਹੈ ਪਾਲਾ ਦਾ ਪਾਲਾ ਹੀ ਹੈ ਮੇਰੇ ਪੰਜਾਬੀ ਵੀਰੋ ਲੈ ਵੀ ਮੂਸਾਪੁਰ ਵਾਲਿਓ ਜੇ ਪਾਲੇ ਦੀ ਖੇਡ ਵਧੀਆ ਲੱਗੀ ਤੇ ਤਾੜੀ ਮਾਰਦੇ ਮੁੰਡੇ ਲਈ ਉਹ ਪਾਲਾ ਕਹਿੰਦੇ ਕਮਾਲ ਦਾ ਖਿਡਾਰੀ ਹੈ ਅਗਲੀ ਕਬੱਡੀ ਪਾਉਣ ਲਈ ਵੀਰ ਆ ਗਿਆ ਮੇਰੇ ਵੀਰਿਓ ਕਿ ਖੇਡ ਕਬੱਡੀ ਫੁਰਤੀ ਦਾ ਕੰਮ ਭਿੜਨਾ ਝੋਟੇ ਦਾ ਜੀਦਾਰੇ ਦੀ ਕੁਸ਼ਤੀ ਪੱਕਾ ਸਾਧ ਲਬੋਟੇ ਦਾ ਵਿੱਚ ਪਿੜਾਂ ਦੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ ਤੂੰ ਮੇਲੀ ਬਣ ਕੇ ਦੇਖ ਸੋਹਣੀਏ ਮੇਲਾ ਯਾਰਾਂ ਦਾ ਅੱਜ ਮੇਲਾ ਲੱਗਿਆ ਮੇਰੇ ਵੀਰਿਓ ਮੇਲਾ ਖੇਡ ਕਬੱਡੀ ਦਾ ਰਸੂਲਪੁਰ ਦੀ ਧਰਤੀ ਦਾ ਹੈ ਔਰ ਸ਼ਹੀਦਿਆਂ ਨੂੰ ਸਰਦਾਰ ਭਗਤ ਸਿੰਘ ਨਗਰ ਨੂੰ ਬਲਾਰ ਕਰਦਾ ਪਾਵਨ ਪਵਿੱਤਰ ਨਗਰ ਮੇਰੇ ਵੀਰਿਓ ਔਰ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਯਾਦ ਦੇ ਵਿੱਚ ਲੱਗਿਆ ਹੋਇਆ ਮੇਲਾ ਔਰ ਸਾਹਮਣੇ ਕਬੱਡੀ ਪੈ ਰਹੀ ਹੈ ਔਰ ਮੂਸਾਪੁਰੀਆ ਚਾਰ
ਜਾਫੀਆਂ ਦੇ ਉੱਪਰ ਇਸ ਵੇਲੇ ਹਲਕਾ ਜਿਹਾ ਝੁਕਿਆ ਹੋਇਆ, ਝੁਕਿਆ ਇਸ ਕਰਕੇ ਨਹੀਂ ਵੀ ਈਨ ਮੰਨ ਗਿਆ, ਝੁਕਿਆ ਇਸ ਕਰਕੇ ਆ ਵੀ ਸਾਹਮਣੇ ਮਾਂ ਦਾ ਪੁੱਤ ਕੋਈ ਪੱਟੀ ਨਾ ਲੱਗ ਜਾਵੇ, ਉਹ ਕਿਧਰੇ ਜਫਾ ਨਾ ਲੱਗ ਜਾਵੇ। ਤੇ ਸਾਡੇ ਪਿੰਡ ਦਾ ਰਿਵਾਜ ਬੜਾ ਮਾੜਾ, ਟੁੱਟਣ ਤਾਂ ਟੱਕੜੀ ਸਣ ਬਾਲਾ, ਕਰੇਗਾ ਬੋੜੀ ਬੋੜੀ ਦੇ ਜਦ ਪਿੱਪੜ ਵਾਂਗੂ ਸੱਜਣਾ ਤੇਰੀ ਧੌਣ ਮਰੋੜੀ ਦੇ। ਲੋ ਕਹਿੰਦੇ ਅਗਲੀ ਕਬੱਡੀ ਰਾਹੁਲ ਪਾਉਣ ਦੇ ਲਈ ਕਹਿੰਦੇ ਗਾਹਣ ਵਧ ਗਿਆ। ਉੱਧਰ ਤਿੰਨ ਜਾਫੀ ਹੈ ਗਿਆਨੀ ਵਰਗੇ ਰਮਣੀ ਵਰਗੇ, ਦੋ ਨੰਬਰ ਤੇ ਕਹਿੰਦੇ ਜਾਫੀ ਨੇ ਕਹਿੰਦੇ ਜੱਫਾ ਲਾਇਆ ਮੇਰੇ ਪੰਜਾਬੀ ਵੀਰੇ, ਕਹਿੰਦੇ ਪਰਿੰਡ ਵਾਂਗੂ ਚਿੰਬੜ ਗਿਆ ਤੇ ਸੁੱਕਾ ਨਾ ਜਾਣੀ ਮੈਂ ਲੜ ਜੂ ਪਰਿੰਡ ਬਣ ਕੇ, ਸੁੱਕਾ ਨਾ ਜਾਣੀ ਮੈਂ ਲੜ ਜੂ ਪਰਿੰਡ ਬਣ ਕੇ, ਕਿ ਭੱਜਦਿਆਂ ਨੂੰ ਇੱਕੋ ਜਿਹਨੇ ਬਾਣ ਮਿੱਤਰੋ, ਪੁੱਤਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ, ਰਾਜਾ ਖੇਲਾ ਗੱਲ ਕਰੇ ਲੱਖ ਲੱਖ ਦੀ ਪੈਗੀ ਰਸੂਲਪੁਰ ਦੇ ਕਬੱਡੀ ਕੱਪ ਦੀ। ਅੱਜ ਰਸੂਲਪੁਰ ਦਾ ਮੇਲਾ ਮੇਰੇ ਵੀਰੋ, ਅੱਜ ਧੁੰਮ ਪਈ ਹੋਈ ਹੈ ਤੇ ਫਾਈਨਲ ਮੈਚ 65 ਕਿਲੋ ਵਰਗ ਦਾ ਖੇਡਿਆ ਜਾ ਰਿਹਾ। ਸਟੇਜ ਵੱਲ ਦੇ ਪਾਸੇ ਰਸੂਲਪੁਰ ਦੀ ਟੀਮ ਔਰ ਦੂਸਰੇ ਪਾਸੇ ਮੂਸਾਪੁਰ ਦੀ ਟੀਮ ਹੈ, ਆਂਢੀ ਗੁਆਂਢੀ ਪਿੰਡ ਹੈ ਦੋਨੋਂ ਮੇਰੇ ਵੀਰੋ। ਮੂਸਾਪੁਰ ਦੀ ਟੀਮ ਕੱਲ ਮਜਾਰੇ ਦੀ ਟੀਮ ਨੂੰ ਮੈਚ ਲੂਜ ਕਰ ਗਈ ਸੀ, ਪਰ ਜ਼ਿਲ੍ਹੇ ਤੋਂ ਬਾਹਰ ਕਰਾਰੀ ਖੇਡਦਾ ਸੀਗਾ ਮਜਾਰੇ ਦੀ ਟੀਮ ਦੇ ਵਿੱਚ, ਤੇ ਇਸ ਕਰਕੇ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ। ਕਹਿੰਦੇ ਵੀ ਉੱਧਰ ਮੂਸਾਪੁਰ ਦੀ ਟੀਮ ਨੂੰ ਤੇ ਅੱਜ ਖੇਡ ਰਹੀ ਹੈ, ਕਹਿੰਦੇ ਵੀ ਰਸੂਲਪੁਰ ਦੀ ਟੀਮ ਨਾਲ ਮੂਸਾਪੁਰ ਦੀ ਟੀਮ ਤੇ ਨੰਨੀ ਨੰਬਰ ਜੋੜ ਗਿਆ। ਲੈ ਵੀ ਮਾਲੀ ਬ੍ਰਾਂਡ, ਕਹਿੰਦੇ ਬ੍ਰਾਂਡ ਆ ਗਿਆ ਮੇਰੇ ਪੰਜਾਬੀ ਵੀਰੋ, ਬ੍ਰਾਂਡ ਖਿਡਾਰੀ ਆ ਗਿਆ ਮੂਸਾਪੁਰ ਦੀ ਧਰਤੀ ਦਾ। ਸਾਹਮਣੇ ਚਾਰ ਜਾਫੀ ਨੇ ਤੇ ਉੱਡੂ ਉੱਡੂ ਕਰਦੀ ਜਵਾਨੀ, ਤਿੰਨ ਮੋਨੇ ਤੇ ਇੱਕ ਗਿਆਨੀ ਤੇ ਮਾਰਿਆ ਹਲਕਾ ਜਿਹਾ ਟੱਚ ਤੇ ਨੰਬਰ ਕਹਿੰਦੇ ਬ੍ਰਾਂਡ ਲੈ ਕੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਪਤਾ ਕਰ ਗਿਆ। ਚੱਲ ਵੀ ਭੀਰ ਸਿਆ ਪਾ ਫਿਰ ਕਬੱਡੀ, ਆ ਮੁੰਡੇ ਨੇ ਹਰਿਆਣੇ ਤੋਂ ਕਹਿੰਦੇ ਚਾਂਦੀ ਦੀ ਚੈਨ ਜਿੱਤੀ ਮੇਰੇ ਪੰਜਾਬੀ ਵੀਰੋ, ਕਹਿੰਦੇ ਪੈਸਿਆਂ ਦਾ ਜੇਤੂ ਤੇ ਦੇਸੀ ਘਿਓ ਦੇ ਕਹਿੰਦੇ ਡੱਬਿਆਂ ਦਾ ਜੇਤੂ ਹੈ, ਇਹ ਹੈ ਭੀਰ ਫਤਿਹਪੁਰ ਦੀ ਧਰਤੀ ਦਾ। ਇਹ ਪਾਰ ਕਹਿੰਦੇ ਵੀ 60-65 ਦੇ ਤਕੜੇ ਮੁਕਾਬਲੇ ਖੇਡਣ ਵਾਲਾ ਵੀਰ, ਅੱਜ ਉਹ ਪੰਜਵੀਂ ਪਹਿਲਾਂ ਕਬੱਡੀਆਂ ਪਾਈਆਂ ਗੱਭਰੂ ਨੇ। ਲਓ ਸਾਹਮਣੇ ਮੂਸਾਪੁਰੀ ਆ ਪਾਲਾ, ਪਤਲਾ ਪਤੰਗ ਜਿਹਾ ਸਰੀਰ ਹੈ, ਨੌਜਵਾਨ ਦਾ ਵਾਧੂ ਮਾਸ ਨੇ ਪਿੰਡੇ ਦੇ ਉੱਪਰ, ਪਰ ਹੈਰੀ ਵੀ ਕਮਾਲ ਦਾ ਖਿਡਾਰੀ ਹੈ ਮੇਰੇ ਵੀਰੋ। ਆਹ ਕਹਿੰਦੇ ਵੀ ਧਾਵਿਆਂ ਨੂੰ ਠੱਲ ਪਾਈ ਜਾਂਦਾ, ਹੈਰੀ ਵੀ ਮੂਸਾਪੁਰੀ ਆ, ਹੈਰੀ ਵੀ ਉਹਦੇ ਪਾਸੇ ਮੈਂ ਵੇਖਦਾ ਵੀ ਰਸੂਲਪੁਰੀ ਆ, ਅੱਜ ਰਸੂਲਪੁਰ ਦੇ ਲਈ ਖੇਡਦਾ ਹੈਰੀ। ਪੁੱਠੀ ਲੰਘ ਚੁੱਕੀ ਹੈ, ਪੁੱਠੀ ਪੈ ਗਈ ਮੇਰੇ ਵੀਰੋ। ਮੂਵ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਛਦੀ ਕਰਦੇ ਹੋ ਮੂਵ ਸਪਰੇ। ਲੋ ਕਹਿੰਦੇ ਰਾਹੁਲ ਦੀ ਕਬੱਡੀ ਮੇਰੇ ਪੰਜਾਬੀ ਵੀਰੋ, ਹੱਥਾਂ ਨੂੰ ਲਾਈ ਕਲੀ ਮੇਰਾ ਵਾਹਿਗੁਰੂ ਕਰੇ ਭਲੀ। ਉੱਧਰ ਚਾਰ ਜਾਫੀ ਨੇ, ਜਾਫੀ ਵੀ ਕਦੇ ਐਨ ਕਹਿੰਦੇ ਬਿਜਲੀ ਦੀਆਂ ਤਾਰਾਂ ਨੇ, ਤੇ ਸਾਹਮਣੇ ਰਾਹੁਲ ਦੀ ਕਬੱਡੀ ਤੇ ਫਲੈਂਗ ਕੈਚੀ ਮਾਰੀ ਮੇਰੇ ਪੰਜਾਬੀ ਵੀਰੋ। ਆਓ ਸਾਹਮਣੇ ਰਾਹੁਲ ਦੀ ਰੇਡ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਵਾਓ ਗੱਭਰੂ ਆ। ਜਿਹਨੂੰ ਜਿਹਨੂੰ ਰਾਹੁਲ ਦੀ ਖੇਡ ਵਧੀਆ ਲੱਗੀ ਤਾੜੀ ਉਹ ਦਰਸ਼ਕ ਵੀ ਲਵਾਣਗੇ। ਵਾਓ ਰਾਹੁਲ, ਕਮਾਲ ਦੀ ਖੇਡ ਖੇਡੀ ਹੈ। ਅਗਲੀ ਰੇਡ ਬ੍ਰਾਂਡ ਦੀ, ਮੈਦਾਨ ਦੇ ਵਿੱਚ ਮੂਸਾਪੁਰੀ ਆ ਬ੍ਰਾਂਡ, ਬ੍ਰਾਂਡ ਮੂਸਾਪੁਰੀ ਆ, ਦੂਜੇ ਪਾਸੇ ਸੁਖਮਨ, ਸੁਖਮਨ ਰਸੂਲਪੁਰੀ ਆ, ਤੇ ਨੰਬਰ ਫਾਉਲ ਤੇ ਨੰਬਰ ਕਹਿੰਦੇ ਵੀ ਸੁਖਮਨ ਦਾ ਮੇਰੇ ਵੀਰੋ, ਨੰਬਰ ਸੁਖਮਨ ਦਾ, ਸੁਖਮਨ ਜਫਾ ਲਾ ਗਿਆ। ਅਗਲੀ ਕਬੱਡੀ ਪਾਉਣ ਦੇ ਲਈ ਨੰਨੀ ਫਿਰ ਮੈਦਾਨ ਦੇ ਵਿੱਚ ਤਿਆਰ ਪਰ ਤਿਆਰ ਹੈ, ਕਿ ਭੱਜਦਿਆਂ ਨੂੰ ਇੱਕੋ ਜਿੰਨੇ ਬਾਣ ਮਿੱਤਰੋ, ਪੁੱਤਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ, ਔਰ ਰਾਜਾ ਖੇਲਾ ਗੱਲ ਕਰੇ ਲੱਖ ਲੱਖ ਦੀ ਔਰ ਦੇਖਾਂਗੇ ਵੀ ਉਧਰ ਮੂਸਾਪੁਰੀ ਇੱਕ ਤਕੜੇ ਪਾਉਣ ਦਾ ਵਾਅਦਾ ਆਪਣੀ ਟੀਮ ਦੇ ਖਾਤੇ ਵਿੱਚ ਕਰਦਾ ਹੋਇਆ।
ਅਗਲੀ ਕਬੱਡੀ ਫਿਰ ਬਰਾਂਡ ਦੀ ਪੈਣ ਜਾ ਰਹੀ ਹੈ। ਉਹ ਕਹਿੰਦੇ ਗੁਣਾ ਚੌਰੀਆ ਸ਼ਾਲੀ ਵੀ ਤਿਆਰ ਹੈ ਔਰ ਨਾਲ ਵੇਖਦਾ ਵੀ ਪਰਲੀ ਕੰਨੀ ਤੇ ਲਵੀ ਤਿਆਰ ਹੈ, ਨਾਲ ਕਹਿੰਦੇ ਵੀ ਨੌਜਵਾਨ ਸੁਖਮਨ ਤੇ ਸਿੰਘ ਸਰਦਾਰ ਵੀ ਤਿਆਰ ਹੈ ਔਰ ਵੇਖਾਂਗੇ ਵੀ ਉੱਡ ਉੱਡ ਕਰਦੀ ਜਗ੍ਹਾ ਇਸ ਵੇਲੇ ਜਵਾਨੀ। ਔਰ ਕਹਿੰਦੇ ਵੀ ਤਿੰਨ ਮੋਨੇ ਤੇ ਇੱਕ ਗਿਆਨੀ, ਤਿੰਨ ਮੋਨੇ ਤੇ ਆਹ ਕੌਣ ਹੈ? ਉਹ ਇਸੇ ਪਿੰਡ ਦਾ ਨੌਜਵਾਨ ਹੈ ਔਰ ਸਾਹਮਣੇ ਮੇਰੇ ਵੀਰੋ ਲਓ ਲਵੀ ਲਵੀ ਇੱਕ ਤਕੜੇ ਪਾਉਣ ਦਾ ਵਾਅਦਾ ਆਪਣੀ ਟੀਮ ਦੇ ਖਾਤੇ ਵਿੱਚ ਕਰਦਾ ਹੋਇਆ ਇਹ ਹੈ ਨਵੀ। ਔਰ ਅਗਲੀ ਪੌੜੀ ਪਾਉਣ ਲਈ ਵੀਰ ਤੇ ਗੱਲ ਹੈਲੋ ਨਵੀ ਸਟਾਪਰ ਲਈ ਜਸਵੀਰ ਸਿੰਘ ਵੱਲੋਂ 100 ਰੁਪਈਆ ਆਇਆ, ਆਪਣਾ ਨਾਮ ਬਾਅਦ ਵਿੱਚ ਆ ਕੇ ਲੈ ਜਾਵੇ। ਲਓ ਬੰਦੇ ਵੀਰ ਦੀ ਕਬੱਡੀ ਦੇ ਸਾਹਮਣੇ ਕਹਿੰਦੇ ਪੰਜਾਬੀ ਵੀ ਬੜਾ ਤਜਰਬੇਕਾਰ ਖਿਡਾਰੀ ਹੈ ਮੇਰੇ ਪੰਜਾਬੀ ਵੀਰੋ, ਕਹਿੰਦੇ ਵੀਰ ਵੀ ਕਹਿੰਦੇ ਤਗੜਾ ਖੇਡਦਾ ਇੱਕ ਵੀਰ ਕਰੀਏ ਦੀ ਧਰਤੀ ਦਾ ਕਹਿੰਦੇ ਟੀਮਾਂ ਬਣਾਉਂਦਾ ਤਗੜੀਆਂ ਤੋਂ ਤਗੜੀਆਂ, ਕਹਿੰਦੇ ਕਬੱਡੀ ਦੇ ਖਿਡਾਰੀ ਐਨ ਫਰਿਆਦ ਵਰਗੇ ਕਹਿੰਦੇ ਬਲੂਕ ਵਰਗੇ ਤਿਆਰ ਕੀਤੇ ਹੋਏ ਖਿਡਾਰੀ ਵੀਰ ਕਰੀਏ ਵਾਲੇ ਦੇ ਤੇ ਸਾਹਮਣੇ ਕਹਿੰਦੇ ਝਾਂਜਰਾਂ ਵਾਲਾ ਗਿੱਟਾ ਕੀਤਾ ਕੈਦ ਦੇ ਨੰਬਰ ਮੂਸਾਵਰ ਵਾਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ। ਹਾਂਜੀ ਸੁਖਮਨ ਨੂੰ ਉਹਦੀਆਂ ਮਾਸੀਆਂ ਦੇ ਵੱਲੋਂ 200 ਰੁਪਈਆ ਆਇਆ, ਸੁਖਮਨ ਦੀਆਂ ਮਾਸੀਆਂ ਦੇ ਵੱਲੋਂ ਸੁਖਮਨ ਦੇ ਲਈ 200। ਆਓ ਵੇਖਾਂਗੇ ਸਾਹਮਣੇ ਕਬੱਡੀ 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 ਕਿ ਮੇਰੇ ਨੱਚਦੀ ਦੇ ਖੁੱਲ ਗਏ ਬਾਲ, ਭਾਬੀ ਮੇਰੀ ਗੁੱਤ ਕਰਦੇ ਸੁੰਦਰ ਜੂੜਾ ਸਿਰ ਦੇ ਉੱਤੇ ਹੈ। ਔਰ ਅਗਲੀ ਕਬੱਡੀ ਪਾਉਣ ਦੇ ਲਈ ਸਿੰਘ ਸਰਦਾਰ ਗੱਭੋ, ਇਹਦਾ ਲੱਗਦਾ ਵੀ ਜਿਵੇਂ ਜੱਗਾ ਰੰਧਾਵਿਆਂ ਵਾਲਾ ਕਬੱਡੀ ਪਾ ਰਿਹਾ ਹੋਵੇ। ਔਰ ਦੂਜੇ ਪਾਸੇ ਮੂਸਾ ਫਰੀਆ ਗੁੱਟ ਫੜ ਕੇ ਕੈਂਚੀ ਲਾ ਗਿਆ ਕਿ ਗੁੱਟ ਨੂੰ ਫੜ ਕੇ ਪਕੜ ਬਣਾ ਲਿਆ ਲੱਤਾਂ ਦੀ, ਹੁਣ ਦੀ ਡੰਡ ਐਟਕਾਂ ਲਾ ਲੈ ਤੇ ਵੱਡੀ ਹੋ ਗਈ ਲੱਖਾਂ ਦੀ, ਹੁਣ ਦੇ ਡੰਡ ਬੈਟਕਾਂ ਲਾ ਲੈ ਤੇ ਵੱਡੀ ਹੋ ਗਈ ਲੱਖਾਂ ਦੀ। ਉੱਧਰ ਕਹਿੰਦੇ ਮੂਸਾਫਰ ਵਾਲੇ ਨੇ ਲਾਇਆ ਹੋਇਆ ਜੱਫਾ ਤੇ ਕਰਤਾ ਪੁਰਾਣੀ ਅਖਬਾਰ ਵਾਂਗੂ ਇਕੱਠਾ ਏ ਤੇ ਸਾਹਮਣੇ ਕਹਿੰਦੇ ਬ੍ਰਾਂਡ ਦੀ ਕਬੱਡੀ ਹੈ, ਚਾਰ ਜਾਫੀ ਨੇ ਮੇਰੇ। ਸੁਖਮਨ ਜੇ ਜੱਫਾ ਲਾਊਗਾ ਵੀ 200 ਰੁਪਇਆ ਦਲਜੀਤ ਸਿੰਘ ਵੱਲੋਂ ਇਨਾਮ ਦਿੱਤਾ ਜਾਣਾ। ਸੁਖਮਨ ਨੂੰ ਜੇ ਜੱਫਾ ਲਾਊਗਾ 200 ਰੁਪਇਆ ਮੂਵ ਸਵਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਿਤ ਕਰਦੇ ਮੂਵ ਲਾਓ ਇਧਰਲੇ ਪਾਸੇ। ਓ ਬੱਲੇ 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 ਨਵੀ 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 ਮੇਰੇ ਵੀਰੇ ਪੁੱਠੀ ਪਾ ਗਿਆ ਬ੍ਰਾਂਡ ਨੂੰ, ਨਵੀ ਨੂੰ 100 ਰੁਪਇਆ ਕਮੇਟੀ ਵੱਲੋਂ 100 ਰੁਪਇਆ ਨਵੀ ਨੂੰ। ਠੀਕ ਹੈ ਜੀ 100 ਰੁਪਇਆ ਕਮੇਟੀ ਵੱਲੋਂ ਨਵੀ ਲਈ। ਉਧਰਲੇ ਪਾਸੇ ਫਿਰ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪੈਂਦੀ ਹੋਈ ਕਿ ਕਬੱਡੀਆਂ ਭਾਵੇਂ ਲੱਖ ਪੈਂਦੀਆਂ ਬੱਲ ਜੱਫੀਆਂ ਤੇ ਮਿੱਪੜੀ ਤੇ ਸਾਹਮਣੇ ਝਾਂਜਰਾਂ ਵਾਲਾ ਗਿੱਟਾ ਕੈਦ ਮੇਰੇ ਪੰਜਾਬੀ ਵੀਰੇ। ਉੱਧਰ ਮੂਸਾਫਰ ਵਾਲਾ ਵੀ ਐਨ ਕਹਿੰਦੇ ਸਾਰਿਆਂ ਨੂੰ ਡੱਕੀ ਆਉਂਦਾ ਮੇਰੇ ਪੰਜਾਬੀ ਵੀਰੇ ਤੇ ਨੰਬਰ ਕਹਿੰਦੇ ਮੂਸਾਫਰ ਵਾਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ। ਚੱਲ ਵੀ ਪਾਲਿਆ ਪਾ ਫਿਰ ਕਬੱਡੀ ਲਓ ਪਾਲੇ ਦੀ ਰੇਡ ਵੱਧ ਕੇ ਪੈਂਦੀ ਹੋਈ ਤੇ ਕਹਿੰਦੇ ਹੈਰੀ ਦੀ ਟਰਾਈ ਪਰ ਸਫਲਤਾ ਧਾਵੀ ਦੇ ਕਦਮ ਚੁੰਗੀ ਹੈ, ਨੰਬਰ ਮੂਸਾਪੁਰ ਦੀ ਟੀਮ ਦੇ ਖਾਤੇ ਪਾਉਣ ਦਾ ਵਾਅਦਾ ਹੋ ਗਿਆ। ਉਹ ਵੀਰ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ, ਮਾਲੀ ਵੀਰ ਕਬੱਡੀ ਪਾ ਰਿਹਾ। ਕਹਿੰਦੇ ਵੀਰ ਦੀ ਕਬੱਡੀ ਪੈ ਰਹੀ ਹੈ ਮੇਰੇ ਪੰਜਾਬੀ ਵੀਰੋ, ਜੰਪ ਵੇਖੋ ਸੇਮੀ ਜੰਪ ਦੇ ਵਾਂਗੂ ਕਹਿੰਦੇ ਮਾਰਿਆ ਜੰਪ ਇਸ ਗੱਭਰੂ ਨੇ ਤੇ ਵੀਰ ਵੀ ਕਹਿੰਦੇ ਹੰਦੇ ਦੇ ਵਿੱਚ ਕੌਰ ਮੁਕਾਬਲਾ। ਜਿਹਨੂੰ ਜਿਹਨੂੰ ਵੀਰ ਦੀ ਖੇਡ ਵਧੀਆ ਲੱਗੀ ਤਾੜੀ ਮਾਰ ਦਿਓ। ਇਹ ਆ ਵੀਰ ਮੇਰੇ ਪੰਜਾਬੀ ਵੀਰੋ, ਫਤਿਹਪੁਰ ਦੀ ਧਰਤੀ ਦਾ ਅੱਜ ਕਹਿੰਦੇ ਰਸੂਲਪੁਰ ਦਾ ਪੁੱਤ ਮਾਲੀ ਬ੍ਰਾਂਡ ਫੇਰ ਆ ਗਿਆ ਕਬੱਡੀ ਪਾਉਣ ਲਈ ਤੇ ਕਹਿੰਦੇ ਰਸੂਲਪੁਰੀਏ ਕਾਂਡ ਬ੍ਰਾਂਡ ਨੂੰ ਜਫਾ ਲਾਵੇਗਾ ਹੁਣ ਖੇਡ ਮੈਦਾਨ ਦੇ ਵਿੱਚ। ਮਾਂ ਮਿੱਟੀ ਦੀ ਧੂੜ ਉੱਪੜਦੀ ਹੈ
ਉੱਡਦੀ ਧੂੜ ਦੇ ਵਿੱਚੋਂ ਕਾਣ ਜਫਾ ਲਾਵੇਗਾ ਔਰ ਪਈ ਹੋਈ ਕਬੱਡੀ ਦੇ ਉੱਪਰ ਕਾਣ ਕਿ ਮੁੱਛ ਮੁੱਟ ਗੱਭਰੂ ਨੇ ਪਿੜਦੇ ਮੈਦਾਨਾਂ ਵਿੱਚ ਲੱਗਦਾ ਹੋਇਆ ਇੰਨੀ ਜਿਵੇਂ ਪੇੜ ਹੋਵੇ ਸਾਨਾ ਵਿੱਚ ਉੱਡਦੀ ਹੋਈ ਤੂੜੀ ਅਸਮਾਨਾਂ ਦੇ ਵੱਲ ਚੜ੍ਹਦੀ ਤੇ ਦੁਨੀਆ ਤੇ ਕੀਤੀ ਹੋਈ ਮਿਹਨਤ ਰੰਗ ਫੜਦੀ ਲਓ ਸਾਹਮਣੇ ਹੈਪੀ ਇੱਕ ਤਕੜਾ ਪੰਜ ਜੋੜ ਗਿਆ ਆਪਣੀ ਟੀਮ ਦੇ ਖਾਤੇ ਲਓ ਕਹਿੰਦੇ ਨੰਨੀ ਜੀ ਕਬੱਡੀ ਕਹਿੰਦੇ ਨੰਨੀ ਜੀ ਕਬੱਡੀ ਪੈ ਰਹੀ ਮੇਰੇ ਪੰਜਾਬੀ ਵੀਰੋ ਮੂਵ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰਦੇ ਮੂਵ ਸਪਰੇ ਮਿੱਟੀ ਵੱਲੋਂ ਜਿਹੜੇ ਸਟਾਪਰ ਨੇ ਸਟਾਪ ਲਾਈ ਆ ਉਹ ਬਾਅਦ ਵਿੱਚ ਆਪਣਾ ਨਾਮ ਲੈ ਜਵੇ ਸਟੇਜ ਤੋਂ ਲਓ ਕਹਿੰਦੇ ਨੰਨੀ ਮੇਰੇ ਪੰਜਾਬੀ ਵੀਰੋ ਨੰਬਰ ਲੈ ਕੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰ ਗਏ ਮੈਚ ਦੀ ਸਮਾਪਤੀ ਸਕੋਰਾਂ ਦਾ ਲੇਖਾ ਜੇਖਾ ਜ਼ਰੂਰ ਦੱਸ ਦਿਓ ਅਗਲੇ ਮੈਚ ਦੇ ਫਾਈਨਲ ਮੈਚ ਦੀਆਂ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਫਾਈਨਲ ਮੈਚ ਦੀਆਂ ਦੋਨੇ ਟੀਮਾਂ ਹੈਲੋ ਜਿੰਨੀ ਦੇਰ ਆਲ ਓਪਨ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣੀਆਂ ਸਟੇਜ ਤੋਂ ਐਨ ਆਰ ਆਈ ਭਰਾਵਾਂ ਦਾ ਇੱਥੋਂ ਸਨਮਾਨ ਕੀਤਾ ਜਾਣਾ ਮਿਹਰਬਾਨੀ ਕਰਕੇ ਜਿਹੜੇ ਪੰਚਾਇਤ ਮੈਂਬਰ ਇੱਥੇ ਆਏ ਆ ਅਤੇ ਟੂਰਨਾਮੈਂਟ ਕਮੇਟੀ ਦੇ ਮੈਂਬਰ ਆ ਉਹ ਸਟੇਜ ਦੇ ਉੱਤੇ ਆ ਜਾਣ ਇੱਥੋਂ ਸਨਮਾਨ ਕੀਤਾ ਜਾਣਾ ਜਿਹੜੇ ਐਨ ਆਰ ਆਈ ਭਰਾਵਾਂ ਨੇ ਸਹਿਯੋਗ ਦਿੱਤਾ ਇਹ ਟੂਰਨਾਮੈਂਟ ਲਈ ਸਾਡੇ ਪੱਤੀਆਂ ਕਰੇ ਨੇ ਰਸੂ ਗੁਰਪਾਲ ਸਿੰਘ ਪਾਲੀ ਨੇ ਪਹਿਲਾ ਨਾਮ ਜਿਹੜਾ ਅਨਾਊਂਸ ਕੀਤਾ ਸੀਗਾ ਉਹਦੇ ਲਈ ਉਹਨਾਂ ਨੇ 30,000 ਰੁਪਈਆ ਭੇਜਿਆ ਗੁਰਪਾਲ ਸਿੰਘ ਪਾਲੀ ਦਾ ਸਨਮਾਨ ਸਟੇਜ ਤੋਂ ਦਿੱਤਾ ਜਾ ਰਿਹਾ ਗੁਰਪਾਲ ਸਿੰਘ ਪਾਲੀ ਦਾ ਜਿਹੜਾ ਸਪੈਸ਼ਲ ਇਨਾਮ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਇੱਥੋਂ ਜਸਵੀਰ ਸਿੰਘ ਲੈ ਰਹੇ ਆ ਦੂਜਾ ਗੁਰਸ਼ਰਨ ਸਿੰਘ ਅਟਵਾਲ ਕੈਨੇਡਾ ਤੋਂ ਉਹਨਾਂ ਦਾ ਸਨਮਾਨ ਵੀ ਇੱਥੋਂ ਸਤਨਾਮ ਸਿੰਘ ਸਾਧੜਾ ਗੁਰਸ਼ਰਨ ਸਿੰਘ ਅਟਵਾਲ ਦਾ ਨਾਮ ਜਿਹੜਾ ਉਹ ਪ੍ਰਾਪਤ ਕਰ ਰਹੇ ਆ ਹੈਲੋ ਫਾਈਨਲ ਦੀਆਂ ਆਲ ਓਪਨ ਫਾਈਨਲ ਦੀਆਂ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਓ ਜਲਦੀ ਸਾਡਾ ਬਸ ਪੰਜ ਚਾਰ ਮਿੰਟ ਦਾ ਇੱਥੇ ਹੈਗਾ ਜਾਣੂ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਆਲ ਓਪਨ ਫਾਈਨਲ ਦੀਆਂ ਅਗਲਾ ਬਹਾਦਰ ਸਿੰਘ ਸਾਧੜਾ ਅਮਰੀਕਾ ਤੋਂ ਜਿਨ੍ਹਾਂ ਨੇ ਟੂਰਨਾਮੈਂਟ ਸਹਿਯੋਗੀ ਲਈ ਸਹਿਯੋਗ ਦਿੱਤਾ ਸੀ ਉਹਨਾਂ ਦਾ ਬਹਾਦਰ ਸਿੰਘ ਸਾਧੜਾ ਸੇਵਾ ਸਿੰਘ ਹੋਣੀ ਉਹਨਾਂ ਦਾ ਪ੍ਰਾਈਜ਼ ਜਿਹੜਾ ਸਨਮਾਨ ਆ ਉਹ ਸਟੇਜ ਤੋਂ ਪ੍ਰਾਪਤ ਕਰ ਲੈਣ ਤਰਸੇਮ ਸਿੰਘ ਸਾਧੜਾ ਯੂਕੇ ਵਾਲੇ
ਉਹਨਾਂ ਦਾ 10,100 ਆਇਆ ਸੀ, ਉਹਨਾਂ ਦਾ ਸਨਮਾਨ ਦਲਜੀਤ ਸਿੰਘ ਹੋਣੀ ਪ੍ਰਾਪਤ ਕਰ ਲੈਣ। ਤਰਸੇਮ ਸਿੰਘ ਸਾਜੜਾ, ਤਰਸੇਮ ਸਿੰਘ ਸਾਜੜਾ ਦਾ ਜਿਹੜਾ ਸਨਮਾਨ ਹੈ ਉਹ ਬਲਵੀਰ ਸਿੰਘ ਅਟਵਾਲ ਲੈ ਰਹੇ ਆ। ਅਗਲਾ ਜਤਿੰਦਰ ਸਿੰਘ ਸਾਜੜਾ ਕਨੇਡਾ ਤੋਂ, ਜਤਿੰਦਰ ਸਿੰਘ ਸਾਜੜਾ ਕਨੇਡਾ ਤੋਂ, ਜਸਪਾਲ ਸਿੰਘ ਪਾਲਾ ਉਹਨਾਂ ਦਾ ਸਨਮਾਨ ਪ੍ਰਾਪਤ ਕਰ ਰਹੇ ਹਨ। ਅਗਲਾ ਰਾਜਨਪ੍ਰੀਤ, ਰਾਜਨਪ੍ਰੀਤ ਸਿੰਘ ਦਿਓ, ਫਕੀਰ ਸਿੰਘ ਦਾ ਪੋਤਾ ਰਾਜਨਪ੍ਰੀਤ ਸਿੰਘ ਦਿਓ, ਉਹ ਆਪਣਾ ਸਨਮਾਨ ਉਹਨਾਂ ਦਾ ਜਸਵੀਰ ਸਿੰਘ ਉਹਨਾਂ ਦਾ ਸਨਮਾਨ ਲੈ ਲੈਣ। ਗੁਰਦੇਵ ਸਿੰਘ ਦੇਬੀ ਸਾਧੜਾ, ਗੁਰਦੇਵ ਸਿੰਘ ਸਾਧੜਾ ਕਨੇਡਾ ਤੋਂ, ਉਹਨਾਂ ਦਾ ਸਨਮਾਨ ਵੀ ਪ੍ਰਾਪਤ ਕਰ ਲਿਆ ਜਾਵੇ। ਚੀਪਾ ਜੇ ਇੱਥੇ ਹੈਗਾ ਨੇੜੇ, ਸੰਦੀਪ ਚੀਪਾ ਜੇ ਆਪਣਾ ਪ੍ਰਾਈਜ਼ ਲੈ ਲਵੇ ਗੁਰਦੇਵ ਸਿੰਘ ਦਾ। ਅਗਲਾ ਕਰਨੈਲ ਸਿੰਘ, ਕਰਨੈਲ ਸਿੰਘ ਸਾਜੜਾ ਕਨੇਡਾ ਤੋਂ, ਕਰਨੈਲ ਸਿੰਘ ਸਾਜੜਾ ਕਨੇਡਾ ਤੋਂ, ਗੁਰਨਾਮ ਸਿੰਘ ਸਾਜੜਾ ਕਨੇਡਾ ਤੋਂ, ਗੁਰਨਾਮ ਸਿੰਘ ਸਾਜੜਾ ਕਨੇਡਾ ਤੋਂ, ਜਰਨੈਲ ਸਿੰਘ ਸਾਜੜਾ ਕਨੇਡਾ ਤੋਂ, ਜਗਦੀਪ ਸਿੰਘ ਸਾਜੜਾ ਆਸਟ੍ਰੇਲੀਆ ਤੋਂ, ਜਗਦੀਪ ਸਿੰਘ ਸਾਜੜਾ ਬੂਟਾ ਸਿੰਘ ਸਾਜੜਾ ਕਨੇਡਾ, ਬੂਟਾ ਸਿੰਘ ਸਾਜੜਾ ਵੇ ਟੀਮਾਂ ਦੋਨੇ ਆ ਜਾਣ ਜਲਦੀ ਨਾ, ਟੀਮਾਂ ਆਲ ਓਪਨ ਦੀਆਂ ਦੋਏ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਤਾਂ ਕਿ ਮੈਚ ਛੇਤੀ ਸ਼ੁਰੂ ਕਰਾਇਆ ਜਾ ਸਕੇ। ਅਗਲਾ ਗਿਆਨ ਸਿੰਘ ਦੇਊ ਕੈਨੇਡਾ, ਬਈ 2 ਮਿੰਟ ਦਾ ਸਮਾਂ ਦੋਨੋਂ ਟੀਮਾਂ ਨੂੰ, ਨਹੀਂ ਤੇ ਦੋਨੋਂ ਟੀਮਾਂ ਦੇ ਪ੍ਰਾਈਜ਼ ਦੇ ਵਿੱਚੋਂ ਪੈਸੇ 1 ਮਿੰਟ ਦਾ 1000 ਰੁਪਇਆ ਕੱਟਿਆ ਜਾਵੇਗਾ। 2 ਮਿੰਟ ਦਾ ਸਮਾਂ ਦੋਨੋਂ ਟੀਮਾਂ ਨੂੰ। ਜਸਕਰਨ ਸਿੰਘ ਅਟਵਾਲ ਕੈਨੇਡਾ, ਜਸਕਰਨ ਸਿੰਘ ਅਟਵਾਲ
ਜਸਕਰਨ ਸਿੰਘ ਅਟਵਾਲ ਕੈਨੇਡਾ, ਦਵਿੰਦਰ ਸਿੰਘ ਅਟਵਾਲ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਆ ਦੋ ਦਿਨ, ਦਵਿੰਦਰ ਸਿੰਘ ਅਟਵਾਲ ਸਾਨੂੰ, ਬਲਵੀਰ ਸਿੰਘ ਅਟਵਾਲ, ਹਰਦਿਆਲ ਸਿੰਘ ਦੇਊ ਕੈਨੇਡਾ, ਬਲਿਹਾਰ ਸਿੰਘ ਸਾਜੜਾ, ਬਲਿਹਾਰ ਸਿੰਘ ਸਾਜੜਾ, ਤੀਰਥ ਸਿੰਘ ਸਾਜੜਾ ਨਿਊਜ਼ੀਲੈਂਡ ਤੋਂ, ਉਹ ਵੀ ਆਪਣਾ ਉਹਨਾਂ ਦਾ ਸਨਮਾਨ ਵੀ ਲੈ ਲਓ। ਹੈਲੋ, ਤੀਰਥ ਸਿੰਘ ਸਾਜੜਾ ਨਿਊਜ਼ੀਲੈਂਡ, ਜਿਨ੍ਹਾਂ ਨੇ ਇਸ ਟੂਰਨਾਮੈਂਟ ਲਈ ਸਹਿਯੋਗ ਦਿੱਤਾ, ਇਹਨਾਂ ਰਾਈ ਭਰਾਵਾਂ ਨੇ, ਉਹਨਾਂ ਨੂੰ ਇੱਥੋਂ ਸਨਮਾਨਿਤ ਕੀਤਾ ਗਿਆ। ਅਗਲਾ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਤਾਂ ਕਿ ਮੈਚ ਸ਼ੁਰੂ ਹੋ ਸਕੇ। ਹੈਲੋ, ਲਾਲੋ ਮਜਾਰੇ ਤੋਂ ਕੋਚ ਸਾਹਿਬ ਕਸ਼ਮੀਰ ਸਿੰਘ ਪੱਪੂ ਸਾਡੇ ਕੋਲ ਹਰ ਸਾਲ ਆਪਣੀ ਟੀਮਾਂ ਲੈ ਕੇ ਆਉਂਦੇ ਆ ਇੱਥੋਂ ਸਟੇਜ ਤੋਂ, ਉਹਨਾਂ ਨੂੰ ਵੀ ਦਲਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਜਾਣਾ, ਉਹ ਆ ਜਾਣ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਲਾਲੋ ਮਜਾਰਾ ਬਈ, ਫਾਈਨਲ ਦੀਆਂ ਟੀਮਾਂ ਆ ਜਾਣ ਜਲਦੀ ਨਾ, ਗੱਗੀ ਟੀਮ ਲੈ ਆਪਾਂ ਚਾਹੀ, ਬੇਨਤੀ ਕਰੀਏ ਵੀ ਸੂਰਜ ਦੇਵਤਾ ਦੀ ਹਾਜ਼ਰੀ ਦੇ ਵਿੱਚ ਵਿੱਚ ਮੈਚ ਹੋ ਜਾਣ। ਬਈ, ਕ੍ਰੀਏ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ, ਕ੍ਰੀਏ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ, ਟੀਮਾਂ ਜਲਦੀ ਨਾ ਆਉਣ। ਇੱਕ ਮਿੰਟ ਤੋਂ ਬਾਅਦ ਇੱਕ ਇੱਕ ਹਜ਼ਾਰ ਰੁਪਇਆ ਇੱਕ ਮਿੰਟ ਦਾ ਕੱਟਿਆ ਜਾਵੇਗਾ ਦੋਨੋਂ ਟੀਮਾਂ ਦਾ। ਕਮੇਟੀ ਦੇ ਰੂਲ ਸਖ਼ਤ ਆ, ਕਹਿੰਦੇ ਵੀ ਪੈਸੇ ਅਸੀਂ ਕੱਟਣੇ ਆ, ਜੋ ਮਰਜ਼ੀ ਹੋਵੇ ਟੀਮਾਂ ਨਾ ਆਉਣਗੀਆਂ। ਆ ਰਹੋ ਯਾਰ ਦੋਨੋਂ ਟੀਮਾਂ ਬਿਨਾ ਕਿਸੇ ਦੇਰੀ ਦੇ। ਕਸ਼ਮੀਰ ਸਿੰਘ ਜੀ, ਹੈਲੋ, ਹੈਲੋ, ਸਾਨੂੰ ਸਾਡੇ ਜਿਹੜੇ ਐਨ ਆਰ ਆਈ ਭਰਾ ਆ ਵਿਦੇਸ਼ ਵਿੱਚ ਬੈਠੇ, ਲਾਈਵ ਜਿਹੜਾ ਸਾਰਾ ਪ੍ਰੋਗਰਾਮ ਦੇਖ ਰਹੇ ਆ ਟੂਰਨਾਮੈਂਟ, ਗੁਰਪਾਲ ਸਿੰਘ ਪਾਲੀ ਜਿਹੜਾ ਸਾਡੇ ਪਿੰਡ ਦਾ ਬਹੁਤ ਵਧੀਆ ਖਿਡਾਰੀ ਸੀ, ਇੰਗਲੈਂਡ 'ਚ ਰਹਿੰਦਾ ਉਹ ਲਾਈਵ ਜਿਹੜਾ ਦੇਖ ਰਿਹਾ ਸਾਰਾ ਕੁਛ, ਉਹਨੇ ਅਗਲੇ ਟੂਰਨਾਮੈਂਟ ਲਈ 50,000 ਰੁਪਇਆ ਦੇਣ ਦਾ ਜਿਹੜਾ ਐਲਾਨ ਕੀਤਾ। ਅਸੀਂ ਗੁਰਪਾਲ ਸਿੰਘ ਪਾਲੀ ਦਾ ਇੱਥੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅਗਲੇ ਸਾਲ ਲਈ 50,000 ਰੁਪਇਆ ਸਾਨੂੰ ਇੱਥੇ ਸਹਿਯੋਗ ਦੇਣਾ।
ਟੀਮਾਂ ਜਲਦੀ ਆ ਜਾਓ, ਲਾਸਟ ਮੈਚ ਆ, ਆਖਰੀ ਮੈਚ ਆ, ਦੋਨੋਂ ਟੀਮਾਂ ਮਿਹਰਬਾਨੀ ਕਰਕੇ ਜਲਦੀ ਆ ਜਾਓ। ਆ ਗਈਆਂ ਜੀ, ਆ ਗਈਆਂ ਟੀਮਾਂ। ਹਾਂਜੀ ਬਾਬਾ ਬਿਲਗੀ ਵਾਲਾ ਉਮਰ 40-45 ਸਾਲ ਦੀ, ਕਿੰਨੀ ਕੇ ਬਾਬਾ 50 ਸਾਲ ਦੀ, 100 ਅੱਛਾ 125 ਸਾਲ ਦੀ ਉਮਰ ਬਾਬੇ ਦੀ, 70 ਸਾਲ 120 ਸੈਕਿੰਡ, 100 ਤੇਲੂ ਮੰਜ ਤੋਂ 7 ਸਾਲ ਮੈਨੂੰ ਵੀ ਬੋਲਦੇ ਨੂੰ ਹੋ ਗਏ ਕਾਲਿਆ, ਤੁਸੀਂ ਵੀ ਇੰਨਾ ਕੁ ਚਿਰ ਹੋ ਗਿਆ ਹੁਣ ਸੁਣਦੇ ਨੂੰ, ਜਦੋਂ ਦਾ ਮੈਂ ਬੋਲਦਾ ਬਜ਼ੁਰਗ ਇਹੀ ਕਹਿੰਦਾ ਮੇਰੀ 70 ਸਾਲ ਦੀ ਉਮਰ ਆ। ਇਹ ਵੀ ਨਹੀਂ ਗਰਾਰੀ ਨਾ ਘੱਟੀ ਨਾ ਵਧੀ, ਤਾੜੀਆਂ ਜ਼ੋਰਦਾਰ ਮਾਰ ਦਿਓ, ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ। ਲਓ ਉਧਰਲੇ ਪਾਸੇ ਬਾਬਾ ਪੁੱਠੀਆਂ ਸਿੱਧੀਆਂ ਬਾਜੀਆਂ ਪਾਉਂਦਾ ਬਈ, ਆ ਜਾਓ ਟੀਮ ਜਲਦੀ ਨਾ, ਲਓ ਕ੍ਰਿਕਟ ਦੀ ਟੀਮ ਪੁੱਜ ਗਈ ਆ, ਨਗਰ ਦੇ ਖਿਡਾਰੀ ਆ ਜਾਣ। ਜਦ ਤੱਕ ਟੀਮਾਂ ਗਰਾਊਂਡ 'ਚ ਨਹੀਂ ਆਉਂਦੀਆਂ ਉਦ ਤੱਕ ਬਾਬਾ ਇਸੇ ਤਰ੍ਹਾਂ ਖੜਾ ਰਹੂਗਾ, ਪੁੱਠਾ ਖੜੂਗਾ ਬਾਬਾ ਸਿਰ ਦੇ ਭਾਰ, ਜਦ ਤੱਕ ਟੀਮਾਂ ਗਰਾਊਂਡ 'ਚ ਨਹੀਂ ਆਉਂਦੀਆਂ। ਗੁਰਬਖਸ਼ ਪਹਿਲਵਾਨ ਜੀ, ਇਸ ਉਮਰੇ ਬੰਦਾ ਸਿੱਧਾ ਨਹੀਂ ਖੜਾ ਹੋ ਸਕਦਾ, ਇਹ ਬੰਦਾ ਪੁੱਠਾ ਖੜਾ ਹੋਇਆ ਵੀ ਤਾੜੀਆਂ ਜ਼ੋਰਦਾਰ ਮਾਰਦੀ। ਬਾਬਾ ਹਜੇ ਡੰਡ ਵੀ ਕੱਢੂਗਾ, ਉਠਕ ਬੈਠਕ ਵੀ ਮਾਰੂ, ਸਰੀਰ ਪੂਰਾ ਫਿੱਟ ਰੱਖਿਆ, ਢਿੱਡ ਇੱਦਾਂ ਬਲ ਪੈਂਦੇ ਆ ਜਿੱਦਾਂ। ਇਹ ਹਰ ਇੱਕ ਗਰਾਊਂਡ ਦੇ ਵਿੱਚ ਜਾਂਦਾ, ਸਿਰਫ ਕਹਿੰਦਾ ਮੇਰਾ ਸ਼ੌਂਕ ਆ, ਪੈਸੇ ਦਿਓ ਚਾਹੇ ਨਾ ਦਿਓ, ਇਹ ਸ਼ੌਂਕ ਆ ਇਹਦਾ, ਇਹ ਪੈਸੇ ਨੂੰ ਨਹੀਂ ਆਉਂਦਾ, ਘਰੋਂ ਚਾਹੀਏ ਤੇ ਭਾਵੇਂ ਸੋਨੇ ਦੀ ਥਾਲੀ 'ਚ ਰੋਟੀ ਖਾ ਲਵੇ, ਇਹ ਸ਼ੌਂਕ ਆ, ਸ਼ੌਂਕ ਲਈ ਤਾੜੀਆਂ ਮਾਰ ਦਿਓ ਇੱਕ ਵਾਰ। ਬਈ ਗ੍ਰੀਹੇ ਦੀ ਟੀਮ ਆ ਗਈ ਆ ਤੇ ਰਸੂਲਪੁਰ ਦੀ ਟੀਮ ਪੁੱਜਿਆ ਵੀ, ਰਸੂਲਪੁਰ ਦੀ ਟੀਮ ਆਓ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ। ਰੈਫਰੀ ਸਾਹਿਬ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਦਿਓ, ਤੇ ਨਾਲ ਸੋਹਣ ਸਿੰਘ ਦੀ ਸੈਕਟਰੀ ਸਾਹਿਬ, ਪ੍ਰਧਾਨ ਗੁਰਚੈਨ ਸਿੰਘ ਦੀ, ਜਸਵੀਰ ਸਿੰਘ ਦੀ, ਆਓ ਜੀ ਆਪਾਂ ਹੁਣ ਆਸ਼ੀਰਵਾਦ ਦੇ ਕੇ ਤੇ ਫਾਈਨਲ ਮੈਚ ਸ਼ੁਰੂ ਕਰਵਾਈਏ। ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਦਿਓ ਜੀ। ਮੰਚ ਤੇ ਬੈਠੀਆਂ ਸਾਰੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਵੱਡੇ ਉਪਰਾਲੇ ਦੇ ਨਾਲ ਰਸੂਲਪੁਰ ਦੀ ਧਰਤੀ ਦੇ ਹਰੇਕ ਸਾਲ ਰੌਣਕਾਂ ਲੱਗਦੀਆਂ। ਮੇਰੀ ਵੀਰਿਓ, ਇਹ ਚੌਥੇ ਸਾਲ ਦਾ ਸ਼ਾਨਦਾਰ ਕਬੱਡੀ ਟੂਰਨਾਮੈਂਟ, ਮਿਆਰਾ ਰਾਜਾ ਸਾਹਿਬ ਦੀ ਧਰਤੀ ਤੇ 12ਵੇਂ ਸਾਲ ਦਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ। 28 ਤਰੀਕ ਨੂੰ ਲੜਕੀਆਂ ਦੇ ਮੈਚ ਹੋਣਗੇ, 55,000, 45,000, 21 ਤੇ 11,000 ਪ੍ਰਾਈਜ਼ ਦਿੱਤਾ ਜਾਊਗਾ, ਬੈਸਟਾਂ ਨੂੰ ਵੀ 11,000। ਸ਼ਾਮ ਨੂੰ ਰੰਧਾਵਾ ਬ੍ਰਦਰਸ ਦਾ ਕਹਿੰਦੇ ਖੁੱਲ੍ਹਾ ਅਖਾੜਾ ਹੋਵੇਗਾ। ਸ਼ੇਰਗਿੱਲ ਭਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀਆਂ ਰੌਣਕਾਂ ਲਵਾਉਣਗੇ ਮਿਆਰਾ ਰਾਜਾ ਸਾਹਿਬ ਦੀ ਧਰਤੀ ਤੇ। 29 ਤਰੀਕ ਨੂੰ ਲੜਕਿਆਂ ਦਾ ਕਬੱਡੀ ਕੱਪ, ਜਿਹਦਾ ਫਸਟ ਪ੍ਰਾਈਜ਼ 71,000, ਸੈਕਿੰਡ 61,000, ਬੈਸਟਾਂ ਨੂੰ 21,000 ਦਿੱਤੇ ਜਾਣਗੇ। ਆਓ ਜੀ ਸੈਕਟਰੀ ਸਾਹਿਬ, ਅਟਵਾਲ ਸਾਹਿਬ ਆ ਜਾਓ, ਟੀਮਾਂ ਨੂੰ ਆਸ਼ੀਰਵਾਦ ਦੇ ਕੇ ਸ਼ੁਰੂ ਕਰਵਾਈਏ ਮੈਚ ਯਾਦਗਾਰੀ ਫੋਟੋ ਤੋਂ ਬਾਅਦ। ਫਾਈਨਲ ਮੈਚ ਜਿਹੜਾ ਆਖਰੀ ਮੈਚ ਹੈ ਅੱਜ ਦਾ, ਫਾਈਨਲ ਮੈਚ ਆਲ ਓਪਨ ਦਾ, ਰਸੂਲਪੁਰ ਵਰਸਸ ਕਰੀਹਾ ਦੀਆਂ ਟੀਮਾਂ 'ਚ ਖੇਡਿਆ ਜਾਣਾ। ਦੋਨਾਂ ਟੀਮਾਂ ਨੂੰ ਲਾਈਨ ਅਪ ਕਰਾ ਦਿਓ ਸਟੇਜ ਵੱਲੋਂ, ਇਹਨਾਂ ਨੂੰ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਜਾਣਾ।
ਡੀਸੀ ਦੇ ਉਹਨੂੰ ਦੱਸ ਦੇਣਾ। ਆ ਜਾਓ ਜੀ ਸਾਰੇ, ਆ ਜਾਓ ਮੁੰਡੇ ਨੂੰ ਕਰ ਦਈਏ ਸਨਮਾਨ। ਹਾਂਜੀ ਹਾਂਜੀ ਆ ਜਾਓ ਸਾਰੇ, ਸੱਦੀ ਬਾਜੀ ਆ ਜਾਓ, ਸਾਹਮਣੇ ਆ ਜਾਓ ਬਾਜੀ। ਹਾਂਜੀ ਗੱਗੀ ਵੱਲੋਂ ਦੋ ਖਿਡਾਰੀ ਨੂੰ ਕਰਨੇ, ਧੋਨੀ ਤੇ ਡੀਸੀ ਪੌਂਦੂ। ਅੱਛਾ ਪੌਂਦੂ, ਹਰਪ੍ਰੀਤ ਪੌਂਦੂ ਤੇ ਡੀਸੀ ਨੂੰ ਸਨਮਾਨ ਕੀਤਾ ਜਾਵੇਗਾ ਅੱਜ ਸੋਹਣੇ ਰੰਗੇ ਕੱਪਾਂ ਦੇ ਨਾਲ, ਕਿਉਂਕਿ ਗੱਗੀ ਦੇ ਨਾਲ ਬੜਾ ਪਿਆਰ ਇਹਨਾਂ ਖਿਡਾਰੀਆਂ ਦਾ, ਔਰ ਹਰ ਰੋਜ਼ ਇਹਨਾਂ ਮੈਦਾਨਾਂ ਦਾ ਸ਼ਿੰਗਾਰ ਬਣਦੇ ਮੇਰੇ ਪੰਜਾਬੀ ਵੀਰਿਓ। ਗੱਗੀ ਕਹਿੰਦਾ ਵੀ ਡੀਸੀ ਦਾ ਤੇ ਨਾਲ ਨਾਜਨ ਗੱਭਰੂ ਹਰਪ੍ਰੀਤ ਪੌਂਦੂ ਜਗਤਪੁਰੀਏ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ। ਹਾਂਜੀ ਆਓ ਟੀਮ ਤੋਂ ਫੋਟੋ ਕਰਾ ਲਈਏ ਦੀ। ਲਓ ਸਾਹਮਣੇ ਕਹਿੰਦੇ ਯਾਦਗਰੀ ਤਸਵੀਰ ਸਮੁੱਚੀ ਮਾਣਮੱਤੀਆਂ ਸ਼ਖਸੀਅਤਾਂ ਦੇ ਨਾਲ ਹੋਣ ਜਾ ਰਹੀ ਹੈ। ਅਸੀਂ ਇਕੱਲੇ ਇਕੱਲੇ ਚਿਹਰੇ ਦਾ ਵੱਡਾ ਧੰਨਵਾਦ ਕਰਦੇ, ਕੁਲਦੀਪ ਮੇਰਾ ਵੀ ਰੱਟੇ ਵਾਲਾ, ਸੁਖੀ ਭਾਣੋਕੀ ਵਾਲਾ, ਔਰ ਸਾਰੇ ਪੱਤਰਕਾਰ ਮੀਡੀਆ ਦਾ ਵੱਡਾ ਧੰਨਵਾਦ, ਜਿੰਨਾ ਵੀ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ, ਤਾਰੀ ਜੀ ਲੋਧੀਪੁਰ ਵਾਲੇ, ਔਰ ਧੰਨਵਾਦ ਕਰਦੇ ਰਾਜ ਮੁਜਾਰੀ ਜੀ, ਇਹ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਯਾਦਗਿਰੀ ਤਸਵੀਰ ਤੋਂ ਬਾਅਦ ਲਾਓ ਖੇਡ ਦੇ ਨਾਲ ਜੁੜੀਏ, ਵਰਤਮਾਨ ਦੇ ਨਾਲ ਜੁੜੀਏ। ਬਹੁਤ ਬਹੁਤ ਧੰਨਵਾਦ ਸਾਡੇ ਤਾਰੀ ਵਾਰੀ ਲੋਧੀਪੁਰ ਪਿੰਡ ਹੈ, ਪੰਜਾਬੀ ਜਾਗਰਣ ਅਖਬਾਰ ਦੇ ਲਈ ਵੱਡੀ ਸੇਵਾ ਕਰਦੀ ਭੂਮਿਕਾ ਨਿਭਾਉਂਦੇ ਆ, ਅੱਜ ਦੀ ਇਹ ਸਾਰੀਆਂ ਖਬਰਾਂ ਜਿਹੜੀਆਂ ਪੰਜਾਬੀ ਜਾਗਰਣ ਦੇ ਵਿੱਚ ਫਿਰ ਲਾਉਣਗੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਰਾਜ ਮਜਾਰੀ ਜੀ। ਲਓ ਹੁਣ ਕਹਿੰਦੇ ਵੀ ਚੋਟੀ ਦਾ ਮੁਕਾਬਲਾ, ਕੁੰਡੀਆਂ ਦੇ ਸਿੱਖ ਫਸਣ ਮੁਕਾਬਲਾ, ਕਿ ਮੈਚ ਲੱਗਾ ਅੱਜ ਦਾ ਫਾਈਨਲ ਹੋਣ ਲੱਗਾ ਮਿੱਤਰੋ, ਫਸ ਗਈਆਂ ਕੁੰਡੀਆਂ, ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਦੋਨੋਂ ਚੰਡੀਆਂ, ਦੋਨੋਂ ਟਾਪ ਦੀਆਂ ਟੀਮਾਂ ਨੇ, ਔਰ ਸਿਰੇ ਦਾ ਮੁਕਾਬਲਾ ਖੇਡਿਆ ਜਾਵੇਗਾ ਇਹਨਾਂ ਟੀਮਾਂ ਦੇ ਦਰਮਿਆਨ। ਕੁੰਡੀਆਂ ਦੇ ਸਿੰਘ ਫਸਣ ਵਾਲੇ ਦੋਨੇ ਪਾਸੇ ਸਟਾਰ ਖਿਡਾਰੀ ਖੇਡ ਰਹੀ ਹੈ ਇਸ ਵੇਲੇ ਮੇਰੇ ਵੀਰਿਓ, ਔਰ ਕਬੱਡੀ ਸੁਪਰ ਸਟਾਰ ਪੇਜ ਚਲਾਉਣ ਵਾਲੇ ਸਾਡੇ ਕੁਲਦੀਪ ਅੱਟੇ ਵਾਲੇ ਭਰਾ ਦਾ ਵੀ ਧੰਨਵਾਦ ਕਰਦੇ ਹਾਂ, ਉੱਧਰ ਸੁੱਖੀ ਦਾ ਵੀ ਕਬੱਡੀ ਫਾਸਟ ਪੇਜ, ਸਾਰੇ ਵੀਰਾਂ ਦਾ ਧੰਨਵਾਦ। ਲਓ ਉੱਧਰ ਦੋਨਾਂ ਟੀਮਾਂ ਦੇ ਖਿਡਾਰੀ ਵੀਰਾਂ ਨੂੰ ਮਿੱਟੀ ਲਾਈ ਜਾ ਰਹੀ ਹੈ,
ਵੀ ਬਹੁਤ ਤਕੜਾ ਜਿਹੜਾ ਮੈਚ ਖੇਡਿਆ ਜਾਣਾ। ਸਿਆਣੇ ਕਹਿੰਦੇ ਕਹਿਣਾ ਕਦੇ ਮੋੜੀਏ ਨਾ ਪੰਚਾਇਤ ਦਾ, ਮਾਪਿਆਂ ਨੂੰ ਮੌਕਾ ਦਈਏ ਨਾ ਸ਼ਿਕਾਇਤ ਦਾ, ਸਾਂਝੀ ਬੱਟ ਬੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ, ਸੱਥ ਚ ਖਲੋ ਕੇ ਨਾ ਜੀ ਗਾਲ ਕੱਢੀਏ, ਚੌਕੀਦਾਰ ਨਾਲ ਵੈਰ ਪਾਈਏ ਨਾ, ਫੁਕਰੇ ਜੇ ਬੰਦੇ ਦੀ ਬਰਾਤ ਜਾਈਏ ਨਾ, ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ, ਐਬੀ ਕੋਲ ਜਾਣ ਦਈਏ ਨਾ ਜਵਾਕ ਨੂੰ, ਬੁਲਾਈਏ ਨਾ ਕਦੇ ਆਖੋਏ ਰਾਹੀ ਨੂੰ, ਮਾਂਜ ਰੇਤੇ ਨਾ ਧੋਈਏ ਨਾ ਕੜਾਹੀ ਨੂੰ, ਮੌਤ ਤੇ ਸ਼ਰੀਕ ਘਰ ਜਾਣੋਂ ਰਹੀਏ ਨਾ, ਭੈਣ ਦੇ ਚੁੱਲ੍ਹੇ ਉੱਤੇ ਬਹੁਤਾ ਚਿਰ ਬਹੀਏ ਨਾ, ਘਰ ਦਾ ਨਾ ਭੇਤ ਜਾ ਗੁਜ਼ਾਰ ਕਰੀਏ, ਆਖੀਏ ਪਨੀਰ ਭਾਵੇਂ ਦਾਲ ਧਰੀਏ, ਆਪਣੇ ਤੋਂ ਵੱਡੇ ਨਾਲ ਨਾ ਧੀ ਤੋਰੀਏ, ਹੋ ਜਾਏ ਬੱਗੀ ਦਾੜੀ ਫੇਰ ਨਾ ਠਰਕ ਭੋਰੀਏ, ਸਫ਼ਰ ਵਿੱਚ ਬਹੁਤਾ ਖਾਈਏ ਨਾ, ਨਿੱਤ ਸਹੁਰੇ ਜਾ ਕੇ ਕਦਰ ਘਟਾਈਏ ਨਾ, ਔਲਾਦ ਦਾ ਨਾ ਮਿਹਣਾ ਕਦੇ ਦਈਏ ਬਾਂਜ ਨੂੰ, ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ, ਸ਼ਾਬਾਸ਼ ਕਦੇ ਆਖੀਏ ਨਾ ਪੁੱਤ ਨੂੰ, ਅਣਕੱਜਾ ਰੱਖੀਏ ਨਾ ਦੁੱਧ ਨੂੰ, ਸੋਗ ਵੇਲੇ ਕੱਢੀਏ ਨਾ ਬਹੁਤਾ ਟੌਰ ਨੂੰ, ਤੇ ਕਰਮ ਦੀ ਨਾ ਇਹਨਾਂ ਗੱਲਾਂ ਉੱਤੇ ਕਰ ਜਰਾ ਗੌਰ ਤੂੰ। ਲਓ ਸਿਰੇ ਦਾ ਮੈਚ ਖੇਡਿਆ ਜਾ ਰਿਹਾ, ਦੋਨੇ ਪਾਸੇ ਚੋਟੀ ਦੇ ਖਿਡਾਰੀ ਹੈ, ਇੱਕ ਪਾਸੇ ਕ੍ਰੀਹੇ ਦੀ ਟੀਮ ਹੈ, ਦੂਸਰੇ ਪਾਸੇ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸਪੋਰਟਸ ਕਲੱਬ ਨਗਰ ਦੀ ਟੀਮ ਹੈ। ਚੋਟੀ ਦਾ ਮੈਚ ਖੇਡਿਆ ਜਾਣਾ, ਦੋਨੇ ਪਾਸੇ ਵੱਡੇ ਨਾਮਣੇ ਵਾਲੇ ਖਿਡਾਰੀ ਪੁੱਜੇ ਹੈ ਕਿ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ, ਉੱਥੇ ਤੀਜਾ ਗੁਰੂ ਦਾ ਸਥਾਨ ਬਣਦਾ, ਮਦਦ ਸਿੱਖਿਆ ਦੀ ਜਿਸ ਨੂੰ ਮਿਲ ਜਾਵੇ, ਸਿਆਣੇ ਕਹਿੰਦੇ ਬੰਦਾ ਇਨਸਾਨ ਬਣਦਾ। ਹੈਲੋ ਸਾਰੇ ਨਗਰ ਨਿਵਾਸੀਆਂ ਲਈ ਜ਼ਰੂਰੀ ਸੂਚਨਾ, ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ, ਦੂਜੀ ਵਾਰ ਫਿਰ ਅਸੀਂ ਸਾਰਿਆਂ ਨੂੰ ਸੂਚਨਾ ਦੇਣਾ ਚਾਹੁੰਦੇ ਹਾਂ ਕਿ ਆਪਾਂ ਜਿਹੜਾ ਪਿਛਲੇ ਸਾਲਾਂ 'ਚੋਂ ਟੂਰਨਾਮੈਂਟ ਕਰਾ ਰਹੇ ਹਾਂ, ਇਹ ਸਾਰਾ ਲੇਖਾ ਜੋਖਾ ਕਰਨ ਲਈ ਅਤੇ ਇਸ ਟੂਰਨਾਮੈਂਟ ਦਾ ਹਿਸਾਬ ਜਿਹੜਾ ਉਹ ਸਾਰਾ ਕਰਨ ਦੇ ਲਈ ਅਤੇ ਪਿੰਡ ਨਗਰ ਨਿਵਾਸੀਆਂ ਨੂੰ ਦੱਸਣ ਦੇ ਲਈ 31 ਤਰੀਕ ਨੂੰ 3 ਵਜੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਮੀਟਿੰਗ ਕੀਤੀ ਜਾਣੀ ਆ। ਤੋ ਸੋ ਸਾਰੇ ਜਿੰਨੇ ਦਿਲਚਸਪੀ ਰੱਖਦੇ ਆ ਖੇਡਾਂ ਦੇ ਵਿੱਚ ਨਗਰ ਨਿਵਾਸੀ ਉਸ ਮੀਟਿੰਗ ਵਿੱਚ ਪਹੁੰਚਣ, ਆਪਣੇ ਜਿਹੜੇ ਕੀਮਤੀ ਸੁਝਾਅ ਕੀ ਘਾਟਾਂ ਰਹੀਆਂ, ਅੱਗੇ ਨੂੰ ਕੀ ਸੁਧਾਰ ਕਰ ਸਕਦੇ ਹਾਂ, ਉਹਦੇ ਲਈ ਆਪਣੇ ਕੀਮਤੀ ਸੁਝਾਅ ਦੇਣ। ਲਾਓ ਸਦਾ ਕਸ਼ਮੀਰ ਸਿੰਘ ਜੀ ਥਾਂਦੀ ਸਾਹਿਬ ਕਹਿੰਦੇ ਆ ਵੀ 6 ਤਰੀਕ ਨੂੰ ਵੱਡਾ ਖੇਡ ਮਿਲਦਾ ਮੇਰੇ ਨਗਰ ਦੇ ਵਿੱਚ, ਇੱਧਰ ਮੁੰਡਾ ਕਰਨ ਕਬੱਡੀ ਪਾਉਂਦਾ ਪਰ ਆਹ ਕੌਣ ਹੈ, ਇਸ ਵੇਲੇ ਰਕੜਾ ਢਾਹਾਂ ਵਾਲਾ ਨਹੀਂ ਕਾਮਯਾਬ ਹੋਇਆ ਤੇ ਮੁੰਡਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਪਹਿਲੀ ਕਬੱਡੀ ਦੇ ਲੱਖਾਂ ਜਾਂ ਅੰਕ ਜੋੜ ਦਿੱਤਾ ਕਿ ਲੱਡੂ ਵੰਡ ਦੀ ਕਚਹਿਰੀਓ ਆਵਾਂ, ਪਹਿਲੀ ਪੇਸ਼ੀ ਮੇਰਾ ਯਾਰ ਛੁੱਟ ਜਾਏ, ਲੱਡੂ ਵੰਡ ਦੀ ਕਚਹਿਰੀਓ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਪਹਿਲੀ ਰੇਡ ਤੇ ਕਹਿੰਦੇ ਕਰਨੇ ਨੰਬਰ ਜੋੜ ਦਿੱਤਾ ਮੇਰੇ ਵੀਰਿਓ, ਕੌਣ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ, ਇਹ ਹੈ ਜੋਗੀ ਕਰੀਮਪੁਰ ਚਾਹ ਵਾਲਾ ਦੀ ਧਰਤੀ ਦਾ ਜੋਗੀ ਕਬੱਡੀ ਪਾ ਰਿਹਾ ਸਾਹਮਣੇ, ਕਹਿੰਦੇ ਵੀ ਚਾਰ ਨੇ ਚਾਰਾਂ ਵਿੱਚ ਪਾਲੀ ਕੱਲੀ ਤੇ ਗੱਗੀ, ਪਰ ਡੀਸੀ ਨੇ ਟਰਾਈ ਕੀਤੀ ਮੇਰੇ ਵੀਰਿਓ, ਸਫਲਤਾ ਜੋਗੀ ਦੇ ਕਦਮ ਚੁੰਮ ਗਈ ਹੈ ਤੇ ਨੰਬਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖਦੇ ਵੀ ਇਸ ਵੇਲੇ ਬਾਬਾ ਪ੍ਰੇਮਦਾਸ ਕਬੱਡੀ ਕਲੱਬ ਕਰੀਹੇ ਦੀ ਟੀਮ ਲਈ ਪਾਉਣ ਦਾ ਵਾਅਦਾ। ਲੈ ਵੀ ਕਰਮਦੀਨ ਦਲਜੀਤ ਆ ਗਿਆ ਕਬੱਡੀ ਪਾਉਣ, ਲਾ ਸਾਹਮਣੇ ਦਲਜੀਤ ਦੀ ਕਬੱਡੀ ਹੈ, ਛੋਟੀ ਉਮਰ ਦਾ ਖਿਡਾਰੀ ਹੈ, ਗੁੰਦਮਾ ਜਾਂ ਸਰੀਰ ਮੁੰਡੇ ਦਾ, ਗੁੰਦਮੇ ਸਰੀਰ ਸਾਂਭੇ ਨਾਲੇ ਰੇਡਾਂ ਪਾਉਂਦੇ ਨਾਲੇ ਜੱਫੇ ਲਾਉਂਦੇ, ਗੱਭਰੂ ਕਬੱਡੀ ਖੇਡ ਕੇ ਪੂਰੇ ਜੱਗ ਵਿੱਚ ਨਾਮ ਹੈ ਚਮਕਾਉਂਦੇ, ਦੂਰੋਂ ਦੂਰੋਂ ਆਵੇ ਦੁਨੀਆ, ਜਦੋਂ ਮੈਚ ਕਬੱਡੀ ਵਾਲੇ ਹੁੰਦੇ ਪਾਉਣਾ ਚ ਸੰਗੀਤ ਗੂੰਜਦਾ, ਜਦੋਂ ਪਿੜਦੇ ਪੰਜਾਬੀਆਂ ਦੇ ਮੁੰਡੇ ਲੋਹੇ ਜਿਹੇ ਪਿੰਡਿਆਂ ਚ ਖਹਿ ਖਹਿ ਕੇ ਮੁੜਕਾ ਵਿਖਾਉਂਦੇ ਨੇ, ਗੱਭਰੂ ਕਬੱਡੀ ਖੇਡ ਕੇ ਪੂਰੇ ਜੱਗ ਵਿੱਚ ਨਾਮ ਚਮਕਾਉਂਦੇ ਨੇ, ਮੋਰੇ 3 ਜਾਫੀ ਹੈ, 3 ਅੰਤਰਰਾਸ਼ਟਰੀ ਹੈ, ਔਰ 4 ਦੇ 4 ਹੀ ਸੁਪਰ ਸਟਾਰ ਹੈ, ਕਲੀ ਪਾ ਦਿਓ ਹੱਡਿਆਂ ਦੇ ਉੱਪਰ ਜਿਹੜੇ ਮੇਰੀ ਵੀਰ ਦੀ ਡਿਊਟੀ ਲੱਗੀ ਹੈ, ਕਲੀ ਪਾ ਦਿਓ।
ਲਓ ਰਕੜਾ ਟਾਹਾਂ ਵਾਲਾ ਕਹਿੰਦੇ ਹੈਪੀ ਕਬੱਡੀ ਪਾ ਰਿਹਾ ਹੈ, ਸਾਹਮਣੇ ਰਕੜਾ ਟਾਹਾਂ ਵਾਲਾ ਜਿੰਦਰ ਵੀ ਖੜਾ ਹੈ, ਪਰ ਵੇਖਾਂਗੇ ਵੀ ਗੱਗੀ ਨੇ ਕੋਸ਼ਿਸ਼ ਕੀਤੀ ਹੈ ਪਰ ਸਫਲਤਾ ਹੈਪੀ ਦੇ ਕਦਮ ਤੋਂ ਹੋਊਗੀ ਹੈ। ਤੇ ਨੰਬਰ ਹੈਪੀ ਨਾਇਰ ਗਬਰੂ ਆਪਣੀ ਟੀਮ ਕਰੀਹੇ ਦੀ ਟੀਮ ਲਈ ਪਾਉਣ ਦਾ ਵਾਅਦਾ ਕਰ ਗਏ ਹੈ। ਅਗਲੀ ਕਬੱਡੀ ਪਾਉਣ ਦੇ ਲਈ ਲਓ ਸਾਹਮਣੇ ਪਿੰਡਾ ਆ ਗਿਆ ਮੇਰੇ ਵੀਰੋ, ਪਿੰਡਾ ਲਾਲੋ ਦਿਆਰੇ ਦੀ ਧਰਤੀ ਦਾ ਹੈ। ਲਾਲੋ ਦਿਆਰੇ ਦੇ ਤਿੰਨੋ ਰੇਡਰ ਕਹਿੰਦੇ ਇੱਕੋ ਜਿੰਨੇ ਕਾਦਾ ਹੈ, ਇੱਕੋ ਜਿੰਨੀਆਂ ਸਿਹਤਾਂ ਨੇ ਮੇਰੇ ਵੀਰੋ, ਔਰ ਇੱਕੋ ਜਿੰਨੀ ਮਿਹਨਤ ਕਹਿੰਦੇ ਹਰ ਰੋਜ਼ ਇਕੱਠੇ ਹੀ ਲਾਉਂਦੇ ਹੈ। ਲੋਕ ਪਿੰਡਾ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਲਓ ਪਿੰਡਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਪਰਲੀ ਕਨੀ ਤੇ ਜੋਤੀ ਉਰਲੀ ਕਨੀ ਤੇ ਕਹਿੰਦੇ ਸੁੱਖਾ, ਔਰ ਵਿਚਕਾਰ ਕਹਿੰਦੇ ਵੀ ਸੰਤਵੰਤ ਡਬਰੂ ਵੀ ਤਿਆਰ ਹੈ, ਤੇ ਨਾਲ ਮੈਂ ਵੇਖਾਂਗੇ ਵੀ ਭੂੰਡੀ, ਉਹ ਭੂੰਡੀ ਕਰਦਾ ਕੋਸ਼ਿਸ਼ ਪਰ ਨਾਜਨ ਇਸ ਲਈ ਪਿੰਡਾ ਇੱਕ ਤਕੜੇ ਪਾਉਣ ਦਾ ਵਾਅਦਾ ਆਪਣੀ ਟੀਮ ਦੇ ਖਾਤੇ ਵਿੱਚ ਕਰਦਾ ਹੋਇਆ। ਅਗਲੀ ਕਬੱਡੀ ਰੂਬੀ ਦੀ ਤੇ ਕਰਮਦੀਨ ਲਓ ਹੈਲੋ ਪਾਲੀ ਵੱਲੋਂ 500 ਰੁਪਏ ਗੱਗੀ ਲਈ ਹਰ ਸਟਾਪ ਤੇ ਦਿੱਤਾ ਜਾਣਾ। ਲਓ ਗੁਰਪਾਲ ਸਿੰਘ ਦੀ ਪਾਲੀ ਯੂਕੇ ਵਾਲੇ ਐਲਾਨ ਕਰਦੇ ਵੀ ਗੱਗੀ ਜਿੰਨੇ ਜਫੇ ਲਾਵੇਗਾ ਉਹਨੇ 500 ਦਿੱਤੇ ਜਾਣਗੇ। ਲਓ ਗੱਗੀ ਗੱਗੀ ਤੇ ਰੂਬੀ, ਵਾਓ ਫਤਿਹਪੁਰੀਆ ਮੁੰਡਾ ਕਮਾਲ ਕਰਾ, ਇੱਕ ਪੁਆਇੰਟ ਹੋਰ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਲੈ ਵੀ ਕਰਮਦੀਨ ਗੱਲਾ ਆ ਗਿਆ, ਲਓ ਸਾਹਮਣੇ ਬੂਹੇ ਵਾਲਾ ਗੱਲਾ ਆ ਗਿਆ। ਇੱਕ ਉਹ ਗੱਲਾ ਹੈ ਜਿਹਨੂੰ ਘਰ ਦੇ ਵਿੱਚ ਆਪਾਂ ਪੈਸਿਆਂ ਨੂੰ ਰੱਖ ਦਈਏ, ਪਰ ਉਹ ਗੱਲਾ ਇਹ ਗੱਲਾ ਇਹ ਗੱਲਾ ਤੇ ਦੂਸਰੇ ਪਾਸੇ ਲਓ ਸਾਹਮਣੇ ਰੱਕੜਾਂ ਟਾਹਾਂ ਵਾਲਾ ਤਗੜਾ ਜੱਫਾ ਲਾਉਣ ਦਾ ਵੱਡਾ ਯਤਨ, ਮੁੰਡਾ ਤਜਰਬੇਕਾਰ ਹੈ। ਇੱਕ ਪਾਸੇ ਚੜ੍ਹਦੀ ਬਰੇਸ ਹੂਟਰ ਭੱਜੂ ਕਿ ਨਹੀਂ ਭੱਜੂ, ਪਰ ਮੁੰਡਾ ਤਾੜੀਆਂ ਜ਼ੋਰਦਾਰ ਮਾਰਦੇ ਹੋ ਗੱਲਾਂ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਧਾ। ਗੱਗੀ ਆ ਗਿਆ ਗੱਲੇ ਲਈ 100 ਰੁਪਇਆ ਮਾਣ ਪੁੱਜਿਆ, ਕੀ ਨਾਮ ਆ ਦੱਸਿਓ ਆਪਾਂ। ਲਓ ਸਾਹਮਣੇ ਮੇਰੇ ਵੀਰੇ ਛੋਟਾ ਨਾਟ ਚੋਟ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਤੇ ਲੋਕ ਕਹਿੰਦੇ ਵੀਰ ਵੱਲੋਂ ਗੋਪੀ ਭਾਜੀ ਇੱਕ ਮੁੰਡੇ ਨੂੰ ਭੇਜ ਦਿਓ ਗੱਲੇ ਦਾ 100 ਪੁੱਜ ਗਿਆ ਗੋਪੀ ਭਰੋ ਮਜ਼ਾਰਾ। ਗੱਗੀ ਲਓ ਕਬੱਡੀ ਪਾਉਂਦਾ ਤੇ ਸਾਹਮਣੇ ਜਿੰਦਰ ਹੈ ਰੱਕੜਾਂ ਟਾਹਾਂ ਵਾਲਾ, ਮੁੰਡੇ ਨੇ ਰੱਦੀ ਅਖਬਾਰ ਦੇ ਵਾਂਗੂ ਇਕੱਠਾ ਕਰਕੇ ਰੱਖ ਦਿੱਤਾ। ਉਹ ਗੱਭਰੂ ਆ ਸਰਦਾਰ ਬਖਤਾਵਰ ਸਿੰਘ ਜੀ ਕਾਲੂ ਰੱਬ ਡੱਬੇ ਵਾਲੇ ਆਪਣੇ ਸਮੇਂ ਦੇ ਬਿਹਤਰੀਨ ਖਿਡਾਰੀ ਗੁਰਜੀਤ ਦੇ ਬਾਪੂ ਜੀ ਪੰਜਾਬੀ ਬੋਲਾਂ ਦਾ ਵੱਡਾ ਮਾਣ ਪੂਜਾ ਕਰਦੇ ਆ, ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਲਈ ਕਰਨ ਕਰਨ ਦੀ ਰੇਡ ਤੇ ਦੇਖਾਂਗੇ ਵੀ ਸਾਹਮਣੇ ਕਹਿੰਦੇ ਕਰੀਹੇ ਵਾਲੇ ਚਾਰ ਖਿਡਾਰੀ ਹੈ, ਡਬਰੂ ਲੱਕ ਤੇ ਕੈਂਚੀ ਚਾੜਦਾ ਜਾਂ ਸੁੱਖਾ ਪੁੱਠੀ ਪਾਊ ਜਾਂ ਗੁੱਟ ਫੜ ਕੇ ਕੈਂਚੀ ਪਰਲੇ ਪਾਸੇ ਜੋਤੀ ਲਾਊ ਜਾਂ ਕਹਿੰਦੇ ਵੀ ਖੁੱਚ ਪੱਟੂ ਭੂੰਡੀ, ਪਰ ਸਾਹਮਣੇ ਕਹਿੰਦੇ ਕਰਨ ਲਾਲੋ ਵਿਚਾਰੇ ਪਿੰਡ ਵਾਲਾ ਇੱਕ ਬਿਹਤਰੀਨ ਪਾਠ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਚੱਲ ਵੀ ਜੋਗੀ ਪਾ ਕਬੱਡੀ, ਲੈ ਵੀ ਕਰਮੇ ਜੋਗੀ ਆ ਗਿਆ। ਲਓ ਜੋਗੀ ਨਾਮ ਦਾ ਹੈ ਪਰ ਮਾਂ ਖੇਡ ਕਬੱਡੀ ਦਾ ਹੀਰਾ ਹੈ, ਜਦੋਂ ਜੋਗੀਆਂ ਦੀ ਗੱਲ ਹੁੰਦੀ ਹੈ ਫਿਰ ਗੱਲ ਵੱਖਰੀ ਬਣਦੀ ਹੈ। ਉਹ ਬਾਣਾ ਵੱਖਰਾ, ਉਹ ਪਹਿਰਾਵਾ ਵੱਖਰਾ, ਉਹ ਸ਼ਬਦ ਵੱਖਰਾ, ਇਹ ਨਾਮ ਦਾ ਜੋਗੀ ਹੈ। ਵਧੀਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਹੀਰੇ ਨੇ, ਉਹ ਸਾਹਮਣੇ ਇੱਕ ਅੰਨੀ ਤੇ ਗੱਗੀ ਹੈ। ਆਹ ਕੌਣ ਹੈ, ਇਹ ਦੁਨੀਆਂ ਦਾ ਜ਼ਾਲਮ ਜਾਫੀ ਹੈ ਜਿੰਦਰ ਰੱਕੜਾਂ ਟਾਹਾਂ ਵਾਲਾ, ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਦਲਜੀਤ ਸਿੰਘ ਵਧਿਆ ਤੇ ਸਾਹਮਣੇ ਕਸ਼ਮੀਰ ਸਿੰਘ ਜੀ ਪੱਪੂ ਸਾਹਿਬ ਦੇਖਦੇ ਆ ਬਈ ਮੁੰਡਾ ਕਬੱਡੀ ਪਾਉਣ ਲਈ ਵਧਿਆ, ਏਰੀਏ ਦੀਆਂ ਟੀਮਾਂ ਪੁੱਜੀਆਂ ਨੇ ਤੇ ਭੂੰਡੀ ਕੁਝ ਕਰਨਾ ਪੈਣਾ, ਪਿਆਰ ਦੇ ਨਾਲ ਭੂੰਡੀ ਆਖਦੇ ਆ ਸਨੀ ਨਾਮ ਮੁੰਡੇ ਦਾ। ਆ ਜੋਤੀ ਹੈ ਇਸ ਵੇਲੇ ਤਗੜਾ ਜੱਫਾ ਲਾਉਣ ਦਾ ਵੱਡਾ ਯਤਨ ਕਰਦਾ ਹੋਇਆ, ਨਸ਼ਿਆਂ ਤੋਂ ਜਿਹੜਾ ਬਚਦਾ ਏ ਪੰਜਿਆਂ ਤੇ ਜਿਹੜਾ ਤੁਰਦਾ ਏ, ਲਾਉਂਦਾ ਨੀ ਥੱਲੇ ਅੱਡੀ ਨੂੰ
ਮਾਂ ਸਮਝ ਕੇ ਖੇਡਦਾ ਹੈ ਜੋ ਮਾਂ ਖੇਡ ਕਬੱਡੀ ਨੂੰ ਮਾਂ ਸਮਝ ਕੇ ਖੇਡਦਾ ਹੈ ਬੰਡੀ ਜਿਹੜਾ ਖੇਡ ਕਬੱਡੀ ਨੂੰ ਰੱਖਣਾ ਵਾਲੇ ਬੰਡੀ ਦੀਆਂ ਲਿਖੀਆਂ ਹੋਈਆਂ ਲਾਈਨਾਂ ਉਹ ਜੈਲੀ ਤੇ ਤਾਰੀ ਤਕੜੇ ਖੇਡੇ ਆ ਜੈਲੀ ਤੇ ਤਾਰੀ ਦੀ ਕਬੱਡੀ ਦਾ ਬਾਸ ਹੈਪੀ ਰੱਖਣਾ ਢਾਹਾਂ ਵਾਲਾ ਪਰ ਸਾਹਮਣੇ ਜਿੰਦਰ ਵੀ ਖੜਾ ਕਿ ਘਰ ਦਾ ਪੇਤੀ ਲੱਗਾ ਢਾਵੇ ਪਰ ਡੀਸੀ ਨੇ ਟਰਾਈ ਕੀਤੀ ਆ ਪਰ ਹੈਪੀ ਰੱਖਣਾ ਵਾਲਾ ਇੱਕ ਬਿਹਤਰੀਨ ਪੁਆਇੰਟ ਆਪਣੀ ਟੀਮ ਦੇ ਖਾਤੇ ਵੀ ਜੋੜਦਾ ਆ ਅਗਲੀ ਕਬੱਡੀ ਪਿੰਦੇ ਦੀ ਪੈਣ ਜਾ ਰਹੀ ਹੈ ਪਿੰਦਾ ਵੀ ਤਜਰਬੇਕਾਰ ਹੈ ਮੇਰੇ ਵੀਰੇ ਔਰ ਵੇਖਾਂਗੇ ਵੀ ਗੋਪੀ ਭਰੋਂ ਮਜਾਰੇ ਵਾਲੇ ਦਾ ਚੰਡਿਆ ਹੋਇਆ ਖਿਡਾਰੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੱਥਾਂ ਨੂੰ ਕਲੀ ਲਾ ਰਿਹਾ ਹੱਥਾਂ ਨੂੰ ਲਾਈ ਕਰੀ ਵਾਹਿਗੁਰੂ ਕਰੇ ਭਲੀ ਔਰ ਪ੍ਰਮਾਤਮਾ ਭਲੀ ਕਰੂਗਾ ਔਰ ਵੱਧ ਕੇ ਪੈਂਦੀ ਔਰ ਰੇਡ ਦੇ ਉੱਪਰ ਚਾਰ ਖਿਡਾਰੀ ਚਾਰਾਂ ਖਿਡਾਰੀਆਂ ਵਿੱਚੋਂ ਮੈਂ ਵੇਖਦਾ ਵੀ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣਵੀ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣਵੀ ਜਿਹੜੇ ਮੋਢਿਆਂ ਉੱਤੇ ਵੀ ਸੀਗੇ ਥੁੱਕਦੇ ਉਹ ਮੁੱਠੀਆਂ 'ਚ ਨੀਚੇ ਹੋਏ ਆ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਲਓ ਜੋਤੀ ਦੇ ਲਈ ਵੀ ਇਹ ਜੋਤੀ ਲੈ ਜੀ ਜੋਤੀ ਦੇ ਲਈ 500 ਰੁਪਈਆ ਜਿਹਨੇ ਜੱਸਾ ਲਾਇਆ ਕਿੰਦੇ ਵੀਰ ਵੱਲੋਂ ਵੀ ਕਿੰਦੇ ਵੀਰ ਵੱਲੋਂ ਜੋਤੀ ਦੇ ਲਈ 500 ਬਹੁਤ ਬਹੁਤ ਧੰਨਵਾਦ ਸ਼ਾਮ ਜਿਹੜੀ ਸੰਦੂਰੀ ਹੋ ਗਈ ਹੈ ਪੰਜਾਬ ਦੇ ਵਿੱਚ 12472 ਨਗਰ ਹੈ ਅੱਜ ਰਸੂਲਪੁਰ ਦੇ ਵਿੱਚ ਗੱਗੀ ਕਹਿੰਦੇ ਤਗੜਾ ਜੱਫਾ ਲਾਓ ਗੁਰਪਾਲ ਸਿੰਘ ਜੀ ਪਾਲੀ ਯੂਕੇ ਵਾਲੇ ਹਰ ਇੱਕ ਜੱਫਾ 500 ਦਾ ਗੱਲਾ ਬੂਹੇ ਵਾਲਾ ਆ ਗਿਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਦਿਖਦੇ ਆ ਉਹ ਆ ਕੇ ਵਿੱਚ ਮੈਦਾਨ ਤੇ ਗੱਭਰੂ ਦੁੱਲੇ ਸ਼ੇਰ ਲਾਉਂਦੇ ਪੱਟਾਂ ਉੱਤੇ ਥਾਪੀਆਂ ਹੁੰਦੇ ਸਾਨਾ ਵਰਗੇ ਭੇੜ ਪੌਂਡੀ ਦੇ ਉੱਧਰਲੇ ਪਾਸੇ ਡਬਲ ਟੱਚ ਦਾ ਇਸ਼ਾਰਾ ਹੈ ਮੂਵ ਸਪਰੇ ਪੁੱਜਦੀ ਕਰਦੇ ਜਿਹਦੇ ਕੋਲ ਵੀ ਹੈਗੀ ਹੈ ਫਿਰੋਜ਼ਪੁਰ ਕਾਲਾ ਜੀ ਤੁਹਾਡੇ ਕੋਲ ਹੈ ਮੂਵ ਸਪਰੇ ਕੁਲਦੀਪ ਸਿੰਘ ਅਟਵਾਲ ਵੱਲੋਂ 100 ਰੁਪਈਆ ਗੱਗੀ ਲਈ ਆਇਆ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਅਟਵਾਲ ਸਾਹਿਬ ਗੱਗੀ ਦੇ ਲਈ 100 ਪੁੱਜਦਾ ਕਰਦੇ ਇੱਧਰ ਕਹਿੰਦੇ ਗੁਜਰਪੁਰੀਆ ਗੱਗੀ ਦੇ ਦੂਜੇ ਪਾਸੇ ਜਿੰਦਰ ਬੱਲੇ 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 ਆਓ ਵੇਖਾਂਗੇ ਨਟ ਚੋਟ ਡੱਕਿਆ ਗਿਆ ਮੇਰੇ ਵੀਰੇ ਹਰ ਚੰਦਰ ਜਿੱਥੇ 500 ਰੁਪਈਆ ਸਾਡੇ ਪਾਲੀ ਯੂਕੇ ਵਾਲੇ ਦੇ ਵੱਲੋਂ ਗੱਗੀ ਤੇਰੇ ਹਰ ਇੱਕ ਜੱਫੇ ਦਾ ਗੁਰਦੀਪ ਸਿੰਘ ਜੀ ਅਟਵਾਲ ਵੱਲੋਂ ਵੀ ਹਰ ਇੱਕ ਜੱਫਾ ਤੇਰਾ ਸੌਰੀ ਦਿਲਾਵਰ ਸਿੰਘ ਜੀ ਅਟਵਾਲ ਦੇ ਵੱਲੋਂ ਹਰ ਇੱਕ ਜੱਫਾ ਤੇਰਾ 100-100 ਦਾ ਹੈ ਅੰਕਲ ਨਾਲ ਦੀ ਨਾਲ ਦੇਈ ਚੱਲਿਓ ਮੁੰਡਿਆਂ ਨੂੰ ਪੈਸੇ ਗਰਾਊਂਡ ਦੇ ਵਿੱਚ ਖੜ ਜਾਇਓ ਜਦੋਂ ਜੱਫਾ ਲੱਗ ਗਿਆ ਮੈਨੂੰ ਇਸ਼ਾਰਾ ਕਰ ਦੇਣਾ ਅਸੀਂ ਤੁਹਾਡਾ ਨਾਮ ਬੋਲ ਦੇਣਾ ਦਿਲਾਵਰ ਸਿੰਘ ਜੀ ਅਟਵਾਲ ਹੋਣਾ ਕਰਨ ਤੇ ਪੂੰਡੀ ਪੂੰਡੀ ਤੇ ਕਰਨ ਮੇਰੇ ਵੀਰੇ ਉਹ ਲੜ ਗਈ ਪੂੰਡੀ ਹੋ ਗਏ ਧਫੜ ਲੜ ਗਈ ਪੂੰਡੀ ਹੋ ਗਏ ਧਫੜ ਫਿਰ ਲਰਜੀ ਦੀ ਗੋਲੀ ਖਾਣੀ ਪੈਣੀ ਆ ਲਰਜੀ ਦੀ ਗੋਲੀ ਵਾਹ ਉਹ ਕਰਨ ਉੱਠ ਕਰਨ ਕਰਨ ਦੋਨਾਂ ਨੇ ਕਹਿੰਦੇ ਪਤੰਦਰਾਂ ਨੇ ਆਪਣੀ ਦੰਦਿਆਂ ਦੀਆਂ ਗਰਾਰੀਆਂ ਭੋਰ ਲਈਆਂ ਮੇਰੇ ਵੀਰੋ ਗਰਾਰੀਆਂ ਦੇ ਦੰਦੇ ਭੁਰ ਗਏ ਦੋਨਾਂ ਨੇ ਕਹਿੰਦੇ ਇੰਨਾ ਜ਼ੋਰ ਲਾ ਦਿੱਤਾ ਮੇਰੇ ਵੀਰੋ ਅਗਲੀ ਰੇਡ ਜੋਗੀ ਦੀ ਤੇ ਕਰਮਦੀਨ ਲਓ ਜੋਗੀ ਕਬੱਡੀ ਪਾਉਣ ਲਈ ਤਿਆਰ ਆ ਤੇ ਮੁੰਡੇ ਚਾਰ ਨੇ ਇੱਕ ਅੰਨੀ ਤੇ ਡੀਸੀ ਹੈ ਗੱਗੀ ਤੇਰਾ ਹਰ ਇੱਕ ਜਫਾ 600 ਦਾ ਹੋ ਗਿਆ 500 ਰੁਪਇਆ ਪਾਲੀ ਜੀ ਯੂਕੇ ਵਾਲੇ ਦੇਣਗੇ ਉਹਦੀ ਸਪੌਂਸਰ ਕੀਤੀ ਹੋਈ ਟੀਮ ਖੇਡਦੀ ਆ ਆਹ ਕੌਣ ਹੈ ਹਰਪ੍ਰੀਤ ਪੌਂਦੂ ਜੋਗੀ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਕੋਈ ਰੇਡਰ ਤੋਰ ਤੋਰੇ ਸੱਪ ਵਾਲੀ ਕੋਈ ਹਿਰਨ ਵਾਲੀ ਤੁਰਦਾ ਏ ਕੋਈ ਪੂਰਾ ਖਹਿ ਕੇ ਲਵੇ ਨੰਬਰ ਕੋਈ ਜਾਂਦਿਆਂ ਜਾਂਦਿਆਂ ਵੱਲ ਮੁੜਦਾ ਏ ਕਿਤੇ ਜ਼ੋਰ ਹੈ ਕੰਮ ਕਰ ਜਾਂਦਾ ਕਿਤੇ ਫਾਇਦਾ ਉਸਤਾਦ ਦੇ ਗੁਰਦਾ ਏ ਮੁੰਡੇ ਨੇ ਮੋਢੇ ਤੇ ਪੱਟੀਆਂ ਬੰਨੀਆਂ ਨੇ ਰੱਖਣਾ ਢਾਂ ਵਾਲਾ ਵੱਡੀ ਕੋਸ਼ਿਸ਼ ਕਰਦਾ ਹੋਇਆ ਅਕਸਰ ਸੱਟਾਂ ਚੋਟਾਂ ਲੱਗਦੀਆਂ ਰਹਿੰਦੀਆਂ ਨੇ ਕਸ਼ਮੀਰ ਸਿੰਘ ਜੀ ਪੱਪੂ ਜੀ ਕਬੱਡੀ ਦੇ ਖਿਡਾਰੀ ਦਾ ਮੋਢਾ ਪਹਿਲਵਾਨ ਦਾ ਗੋਡਾ ਇਹ ਅਕਸਰ ਤੇਲੂ ਦੁਖਦੇ ਰਹਿੰਦੇ ਆ ਪਰ ਇੱਧਰ ਮੁੰਡੇ ਦੇ ਹਲਕੀ ਜੀ ਸੱਟ ਲੱਗੀ ਮੋਢੇ ਦੇ ਪੁਆਇੰਟ ਧਾਵੀ ਦਾ ਅਗਲੀ
ਕਬੱਡੀ ਪਾਉਣ ਲਈ ਹੈਪੀ ਰੱਖਣਾ ਢਾਹਾਂ ਵਾਲਾ ਤੇ ਤੈਨੂੰ ਕਾਰਗਲ ਮੁੰਡੇ ਦੀ ਆਵੇ ਕੋਈ ਪੀਰ ਪਕੰਬਰ ਰੋਕ ਕੇ ਬਜਦੀਆਂ ਸੱਟਾਂ ਨੂੰ ਨਜ਼ਰ ਨਾ ਲੱਗੇ ਪੱਟਾਂ ਨੂੰ ਗੱਜ ਗੱਜ ਚੌੜੀਆਂ ਛਾਤੀਆਂ ਹੋ ਜਾਣ ਨਜ਼ਰ ਨਾ ਲੱਗੇ ਪੱਟਾਂ ਨੂੰ ਵਾਹਿਗੁਰੂ ਮਿਹਰ ਕਰੇ ਕਿਸੇ ਖਿਡਾਰੀ ਦੇ ਕੋਈ ਸੱਟ ਫਿਰ ਨਾ ਵੱਜੇ ਔਰ ਸਾਹਮਣੇ ਕਬੱਡੀ ਪੈ ਰਹੀ ਹੈ ਕਬੱਡੀ ਪੈ ਰਹੀ ਹੈ ਵੱਜ ਕੇ ਉਧਰ ਵੇਖਾਂਗੇ ਵੀ ਗੱਗੀ ਨਹੀਂ ਜਫਾ ਲਾ ਸਕਿਆ ਗੱਲ ਵੱਖਰੀ ਤੇ ਨੰਬਰ ਹੈਪੀ ਜੋੜ ਗਿਆ ਆਪਣੀ ਟੀਮ ਦੇ ਖਾਤੇ ਇਹ ਨਵੇਂ ਸ਼ਹਿਰ ਜ਼ਿਲ੍ਹੇ ਦੀ ਕਰੀਮ ਖੇਡ ਰਹੀ ਹੈ ਮੇਰੇ ਵੀਰੋ ਨਵੇਂ ਸ਼ਹਿਰ ਜ਼ਿਲ੍ਹੇ ਦੀਆਂ ਟੀਮਾਂ ਚੋਂ ਕਰੀਮ ਖੇਡ ਕਬੱਡੀ ਦੇ ਖਿਡਾਰੀ ਤੇ ਇਧਰਲੇ ਪਾਸੇ ਜੋਤੀ ਤੇ ਗੱਲਾ ਗੱਲਾ ਤੇ ਜੋਤੀ ਔਰ ਕਹਿੰਦੇ ਜੋਤੀ ਤਕੜਾ ਦਫਾ ਲਾ ਗਿਆ ਮੇਰੇ ਵੀਰੋ ਜੋਤੀ ਪਾਣ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਾਣ ਜਾ ਰਹੀ ਹੈ ਜੋਗੀ ਦੀ ਲਓ ਜੋਗੀ ਅਗਲੀ ਕਬੱਡੀ ਪਾਉਣ ਲਈ ਤਿਆਰ ਹੈ ਤੇ ਕਰਮਵੀਰ ਚੱਕ ਸਾਹਿਬੋ ਪਿੰਡ ਵਾਲਾ ਲਓ ਮੁੰਡੇ ਦਾ ਤੂਤ ਦੀ ਛਿੱਟੀ ਵਰਗਾ ਸਰੀਰ ਹੈ ਬੜਾ ਚੁਸਤ ਹੈ ਬੜਾ ਚੋਰ ਏਰੀਆ ਮੁੰਡੇ ਦਾ ਜਦੋਂ ਆਪਾਂ ਜੰਮੂ ਤੋਂ ਚੰਡੀਗੜ੍ਹ ਨੂੰ ਜਾਈਏ ਤੇ ਰਾਹ ਦੇ ਵਿੱਚ ਬੜਾ ਚੋਰ ਆਉਂਦਾ ਪੰਜਾਬ ਦਾ ਕਾਲਾ ਸਿਆਂ ਸਭ ਤੋਂ ਖੂਬਸੂਰਤ ਏਰੀਆ ਹੈ ਲਓ ਸਾਹਮਣੇ ਕਹਿੰਦੇ ਬੜਾ ਚੋਰ ਏਰੀਆ ਦਾ ਇੱਕ ਖਿਡਾਰੀ ਤੇ ਡੀਸੀ ਇੱਕ ਸ਼ਹਿਰ ਦਾ ਮਾਲਕ ਇੱਕ ਖਿਡਾਰੀ ਲਓ ਇੱਕ ਡੀਸੀ ਹੈ ਦੂਜਾ ਜੋਗੀ ਹੈ ਦੱਸੋ ਕਿਹਨੂੰ ਕਿਹਦਾ ਖਿਤਾਬ ਦਈਏ ਗੱਲ ਵੱਖਰੀ ਹੈ ਲਓ ਇਧਰਲੇ ਪਾਸੇ ਮੁੰਡਾ ਅਗਲੀ ਕਬੱਡੀ ਪਾਉਣ ਲਈ ਕਰਨ ਸਮੁੰਦਰ ਜਾ ਕਦ ਖਿਡਾਰੀ ਦਾ ਸਪਰੇਅ ਗਰਾਊਂਡ ਦੇ ਵਿੱਚ ਪੁੱਛਦੀ ਕਰ ਦਿਓ ਕਿ ਗੁੰਦਿਆ ਗੁਰਲਾਲ ਪਿਆ ਪੂਰਾ ਤੇਜ ਭੱਜਣ ਨੂੰ ਕਹਿੰਦਾ ਪੱਪੂ ਭਗਵੰਤ ਬਾਣੀ ਦਾ ਲੋਕੀ ਕਹਿੰਦੇ ਰੋਪੜੀ ਆ ਜਾਂਦਾ ਸੁੱਖਾ ਤੀਰਾ ਪੈ ਜਾਂਦੇ ਜਿਵੇਂ ਝਪਟ ਮਾਰਦਾ ਚੀਤਾ ਲੋਕੋ ਵੜਨੇ ਸੌਖੇ ਨਹੀਂ ਦੁੱਲਾ ਦੁੱਲਾ ਲੱਖਾਂ ਤੇ ਕਲਜੀਤਾ ਉਹਨਾਂ ਨੂੰ ਵੀ ਜੱਫੇ ਲੱਗੇ ਮੁੰਡੇ ਨੇ ਐਨ ਕਹਿੰਦੇ ਲੂਣ ਪੀਸੇ ਬਿਨਾ ਝੱਗਾ ਖੀਸੇ ਬਿਨਾ ਫੋਟੋ ਸ਼ੀਸ਼ੇ ਬਿਨਾ ਬਹੁਤ ਘੱਟ ਜੱਚਦੀ ਹੈ ਮੁੰਡੇ ਨੇ ਤਗੜਾ ਅੰਕ ਜੋੜ ਦਿੱਤਾ ਐਨ ਚੋਟੀ ਦਾ ਖਿਡਾਰੀ ਪੁੱਜਿਆ ਆਪਾਂ ਸਤਿਕਾਰ ਕਰਦੇ ਨਾ ਸਾਰੀ ਜੋਗੀ ਦੇ ਜੀਜਾ ਦੀ ਹੈਪੀ ਜੀ ਦੇ ਰਿਹਾ ਜੋਗੀ ਤੇਰੇ ਲਈ 100 ਰੁਪਇਆ ਲੈ ਵੀ ਮਾਲੀ ਤੁਸੀਂ ਫੜ ਲਈ ਪੈਸੇ ਬਾਅਦ ਚ ਫੜਾ ਦੀ ਔਰ ਬਹੁਤ ਬਹੁਤ ਧੰਨਵਾਦ ਉਧਰ ਕਹਿੰਦੇ ਹੈਪੀ ਆ ਗਿਆ ਕਿ ਹੁੰਦੇ ਰੇਡਰਾਂ ਕੋ ਗਿਣਵੇਂ ਹੀ ਪਲ ਜੀ ਲਾਉਣੀ ਹੁੰਦੀ ਜਾਫੀਆਂ ਨੇ ਜਾਫ ਸੁਖੀਆ ਇੱਥੇ ਹੁੰਦੇ ਨੇ ਸਕਿੰਟਾਂ ਵਿੱਚ ਫੈਸਲੇ ਕਬੱਡੀ ਅਸੀਂ ਖੇਡ ਸੁਖੀ ਹੈ ਮਿੰਟਾਂ ਸਕਿੰਟਾਂ ਵਾਲੀ ਖੇਡ ਉਧਰ ਗੱਗੀ ਦਾ 500 ਦਾ ਜਫਾ ਜਿਹਨੂੰ ਜਿਹਨੂੰ ਗੱਗੀ ਦਾ ਜਫਾ ਵਧੀਆ ਲੱਗਿਆ ਤਾੜੀ ਮਾਰਦੇ ਦੱਸੋ ਵੀਰੋ 600 ਦਾ ਸਰਦਾਰ ਦਿਲਾਵਰ ਸਿੰਘ ਜੀ ਵੀ ਦੇਖਦੇ ਆ 100 ਮੇਰੇ ਵੱਲੋਂ ਵੀ ਆ ਸਪਰੇਅ ਜਿਹਦੇ ਕੋਲ ਵੀ ਹੈਗੀ ਆ ਉਹ ਖਿਡਾਰੀਆਂ ਨੂੰ ਲੋੜ ਆ ਉਹ ਮਿਹਰਬਾਨੀ ਕਰਕੇ ਦੇ ਦਿਓ ਸਪਰੇਅ ਵਾਰ ਵਾਰ ਮੰਗਦੇ ਆ ਖਿਡਾਰੀ ਉਹਨਾਂ ਨੂੰ ਲੋੜ ਆ ਜਿਹਦੇ ਕੋਲ ਵੀ ਹੈਗੀ ਆ ਉੱਥੇ ਪਹੁੰਚਾ ਦਿਓ ਬਈ ਮੂਵ ਸਪਰੇਅ ਜਿਹਨਾਂ ਕੋਲ ਆ ਉਹ ਪੂਰੀ ਕਰ ਦਿਓ ਲਓ ਪਿੰਡਾ ਆ ਗਿਆ ਮੇਰੇ ਵੀਰੋ ਪਿੰਦੇ ਦੀ ਰੇਡ ਤੇ ਕਹਿੰਦੇ ਭੂੰਡੀ ਆ ਭੂੰਡੀ ਲੜਨ ਦੀ ਕੋਸ਼ਿਸ਼ ਕਰਦੀ ਆ ਭੂੰਡੀ ਤੇ ਪਿੰਦਾ ਵਾਹ ਉਹ ਪਿੰਦੇ ਆ ਜਿਹਨੂੰ ਜਿਹਨੂੰ ਪਿੰਦੇ ਦੀ ਖੇਡ ਵਧੀਆ ਲੱਗੀ ਦਰਸ਼ਕ ਵੀਰੇ ਤਾੜੀ ਮਾਰ ਦਿਓ ਇੱਕ ਵਾਰੀ ਵਾਹ ਉਹ ਪਿੰਦੇ ਆ ਕਮਾਲ ਦਾ ਖਿਡਾਰੀ ਹੈ ਉਧਰ ਕਹਿੰਦੇ ਜੋਗੀ ਦਾ ਭਾਈਆ ਵੀ ਆ ਜਾਇਆ ਪਰ ਕਹਿੰਦੇ ਵੀ ਪੁਰਾਣੇ ਸਮੇਂ ਨੂੰ ਭਾਈ ਆਖਿਆ ਜਾਂਦਾ ਸੀਗਾ ਉਹ ਹੈਪੀ ਭਾਈਆ ਜੀ ਵੀ ਆਏ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੋਗੀ ਨੂੰ ਪੈਸੇ ਦੇ ਰਹੇ ਹੈ ਉਧਰਲੇ ਪਾਸੇ ਫਿਰ ਦੇਖਦੇ ਵੀ ਇੱਕ ਪਾਸੇ ਗੱਜ ਚੌੜੀ ਛਾਤੀ ਨਾਲ ਹੀ ਲੰਬ ਸਲੰਬੇ ਕੱਦ ਵਾਲਾ ਗੱਗੀ ਹੈ ਔਰ ਨਾਲ ਹੀ ਮੈਂ ਵੇਖਦਾ ਵੀ ਇਸ ਵੇਲੇ ਡੀਸੀ ਆਓ ਡੀਸੀ 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 ਉਹ ਕਮਾਲ ਦਾ ਖਿਡਾਰੀ ਆ ਗਈ ਜਾਨ ਸ਼ਕੰਜੇ ਅੰਦਰ ਲੈ ਵੀ ਕਰਮਵੀਰ ਸਾਡੇ ਨਾਲ ਜ਼ਿਲ੍ਹੇ ਦੇ ਵਿੱਚ ਡੀਸੀ ਆਇਆ ਸੀ ਆਪਾਂ ਉੱਦਾਂ ਆਖਦੇ ਨੇ ਵੀ ਤੂੰ ਕਿਹੜਾ ਡੀਸੀ ਲੱਗਿਆ ਪਰ ਡੀਸੀ ਦੀ ਪਾਵਰ ਕੀ ਹੈ ਨਾ ਇਹ ਕਿਸ਼ਨ ਕੁਮਾਰ ਨੇ ਦੱਸੀ ਸੀ ਵੀ ਡੀਸੀ ਹੁੰਦਾ ਕੌਣ ਹੈ ਉਹ ਸਾਡੇ ਜ਼ਿਲ੍ਹੇ 'ਚ ਆਇਆ ਸੀ ਡੀਸੀ ਅੱਜ ਵੀ ਦੁਨੀਆ ਯਾਦ ਕਰਦੀ ਹੈ ਕਿਸ਼ਨ ਕੁਮਾਰ ਕੌਣ ਸੀਗਾ ਕੁਲਦੀਪ ਸਿੰਘ ਅਡਵਾਲ ਵੱਲੋਂ ਡੀਸੀ ਲਈ 100 ਰੁਪਇਆ ਕਿੰਦਾ ਸਾਧੜਾ ਵੱਲੋਂ ਗੱਗੀ ਲਈ 100 ਰੁਪਇਆ ਆਇਆ
ਬਹੁਤ ਬਹੁਤ ਧੰਨਵਾਦ ਨੋਟਾਂ ਦੀ ਵਰਖਾ ਦੇ ਗੱਲਾਂ ਤੇ ਉਹ ਭੂੰਡੀ ਭੂੰਡੀ ਤੇ ਗੱਲਾਂ ਮੇਰੇ ਵੀਰੇ ਭੂੰਡੀ ਤੇ ਗੱਲਾਂ ਗੱਲਾਂ ਬਹੂ ਹੇ ਪਿੰਡ ਵਾਲ ਹਰ ਮੁੰਡਾ ਸ਼ਾਨਦਾਰ ਜੱਫਾ ਲਾ ਗਿਆ ਭੂੰਡੀ ਮਲਬਰ ਅਰਕਾਂ ਵਾਲਾ ਮੇਰੇ ਵੀਰੇ ਅਗਲੀ ਰੇਡ ਪਾਉਣ ਦੇ ਲਈ ਹੈਪੀ ਖੇਡ ਮੈਦਾਨ ਦੇ ਵਿੱਚ ਤਿਆਰ ਪਰ ਤਿਆਰ ਹੈ ਹੈਪੀ ਮੇਰੇ ਵੀਰੇ ਲਓ ਸਾਹਮਣੇ ਹੈਪੀ ਵਧਿਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਡਕੂ ਗੱਲ ਸਮੇਂ ਦੀ ਇੱਕ ਪਾਸੇ ਨਗਰ ਦਾ ਖਿਡਾਰੀ ਆ ਉਹ ਗੱਲ ਵੱਖਰੀ ਹੈ ਅੱਜ ਜੱਫਾ ਲਾਗੂ ਫਿਰ ਗੱਲ ਵੱਖਰੀ ਬਣੂ ਇੰਦਰਾ ਕੁਝ ਕਰਨਾ ਪੈਣਾ ਪਰ ਪੁਆਇੰਟ ਜਿਹੜਾ ਇਸ ਵੇਲੇ ਹੈਪੀ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਧਾ ਕਰ ਰਿਹਾ ਹੈ ਕਰਮਵੀਰ ਸਰਦਾਰ ਸੇਵਾ ਸਿੰਘ ਜੀ ਸਾਦੜਾ ਕਹਿੰਦੇ ਵੀ ਗੱਗੀ ਦੀ ਹਰੇਕ ਸਟਾਫ ਦਾ 100 ਰੁਪਏ ਦਿੱਤਾ ਜਾਵੇਗਾ ਅਗਲਾ ਜੱਫਾ ਜਿਹੜਾ ਗੱਗੀ ਦਾ 700 ਦਾ ਇੱਧਰ ਕਰਨ ਦੀ ਰੇਡ ਜਾ ਰਹੀ ਸ਼ਿਕੰਜੇ ਅੰਦਰ ਉਹ ਸ਼ਿਕੰਜਾ ਕਿਹਦਾ ਭੂੰਡੀ ਮਲ ਪੜਕਾਂ ਵਾਲੀ ਦਾ ਇਹ ਸ਼ਿਕੰਜਾ ਭੂੰਡੀ ਮਲ ਪੜਕਾਂ ਵਾਲੀ ਦਾ ਔਰ ਬਿੰਦਰ ਚਾਚਾ ਜੀ ਹੋਰ ਸਾਥ ਦੇ ਰਹੇ ਆ ਭੂੰਡੀ ਨੇ ਹਾਂਜੀ 500 ਰੁਪਈਆ ਜੋਗਿੰਦਰ ਸਿੰਘ ਮਾਖਾ ਰਸੂਲਪੁਰ ਦੀ ਟੀਮ ਲਈ 500 ਰੁਪਈਆ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਰੂਬੀ ਐਨ ਤਿਆਰ ਬਰਤਿਆਰ ਤੇ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਡੱਗੂ ਹਰ ਜਵਾਨ ਤੇ ਜਵਾਨੀ ਅੱਤ ਦੀਏ ਹਰ ਗੱਭਰੂ ਦਾ ਲੋਕੋ ਅੰਦਾਜ਼ ਵੱਖਰਾ ਸਰੀਰ ਸਰੀਰ ਛਾਂਟਵੇਂ ਦੂਰੋਂ ਨਜ਼ਰ ਆਉਂਦੇ ਦਿਸਦਾ ਜਿਵੇਂ ਪੰਛੀਆਂ ਤੇ ਬਾਜ਼ ਵੱਖਰਾ ਬਾਂ ਕੱਢ ਕੇ ਕਬੱਡੀ ਵਿੱਚ ਰੇਡ ਪੈਂਦੀ ਟੱਚ ਇਹਨਾਂ ਦੇ ਲਾਉਣ ਦਾ ਅੰਦਾਜ਼ ਵੱਖਰਾ ਜੱਫਾ ਨਾਲ ਤਕਨੀਕ ਦੇ ਪਵੇ ਲਾਉਣਾ ਜ਼ੋਰ ਲੱਗਦਾ ਉਤੋਂ ਬੇਸਾਬ ਵੱਖਰਾ ਆ ਜਾਓ ਹਾਫ ਟਾਈਮ ਹੋ ਗਿਆ ਲਓ ਸਾਹਮਣੇ ਦੇਖੋ ਸੂਰਜ ਦੇਵਤਾ ਵੀ ਹਲਕੀ ਜੀ ਝਾਤੀ ਮਾਰਦਾ ਵੀ ਅਜੇ ਮੁੰਡੇ ਖੇਡਦੇ ਆ ਮੇਰੀ ਲੋੜ ਹੈ ਤੈਨੂੰ ਦਸੀ ਪੁਆਇੰਟ ਲਓ ਸਾਹਮਣੇ ਹੁਣ ਤਾੜੀਆਂ ਮਾਰੋ ਜੀ ਇੱਕ ਵਾਰ ਪਹਿਲਾਂ ਪੁਆਇੰਟਾਂ ਦਾ ਲੇਖਾ ਜੋਖਾ ਦੱਸੀ ਤੇਲੂ ਵੱਜੀਆਂ ਨਹੀਂ ਤਾੜੀਆਂ ਪਰ ਹੁਣ ਜ਼ਰੂਰ ਮਾਰਿਓ ਪੁਆਇੰਟਾਂ ਦਾ ਨਾਮ ਸੁਣ ਕੇ ਇੱਧਰ ਵੀ ਪੂਰੇ ਪੰਦਰਾਂ ਪੰਦਰਾਂ ਤਾੜੀਆਂ ਮਾਰ ਦਿਓ ਪਰ ਅੱਧਾ ਕਿਹਦਾ ਅੱਧਾ ਨੰਬਰ ਰਸੂਲਪੁਰ ਦਾ ਅੱਧਾ ਨੰਬਰ ਮੇਰੀ ਵੀਰਿਓ ਪਹਿਲਾਂ ਪੁਆਇੰਟ ਕਹਿੰਦੇ ਵੀ ਕਰਨ ਨੇ ਹਾਸਲ ਕੀਤਾ ਸੀਗਾ ਉਹ ਰਸੂਲਪੁਰ ਦਾ ਅੱਧਾ ਨੰਬਰ ਬੈਨੀਫਿਟ ਹਰ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਬਰਾਬਰੀ ਦਾ ਮੈਚ ਖੇਡਿਆ ਜਾ ਰਿਹਾ ਦੋਨੋਂ ਪਾਸੇ ਬਰਾਬਰੀ ਦੇ ਖਿਡਾਰੀ ਹੈ ਔਰ ਮੇਰੇ ਵੀਰੋ ਸੁਪਰ ਡੁਪਰ ਮੁਕਾਬਲਾ ਖੇਡਿਆ ਜਾ ਰਿਹਾ ਔਰ ਵੇਖਾਂਗੇ ਵੀ ਉੱਧਰ ਡੀਸੀ ਚੇਨ ਦੇ ਵਿੱਚ ਇੱਕ ਪਾਸੇ ਗੱਗੀ ਹੈ ਡੀਸੀ ਨੂੰ ਮੱਖਣ ਵਾਲੀ ਨੇ ਪੁੱਛਿਆ ਵੀ ਤੇਰਾ ਨਾਮ ਡੀਸੀ ਕਿਹਨੇ ਰੱਖਿਆ ਕਹਿੰਦਾ ਮੇਰੇ ਬਾਬੇ ਨੇ ਰੱਖਿਆ ਡੀਸੀ ਜਿੰਨਾ ਰੋਹ ਮੈਂ ਕਬੱਡੀ ਵਿੱਚ ਕਿ ਤੁੰਨ ਤੁੰਨ ਕੇ ਜੱਫੇ ਲਾਉਂਦਾ ਡੀਸੀ ਲਓ ਗੱਗੀ ਗੱਗੀ ਦੇ ਨਾਲ ਹੀ ਕਹਿੰਦੇ ਵੀ ਕਬੱਡੀ ਦਾ ਕਹਿੰਦੇ ਸੁਪਰ ਜਾਫੀ ਔਰ ਸੁਪਰ ਡੁਪਰ ਚੇਂਦਰ ਰੱਖਣਾ ਢਾਹਾਂ ਵਾਲਾ ਔਰ ਨਾਲ ਹੀ ਵੇਖਦਾ ਵੀ ਇਸ ਵੇਲੇ ਹਰਪ੍ਰੀਤ ਪੋਂਦੂ ਪਰ ਨੰਬਰ ਕਹਿੰਦੇ ਧਾਵੀ ਦਾ ਮੇਰੀ ਵੀਡੀਓ ਨੰਬਰ ਧਾਵੀ ਦੇ ਖਾਤੇ ਅਗਲੀ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਲਓ ਸਰਦਾਰ ਕਸ਼ਮੀਰ ਸਿੰਘ ਦੀ ਪੱਪੂ ਪ੍ਰਧਾਨ ਦਾ ਸਪੁੱਤਰ ਕਬੱਡੀ ਮਾਰ ਰਿਹਾ ਹੈ ਔਰ ਚਾਰ ਜਾਫੀ ਉਧਰਲੇ ਪਾਸੇ ਕ੍ਰੀਹੇ ਦੀ ਟੀਮ ਦੇ ਖਿਡਾਰੀ ਪਰ ਦਲਜੀਤ ਰਾਜਰ ਪੁੱਠਾ ਕਰਕੇ ਸੁੱਟ ਕੇ ਆਇਆ ਹੈ ਜੋਤੀ ਨੂੰ ਪੁੱਠਾ ਕਰਕੇ ਸੁੱਟਿਆ ਹੈ ਤੇ ਇੱਕ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਲੈ ਵੀ ਹੈਲੋ ਪਾਲੀ ਵੱਲੋਂ 1000 ਰੁਪਇਆ ਗੱਗੀ ਦੇ ਲਾਇਆ ਜਿੰਨੇ ਸਟਾਪ ਲਾਊਗਾ 1000 ਰੁਪਇਆ ਦੇਣਾ
ਗੱਗੀ ਰੰਗ ਬਦਲ ਗਿਆ ਗੱਗੀ ਲਈ 100 ਪਾਲਾ ਤੇ ਪਾਲੀ ਦੀ ਪਾਲੀ 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 ਗੁਰਪਾਲ ਸਿੰਘ ਦੀ ਪਾਲੀ ਲਓ ਸਾਹਮਣੇ ਆ ਕੌਣ ਇਹ ਮੁੰਡਾ ਜਗਤਪੁਰੀ ਹੈ ਭੋਦੂ ਹੈ ਨਹੀਂ ਟਰਾਈ ਕਰ ਸਕਿਆ ਮੇਰੇ ਵੀਰੋ ਜੱਫਾ ਨਹੀਂ ਲੈ ਸਕਿਆ ਤੇ ਨੰਬਰ ਹੈਪੀ ਰੱਖਣਾ ਵਾਲਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਿੰਦੇ ਦੀ ਤੇ ਕਰਮਦੀਨ ਨੂੰ ਲਓ ਸਾਹਮਣੇ ਕਿੰਦਾ ਪੰਡ ਤੇ ਪੋਲੇ ਪੋਲੇ ਦੀ ਤਿੱਕੜੀ ਵੱਲੋਂ 100 ਰੁਪਇਆ ਜਿਹੜਾ ਭੋਂਡੀ ਲੈ ਦਿੱਤਾ ਗਿਆ ਲਓ ਸਾਹਮਣੇ ਪਿੰਦਾ ਕਬੱਡੀ ਪਾਉਣ ਲਈ ਤਿਆਰ ਦੇ ਮੁੰਡੇ ਚਾਰ ਨੇ ਚੜ੍ਹਦੀ ਫਰੇਸ ਦੇ ਚਾਰਾਂ ਦੇ ਵਿੱਚੋਂ ਕੌਣ ਡੱਕੂ ਗੱਲ ਸਮੇਂ ਦੀ ਕਿਸੇ ਨੇ ਸੁਪਨਾ ਵੀ ਨਹੀਂ ਲਿਆ ਹੋਣਾ ਕਬੱਡੀ ਕਰੋੜਾਂ ਵਿੱਚ ਪ੍ਰਵੇਸ਼ ਕਰ ਜੂ ਸਾਲਾਂ ਬਾਅਦ ਹੀ ਹੋਣਗੇ ਵਰਲਡ ਕੱਪ ਕਿਤੇ ਜਾਓ ਸਾਹਮਣੇ ਪਿੰਦਾ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਧਾ ਕਰਦਾ ਹੋਇਆ ਭਾਈ ਪਿਆਰ ਸਲੂਕ ਅਦਬ ਦੇ ਨਾਲ ਪਿੱਛੋਂ ਇੱਕ ਮੇਰੇ ਵੀ ਧਿਆਨ ਦੇਣ ਵੀ ਗਿੱਟਾ ਭਾਵੇਂ ਚੁੱਕ ਲਈਏ ਕਿਸੇ ਤੇ ਸੱਟ ਚੋਟ ਨਹੀਂ ਮਾਰਨੀ ਮੇਰੇ ਵੀ ਨੋਟ ਕਰ ਲੈਣ ਲਓ ਸਾਹਮਣੇ ਅਗਲੀ ਕਬੱਡੀ ਜੋਗੀ ਪਾਉਣ ਦੇ ਲਈ ਐਨ ਤਿਆਰ ਬਰ ਤਿਆਰ ਹੈ ਕਿਸੇ ਨੇ ਸੁਪਨਾ ਵੀ ਨਹੀਂ ਲਿਆ ਹੋਣਾ ਕਬੱਡੀ ਕਰੋੜਾਂ ਵਿੱਚ ਪ੍ਰਵੇਸ਼ ਕਰ ਲਓ ਸਾਲਾਂ ਬਾਅਦ ਹੀ ਹੋਣਗੇ ਵਰਲਡ ਕੱਪ ਇਹਦੇ ਸ਼ਿਰਕਤ ਕੱਪਾਂ ਦੇ ਵਿੱਚ ਦੇਸ਼ ਵਿਦੇਸ਼ ਕਰ ਜਾਓ ਇਹਨੂੰ ਖੇਡਣ ਲਈ ਲੋਕ ਵਿਦੇਸ਼ਾਂ ਤੋਂ ਆਉਣਗੇ ਗੋਰੇ ਲੋਕਾਂ ਦੇ ਮੁੱਖ ਦਾ ਭੇਸ ਬਣ ਜਾਓ ਹਜ਼ਾਰੇ ਮਨਜੀਤੀ ਲੋਕ ਦਿਨਾਂ ਵਿੱਚ ਵਸ ਕੇ ਕਬੱਡੀ ਦੁਨੀਆ ਉੱਪਰ ਵਿਸ਼ੇਸ਼ ਬਣ ਜਾਓ ਆਹ ਡੀਸੀ ਮੁੰਡਾ ਜੋਗੀ ਵੀ ਵਧੀਆ ਖੇਡਦਾ ਹੈ ਕਰਨ ਦੀ ਕਬੱਡੀ ਦੇ ਤੇਲੂ ਆਹ ਮਾਈ ਕਿਤੇ ਲਓ ਕਰਨ ਆ ਗਿਆ ਮੇਰੇ ਵੀਰੋ ਦਿਲੋਂ ਧੰਨਵਾਦ ਹੈ ਕਸ਼ਮੀਰ ਸਿੰਘ ਜੀ ਪੱਪੂ ਪ੍ਰਧਾਨ ਜੀ ਲਾਲੋ ਨਿਆਰੇ ਵਾਲਿਆਂ ਦਾ ਜਿਨ੍ਹਾਂ ਦੀ ਬਦੌਲਤਾਂ ਟੀਮਾਂ ਜਿਹੜੀਆਂ ਖੜੀਆਂ ਹੋ ਗਈਆਂ ਮੇਰੇ ਵੀਰੋ ਔਰ ਇਹਨਾਂ ਦੀ ਇੱਕ ਸੋਚ ਹੈ ਵੀ ਆਪਾਂ ਜ਼ਿਆਦਾਤਰ ਪਿੰਡ ਪੱਧਰ ਦੇ ਮੈਚ ਕਰਵਾਈਏ ਲਓ ਉਧਰਲੇ ਪਾਸੇ ਕਰਨ ਦੀ ਰੇਡ ਤੇ ਭੁੰਡੀ ਉਹ ਬਿੰਦਰ ਚਾਚਾ ਜੀ ਵੇਖੋ ਭੁੰਡੀ ਫੇਲ ਅੜ ਗਈ ਤਫੜ ਪਾ ਗਈ ਭੁੰਡੀ ਹੈਲੋ ਤਫੜ ਪਾ ਗਈ ਭੁੰਡੀ ਹਾਂਜੀ ਹੈਲੋ ਹੈਪੀ ਰੱਖਣਾ ਨੂੰ ਕਿੰਦਾ ਪੰਡਿਤ ਤੇ ਪੋਲੇ ਦੀ ਟਿੱਕੜੀ ਵੱਲੋਂ 200 ਰੁਪਇਆ ਸਪੈਸ਼ਲ ਦਿੱਤਾ ਗਿਆ ਪੋਲਾ ਟਿੱਕੜੀ ਤੇ ਕਿੰਦਾ ਭਾਜੀ ਟਿੱਕੜੀ ਕਿ ਚਿੱਕੜੀ ਕੀ ਕਹਿ ਸੀ ਚਲੋ ਕੋਈ ਗੱਲ ਨਹੀਂ ਬੜੇ ਨਾਮ ਮਕਬੂਲ ਜਿਹਾ ਹੁੰਦੇ ਆ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਕਬੱਡੀ ਹੈਪੀ ਨੌਜਨ ਮੇਰੇ ਵੀਰੇ ਰੱਖੜਾ ਵਾਲਾ ਪਾ ਰਿਹਾ ਹੈ ਤੇ ਸਾਹਮਣੇ ਵੀ ਰੱਖੜਾ ਵਾਲਾ ਜਿੰਦਰ ਵੀ ਖੜਾ ਵਿਚਕਾਰ ਜਗਤਪੁਰੀ ਆ ਭੋਦੂ ਤੇ ਕਹਿੰਦੇ ਜਫਾ 700 ਦਾ ਜਫਾ ਗੱਗੀ ਦਾ 700 ਦਾ ਮੇਰੇ ਵੀਰੋ 700 ਦਾ ਇੱਧਰ ਅੰਕਲ ਜੀ ਲਾ ਕੇ ਗਏ ਸੀ 700 ਨਹੀਂ 1000 ਤਾਂ ਉਧਰੋਂ ਆ ਗਿਆ 1000 ਰੁਪਇਆ ਸਾਡੇ ਸਰਦਾਰ ਦਿਲਾਵਰ ਸਿੰਘ ਜੀ ਹੈ ਵੱਡਾ ਧੰਨਵਾਦ ਪੂਰੇ ਸ਼ਗਨ ਦਾ ਹੋ ਗਿਆ 1100 ਦਾ ਤਾੜੀਆਂ ਜ਼ੋਰਦਾਰ ਲਾਓ ਮੁੰਡਾ ਇੱਧਰ ਗੱਲਾ ਤੇ ਭੁੰਡੀ ਗੱਲਾ ਤੇ ਭੁੰਡੀ ਮਨਜੀਤ ਸਿੰਘ ਦੱਸੋ ਮਨਜੀਤ ਸਿੰਘ ਦੱਸੋ ਕੀ ਵਕਤ ਪੈ ਗਿਆ ਪੁਆਇੰਟ ਕਿਹਦਾ ਹੈ ਪੁਆਇੰਟ ਕਿਹਦਾ ਜੀ ਜਾਫੀ ਦਾ ਤਾੜੀਆਂ ਜ਼ੋਰਦਾਰ ਮਾਰਦੇ ਦੋਨਾਂ ਟੀਮਾਂ ਦੇ ਲਈ ਲਾ ਪਾਸਾ ਬਦਲਦਾ ਲੱਗਦਾ ਗੱਗੀ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਦੁਨੀਆ ਦੇ ਟਾਪਰ ਜਾਫੀ ਹੈ ਦੂਸਰੇ ਪਾਸੇ ਨਵੇਂ ਨਕੋਰ ਹੈ ਇੱਕ ਪਾਸੇ ਅੰਤਰਰਾਸ਼ਟਰੀ ਖਿਡਾਰੀ ਹੈ ਪਰ ਜੋਗੀ ਕਹਿੰਦੇ ਦੁਨੀਆ ਨੂੰ ਵਕਤ ਪਾਉਣ ਵਾਲਾ ਖਿਡਾਰੀ ਇਹ ਤੇ ਗੱਲ ਉਹ ਬਣ ਗਈ ਕਿ ਕਬੱਡੀਆਂ ਭਾਵੇਂ ਲੱਖ ਪੈਂਦੀਆਂ ਗੱਲ ਜਫਿਆਂ ਤੇ ਆ ਕੇ ਮੁੱਕਣੀ ਕਬੱਡੀਆਂ ਭਾਵੇਂ ਲੱਖ ਪੈਂਦੀਆਂ ਜਿੱਧਰ ਵੱਧ ਜਫੇ ਉਧਰ ਹੀ ਫਿਰ ਮੈਚ ਢੁੱਕੂਗਾ ਔਰ ਪਾਲੀ ਕਰੀ ਦੇ ਡੀਸੀ ਜਫਾ ਭਰੂ ਲਓ ਸਾਹਮਣੇ ਫਿਰ ਰਸੂਲਪੁਰੀ ਆ ਗੱਗੀ ਫਿਰ ਟਰਾਈ ਕਰਦਾ ਪਰ ਜੋਗੀ ਇੱਕ ਪੁਆਇੰਟ ਹੋਰ ਬਾਬਾ ਪ੍ਰੇਮਦਾਸ ਕਬੱਡੀ ਕਲੱਬ ਕਰੀਹੇ ਦੀ ਟੀਮ ਦੇ ਖਾਤੇ ਪਾਉਣ ਦਾ ਵਾਅਦਾ ਕਰ ਗਿਆ ਬਲਜੀਤ ਆ ਗਿਆ ਪਰਲੀ ਕਰੀ ਤੇ ਭੋਂਡੀ ਫਿਰ ਤਿਆਰ ਔਰ ਨਾਲ ਵੇਖਾਂਗੇ ਵੀ ਡਬਰੂ ਔਰ ਬਦਲੀ ਕਰੀ ਤੇ ਮੈਂ ਵੇਖਦਾ ਵੀ ਜੋਤੀ ਹਜੇ ਟੱਚ ਨਹੀਂ ਹੋਇਆ ਕਿ ਹਜੇ ਤੇ ਯਾਰ ਮੈਦਾਨ 'ਚ ਕੁਝ ਵੀ ਹੋ ਸਕਦਾ ਹਜੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹਜੇ ਤੇ ਯਾਰ ਮੈਦਾਨ ਦੇ ਵਿੱਚ ਹੈ ਮੇਰੇ ਵੀਰੋ
ਕੁਝ ਵੀ ਹੋ ਸਕਦਾ ਹੈ। ਅਗਲੀ ਕਬੱਡੀ ਪਾਉਣ ਦੇ ਲਈ ਹੈਪੀ ਤੇ ਕਰਮਵੀਰ ਲਓ ਹੈਪੀ ਰਕੜਾ ਟਾਹਾਂ ਵਾਲਾ ਕਬੱਡੀ ਪਾਉਣ ਲਈ ਤਿਆਰ ਹੈ। ਐਨ ਚੋਟੀ ਦਾ ਮੈਚ ਹੈ। ਹਾਂਜੀ ਹੈਲੋ 200 ਰੁਪਇਆ ਕਿੰਦਾ ਪੋਲਾ ਤੇ ਪੰਡਿਤ ਵੱਲੋਂ ਗੱਗੀ ਲਿਆ। ਹੁਣ ਤਿਕੜੀ ਚੱਕੀ ਗਈ ਕਿੰਦਾ ਪੋਲਾ ਤੇ ਪੰਡਿਤ ਵੱਲੋਂ। ਵਾਹ ਸਾਹਮਣੇ ਇਧਰਲੇ ਪਾਸੇ ਜਿੰਦਰ ਹੈ, ਨਗਰ ਨੇ ਨਗਰ ਨੂੰ ਢਾ ਲਿਆ। ਘਰ ਤਾੜੀਆਂ ਮਾਰ ਦਿਓ, ਘਰ ਦਾ ਬੇਨਤੀ ਲੰਘਾ ਢਾਵੇ। ਘਰ ਦਾ ਦੋਨੋਂ ਇੱਕੋ ਗਰਾਊਂਡ ਚ ਮਿਹਨਤ ਕਰਦੇ, ਅੱਜ ਵੱਖਰ ਵੱਖਰੀ ਟੀਮਾਂ ਲਈ ਖੇਡਦੇ ਆ। ਲਓ ਚਿੰਦਰ ਰੱਖਣਾ ਟਾਹਾਂ ਵਾਲਾ ਇੱਕ ਤਕੜੀ ਪਾਣ ਦਾ ਵਾਧਾ ਰਸੂਲਪੁਰ ਦੀ ਟੀਮ ਲਈ ਕਰਦਾ ਹੋਇਆ। ਸਾਹਮਣੇ ਪਿੰਦੇ ਦੀ ਰੇਡ ਪੈ ਰਹੀ ਹੈ ਤੇ ਗੱਲ ਕਰਮਦੀਨ ਕਰੂਗਾ। ਲਓ ਪਿੰਦਾ ਕਹਿੰਦੇ ਕਬੱਡੀ ਪਾਉਂਦਾ ਖਿਲਾਰ ਕੇ ਬਾਹਾਂ, ਮੁੰਡੇ ਚਾਰ ਨੇ ਮਾਰਦ ਹਾਸਲ ਹੈ ਕਈਆਂ ਨੂੰ ਕੈਂਚੀਆਂ ਦੀ। ਕੋਈ ਫੜਨਾ ਗੁੜ ਤੋਂ ਛੱਡਦਾ ਹੈ, ਕੋਈ ਦਾ ਪਹਿਲਵਾਨੀ ਮਾਰ ਜਾਂਦਾ, ਕੋਈ ਸੂਰਮਾ ਖੁੱਚ ਨੂੰ ਕੱਢਦਾ ਹੈ, ਕੋਈ ਪਾਉਂਦਾ ਨਾਗ ਬਲ ਲੱਗ ਤਾਈ, ਕੋਈ ਧੌਲ ਮਾਰ ਧਰਤ ਵਿੱਚ ਕੱਢਦਾ ਹੈ, ਉਂਗਲ ਖੜੀ ਕਰੇ ਕੋਈ ਮਾਰ ਥਾਪੀ, ਕੋਈ ਵਾਂਗ ਰੇਲ ਗੱਡੀ ਦੇ ਭੱਜਦਾ ਏ। ਰਾਜਲ ਹੇੜੀ ਕਬੱਡੀ ਦੀ ਖੇਡ ਅੰਦਰ ਦਾ ਹਰੇਕ ਮਾਰੇ ਜਿਹੜਾ ਵੱਜਦਾ ਏ। ਲਾ ਜੋਗੀ ਆਉਂਦਾ ਹੈ, ਮੁੰਡੇ ਨੇ ਮੁੜਕਾ ਪੂੰਜਿਆ, ਲਿਸ਼ ਲਿਸ਼ ਕਰਦੇ ਆ ਜਵਾਨੇ। ਐਨ ਕਹਿੰਦੇ ਪੂਰੇ ਜ਼ੋਰ ਦੀ ਖੇਡ ਹੈ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ, ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ, ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ, ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ, ਤਾਰੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ, ਬਿਨਾਂ ਮਲਾਹ ਦੇ ਨਹੀਂ ਪਾਰ ਜਾ ਸਕਦਾ। ਪਿਆਰਾ ਸਿੰਘਾ ਸ਼ੇਰ ਮਰ ਜੂ ਭੁੱਖ ਦੁੱਖੋਂ, ਪਰ ਮਰਦਾ ਮਰਦਾ ਕਦੇ ਘਾਹ ਨਹੀਂ ਖਾ ਸਕਦਾ, ਮੁੰਡਿਆ ਜੀਦਾਰੀ ਛੱਡ ਗਿਆ। ਹੈਲੋ 100 ਰੁਪਇਆ ਕੁਲਦੀਪ ਸਿੰਘ ਵੱਲੋਂ, ਕੁਲਦੀਪ ਸਿੰਘ ਅਡਵਾਲ ਵੱਲੋਂ 100 ਰੁਪਇਆ ਪਿੰਦੇ ਲਈ, ਦਲਜੀਤ ਸਿੰਘ ਵੱਲੋਂ 100 ਰੁਪਇਆ ਪਿੰਦੇ ਲਈ, ਸਰਦਾਰ ਦਲਜੀਤ ਸਿੰਘ ਜੀ ਜਿਨ੍ਹਾਂ ਦੇ ਵੱਲੋਂ 100 ਰੁਪਇਆ। ਆ ਸਾਡੇ ਅੱਜ ਦੇ ਜਿੰਦਰ ਲਈ ਵੱਡਾ ਮਾਣ ਪੁੱਜਿਆ ਹੋਇਆ, ਵੱਡਾ ਧੰਨਵਾਦ। ਲਾ ਉਧਰਲੇ ਪਾਸੇ ਦਲਜੀਤ ਦੀ ਕਬੱਡੀ, ਉਧਰ ਦਲਜੀਤ ਜੀ ਪੈਸੇ ਦਿੰਦੇ ਆ। ਆ ਮਾਂ ਖੇਡ ਕਬੱਡੀ ਦਾ ਹੀਰਾ ਭੂੰਡੀ, ਹੁਣ ਤਾਂ ਨਾਗ ਵਰਗਾ ਰੰਗ ਹੋ ਗਿਆ, ਭੂੰਡੀ ਤਾਂ ਗੱਲ ਛੋਟੀ ਜਿਹੀ ਆ, ਮੁੰਡਾ ਘੇਰਦਾ। ਵਾਹ ਓਏ ਵੱਡੀਏ ਤਕਦੀਰੇ ਬੀਜੀਆਂ ਭਿੰਡੀਆਂ, ਉੱਗ ਗਏ ਖੀਰੇ ਮਾਰੀ ਤਕਦੀਰੇ ਬੀਜੀਆਂ ਭਿੰਡੀਆਂ, ਉੱਗ ਗਏ ਖੀਰੇ। ਤੇ ਉਧਰ ਭੂੰਡੀ ਕਹਿੰਦੇ ਫਿਰ ਲੜ ਗਿਆ, ਇਧਰ ਕਹਿੰਦੇ ਵੀ ਗੁਰਪਾਲ ਸਿੰਘ ਦੀ ਪਾਲੀ, ਉਹਨਾਂ ਵੱਲੋਂ ਐਲਾਨ ਹੈ ਵੀ ਗੱਗੀ ਦਾ ਹਰੇਕ ਜਫਾ 1000 ਦਾ, ਤੇ ਸਾਹਮਣੇ ਹੈਪੀ ਰੇਡ ਪਾ ਰਿਹਾ, ਹੈਪੀ ਦੀ ਪੈਂਦੀ ਰੇਡ ਤੇ ਡੀਸੀ, ਆਓ ਡੀਸੀ ਡੀਸੀ ਡੀਸੀ, ਬੱਲੇ 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 ਲੱਗਿਆ ਜੇ। ਉਹ ਕੀ ਬਣ ਗਿਆ ਕਰਮਵੀਰ ਤੇਲੂ, ਇਹ ਮੁੰਡਾ ਐਵੇਂ ਨੀ 2011 ਚ ਇੰਗਲੈਂਡ ਖੇਡਿਆ। ਜਿੰਦਰ ਰੱਖਣਾ ਲਈ 500 ਰੁਪਇਆ ਬਿਲਹਾਰ ਸਿੰਘ ਵੱਲੋਂ ਆਇਆ ਤੇ ਦਲਾਵਰ ਸਿੰਘ ਅਟਵਾਲ ਵੱਲੋਂ 100 ਰੁਪਇਆ ਜਿੰਦਰ ਰੱਖਣਾ ਲਈ। ਆਓ ਗੱਗੀ ਦਾ ਅਗਲਾ ਜੱਫਾ 1200 ਦਾ ਹੋ ਮੇਰੇ ਵੀਰਿਓ, ਆਹ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ। ਲਓ ਪਿੰਦੇ ਵੀ ਰੇਡ ਤੇ ਕਹਿੰਦੇ ਕਰੀਹੇ ਵਾਲੇ ਭੂੰਡੀ ਨੇ ਕਹਿੰਦੇ ਆਹੋ ਪਿੰਦੇ ਆ। ਵਾਹਿਗੁਰੂ 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 ਮੇਰ ਕਰੇ ਪਿੰਦਿਆ ਮੁੰਡੇ ਦੇ ਸੱਟ ਫਿਰ ਨਾ ਲੱਗੀ, ਵਾਹਿਗੁਰੂ ਮੇਰ ਕਰੇ। ਗੋਪੀ ਦੇਖੀ ਮੁੰਡੇ ਦੇ ਸੱਟ ਲੱਗੇ, ਦਲਾਵਰ ਸਿੰਘ ਵੱਲੋਂ 100 ਰੁਪਇਆ ਡੀਸੀ ਲਈ, ਵਾਹਿਗੁਰੂ ਮੇਰ ਕਰੇ। ਸ਼ਾਮ ਦਾ ਟਾਈਮ ਹੈ, ਸੇਵਾ ਸਿੰਘ ਸਾਧੜਾ ਵੱਲੋਂ 100 ਰੁਪਇਆ ਡੀਸੀ ਨੂੰ, 100 ਰੁਪਇਆ ਗੱਗੀ ਲਈ। ਇੱਕ ਮਿੰਟ ਦਿਓ ਜੀ, ਸ਼ਾਮ ਦਾ ਟਾਈਮ ਆ, ਮਾਲਕ ਅੱਗੇ ਅਰਦਾਸ ਕਰੀਏ, ਚਾਰੇ ਵੇਲੇ ਇਕੱਠੇ ਹੋਣ ਲੱਗਿਆ, ਇੱਕ ਵਾਰੀ ਦਿਲੋਂ ਤਾੜੀਆਂ ਮਾਰੋ ਗਰਾਊਂਡ ਦੇ ਖਿਡਾਰੀ ਵੀਰਾਂ ਨੇ, ਮਾਲਕ ਮੁੰਡੇ ਨੂੰ ਠੀਕ ਕਰੇ। ਬਾਹਰ ਬੈਠੇ ਲਾਈਵ ਜਿਹੜੇ ਜੁੜੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਅਰਦਾਸ ਕਰੋ,
ਅਸੀਂ ਜਰਖੇਜ਼ ਮਿੱਟੀ ਦੇ ਪੰਜਾਬ ਦੇ ਕੋਨੇ ਕੋਨੇ ਤੋਂ ਜਿੰਨੇ ਵੀ ਖਿਡਾਰੀ ਪੁੱਜੇ ਆ ਆਪਾਂ ਧੰਨਵਾਦ ਕਰਦੇ ਇਹਨਾਂ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਾ ਜਿਨ੍ਹਾਂ ਦੇ ਵੱਲੋਂ ਵੱਡਾ ਉਪਰਾਲਾ ਅਸੀਂ ਸਤਿਕਾਰ ਕਰਦੇ ਇਹਨਾਂ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਾ ਵੱਡਾ ਨਾਮਣਾ ਦਿੱਤਾ ਭੁੰਡੀ ਦੇ ਹਲਕੀ ਜੀ ਸੱਟ ਲੱਗੀ ਹੈ ਮਾਲਕ ਅੱਗੇ ਅਰਦਾਸ ਕਰਦੇ ਵੀ ਕਿਸੇ ਖਿਡਾਰੀ ਦੇ ਸੱਟ ਚੋਟ ਨਾ ਲੱਗੇ ਦੁਆਵਾਂ ਨੇ ਅਰਦਾਸਾਂ ਨੇ ਜਿਸੇ ਤਰ੍ਹਾਂ ਇਹ ਹੱਸਦੇ ਘਰੋਂ ਆਇਆ ਇਸੇ ਤਰ੍ਹਾਂ ਹੱਸਦੇ ਘਰਾਂ ਨੂੰ ਜਾਣ ਦੁਆਵਾਂ ਕਰੀਏ ਮਾਲਕ ਅੱਗੇ ਵੀ ਬੱਚੇ ਬਿਲਕੁਲ ਠੀਕ ਠਾਕ ਰਹਿਣ ਕਿਉਂਕਿ ਇਹ ਮਾਮਾ ਦੀ ਵੱਡੀ ਦੇਣ ਹੈ ਜਿਨ੍ਹਾਂ ਦੇ ਉਪਰਾਲਾ ਸਦਕੇ ਉਦਮ ਸਦਕੇ ਇਹ ਵੱਡਾ ਨਾਮ ਨਾ ਦਿੱਤਾ ਜਾਂਦਾ ਹੈ ਕਿ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੋਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਹੈ ਤੇਰੀ ਨਾ ਹੈ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦਾ ਬਣ ਜਾਣਾ ਢੇਰੀ ਹਾਂਜੀ ਆਓ ਮਾਈਕ ਤੇ ਮਾਈਕ ਵੱਡ ਸਟੇਜ ਹੈਲੋ ਕਿੰਦਾ ਪੰਡਤ ਪੋਲਾ ਤੇ ਲਾਡੀ ਵੱਲੋਂ 500 ਰੁਪਈਆ ਡੀਸੀ ਲਈ ਬਈ ਮੈਚ ਪੂਰਾ ਵਧੀਆ ਖੇਡਿਆ ਜਾ ਰਿਹਾ ਸੀ ਦੋਨਾਂ ਟੀਮਾਂ ਦੇ ਦਰਮਿਆਨ ਜਦੋਂ ਕਿਸੇ ਖਿਡਾਰੀ ਦੇ ਸਰਦਾਰ ਹਰਿੰਦਰ ਸਿੰਘ ਜੀ ਵੀ ਆਏ ਆ ਹੌਸਲਾ ਦੇਣ ਦੇ ਲਈ ਗੱਗੀ ਦੇ ਫਾਦਰ ਸਾਹਿਬ ਤੈਨੂੰ ਠੀਕ ਆ ਮੁੰਡਾ ਠੀਕ ਆ ਸ਼ੁਕਰ ਆ ਮਾਲਕ ਦਾ ਡਰਾਮਾ ਨੇ ਇੱਕ ਵਾਰ ਤਾੜੀਆਂ ਮਾਰੋ ਖਿਡਾਰੀਆਂ ਲਈ ਆਪਾਂ ਗੇਮ ਦੇ ਨਾਲ ਜੁੜੀਏ ਵਰਤਮਾਨ ਦੇ ਨਾਲ ਜੁੜੀਏ ਨਗਰ ਨਿਵਾਸੀਆਂ ਤੇ ਹੋਰ ਦਰਸ਼ਕਾਂ ਵੱਲੋਂ ਖਿਡਾਰੀਆਂ ਦੀ ਬਹੁਤ ਸਾਰੀ ਹੌਸਲਾ ਅਫਜਾਈ ਕੀਤੀ ਜਾ ਰਹੀ ਆ ਕਾਲੀ ਤੇ ਵਿੱਚ ਕਿਸੇ ਦਾ ਵੀ ਨਾਂ ਸਾਤੋਂ ਬੋਲਣ ਤੋਂ ਰਹਿ ਸਕਦਾ ਅਸੀਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਕਈ ਵਾਰ ਇੱਦਾਂ ਹੋ ਜਾਂਦਾ ਵੀ ਕਿਸੇ ਦਾ ਨਾਂ ਬੋਲਣ ਤੋਂ ਰਹਿ ਜਾਂਦਾ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਵਾਹਿਗੁਰੂ ਮਿਹਰ ਕਰੇ ਮੇਰਾ ਸਾਈਂ ਮਿਹਰ ਕਰੇ ਕਿਸੇ ਖਿਡਾਰੀ ਦੇ ਸੱਟ ਨਾ ਵੱਜੇ ਕਿਉਂਕਿ ਖਿਡਾਰੀ ਬਣਨਾ ਬਹੁਤ ਜ਼ਿਆਦਾ ਔਖਾ ਮੇਰੀ ਵੀਰੋ ਤੁਹਾਡੀਆਂ ਦੁਆਵਾਂ ਨੇ ਮੁੰਡੇ ਨੂੰ ਦੁਬਾਰਾ ਤੰਦਰੁਸਤ ਕਰਤਾ ਕਿਉਂਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਕਬੱਡੀ ਨੂੰ ਅਗਲੀ ਕਬੱਡੀ ਪਾਉਣ ਦੇ ਲਈ ਮੈਂ ਫਿਰ ਖੇਡਾਂ ਵੀ ਖੇਡ ਮੈਦਾਨ ਦੇ ਵਿੱਚ ਜੋਗੀ ਆ ਗਿਆ ਕਰਮ ਦਿਨ ਜੋਗੀ ਕਬੱਡੀ ਪਾ ਰਿਹਾ ਲਾ ਸਾਹਮਣੇ ਜੋਗੀ ਕਬੱਡੀ ਪਾਉਂਦਾ ਮੁੰਡਾ ਮਾਂ ਖੇਡ ਕਬੱਡੀ ਦਾ ਹੀਰਾ ਨਾਮ ਦਾ ਜੋਗੀ ਹੈ ਪਰ ਅਣਮੁੱਲੇ ਹੀਰੇ ਨੇ ਸਾਹਮਣੇ ਚਾਰ ਸਟਾਰ ਨੇ ਚਾਰਾਂ ਦੇ ਵਿੱਚੋਂ ਕੌਣ ਡੱਕੂ ਗੱਗੀ 1200 ਦੀਂਦਾ ਹੈ 1200 ਦੀਂਦਾ ਹੈ ਮੁੰਡੇ ਨੇ ਇਕੱਠਾ ਕਰਕੇ ਰੱਖ ਦਿੱਤਾ ਹੈ ਦੱਸੋ ਕਿਹੜਾ ਕਿਹੜਾ ਦਾ ਬਾਕੀ ਰਹਿ ਗਿਆ ਵੀ ਗੱਗੀ ਲਈ ਤਾੜੀਆਂ ਮਾਰ ਦਿਓ ਗੁਰਪਾਲ ਸਿੰਘ ਜੀ ਪਾਲੀ 2 5 500 ਦੀ ਨੋਟ ਦਿੰਦੇ ਆ ਇੱਕ 100 ਰੁਪਏ ਸਰਦਾਰ ਦਿਲਾਵਰ ਸਿੰਘ ਜੀ ਤੇ 100 ਰੁਪਏ ਸਟੇਜ ਦੇ ਬਰਾਜਮਾਨ ਸ਼ਖਸੀਅਤਾਂ ਦੇ ਵੱਲੋਂ ਹੋਊ ਲਓ ਸਾਹਮਣੇ ਅਗਲੀ ਕਬੱਡੀ ਕਰਨ ਦੀ ਹੈ ਮੁੰਡੇ ਸਾਹਮਣੇ ਦੇਖਦੇ ਚਾਰ ਭੁੰਡੀ ਜੋਤੀ ਭੁੰਡੀ ਦੇ ਸੱਟ ਲੱਗੀ ਮੁੰਡਾ ਫਿਰ ਹੌਸਲਾ ਉਹ ਮਾਰਿਆ ਬਜਾਜੀ ਦੇ ਥਾਨ ਵਾਂਗੂ ਚੱਕ ਕੇ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕੀਤਾ ਤਗੜੇ ਖਿਡਾਰੀ ਪੁੱਜਿਆ ਮੁੰਡਾ ਹਲਕੀ ਜੀ ਸੱਟ ਮਹਿਸੂਸ ਕਰਦਾ ਹੈ ਸੰਤੋਖ ਸਿੰਘ ਲੰਬੜਦਾਰ ਤੇ ਗੁਰਦਿਆਲ ਸਿੰਘ ਵੱਲੋਂ 100-100 ਰੁਪਇਆ ਗੱਗੀ ਲਈ 200 ਰੁਪਇਆ ਪਿੰਦੇ ਲਈ ਜੋਗਿੰਦਰ ਸਿੰਘ ਮਾਖਾ ਦੇ ਕੇ ਗਏ ਆ ਧੰਨਵਾਦ ਦਲਾਵਰ ਸਿੰਘ ਵੱਲੋਂ ਦਲਾਵਰ ਸਿੰਘ ਕਟਵਾੜ ਵੱਲੋਂ 100 ਰੁਪਇਆ ਗੱਗੀ ਲਈ ਆਇਆ ਸਰਦਾਰ ਜੋਗਿੰਦਰ ਸਿੰਘ ਜੀ ਮਾਖਾ ਉਹਨਾਂ ਵੱਲੋਂ 200 ਰੁਪਇਆ ਪਿੰਦੇ ਦੇ ਲਈ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਬੱਡੀ ਹੈਪੀ ਦੀ ਹੈਪੀ ਤੇ ਜਿੰਦਰ ਜਿੰਦਰ ਤੇ ਹੈਪੀ ਵੇਖੋ ਸਾਹਮਣੇ ਟੱਕਰ ਸੱਜੇ ਖੱਬੇ ਬੱਲੇ ਬੱਲੇ
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਸਵਾਦ ਕਬੱਡੀ ਦਾ, ਸਵਾਦ ਕਬੱਡੀ ਦਾ ਮੇਰੀ ਵੀਰਿਓ, ਸਵਾਦ ਕਬੱਡੀ ਦਾ। ਜਿਹਨੂੰ ਇਹ ਜੱਬਾ ਵਧੀਆ ਲੱਗਾ ਤਾੜੀਆਂ ਜ਼ੋਰਦਾਰ ਮਾਰ ਦਿਓ। ਕਰਮਵੀਰ ਲੋਕੀ ਕਹਿੰਦੇ ਹੋਣਗੇ ਮੁੰਡੇ ਕੋ ਪਿੰਡ ਦੇ ਹੈ, ਪਰ ਇਹਨਾਂ ਨੇ ਸਾਬਤ ਕਰਤਾ ਵੀ ਆਪਾਂ ਕਬੱਡੀ ਸਾਫ ਸੁਥਰੀ ਖੇਡਦੇ ਹਾਂ। ਹਾਂਜੀ ਜਿੰਦਰ ਦੇ ਪੈਸੇ ਜੀ ਦੁਆਰੀ ਰਿਪੀਟ ਕਰਦੀ ਆਪਾਂ ਸਟੇਜ ਤੋਂ ਲਾਓ ਸਾਹਮਣੇ ਸਾਹਮਣੇ ਪਿੰਡਾ ਪਿੰਡਾ ਤੇ ਢੋਡੀ, ਪਰ ਪਿੰਡਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਖਾਤੇ। ਜੋਗੀ ਦੀ ਰੇਡ ਪੈਣ ਜਾ ਰਹੀ ਹੈ ਔਰ ਵੇਖਾਂਗੇ ਵੀ ਸਾਹਮਣੇ ਹਰਪ੍ਰੀਤ ਭੋਂਦੂ ਵੀ ਆ ਗਿਆ ਹੈ, ਨਾਲ ਕਹਿੰਦੇ ਪਰਮਿੰਦਰ ਹਜ਼ਾਰੇ ਵਾਲਾ ਵੀ ਵਿਚਕਾਰ ਆ ਗਿਆ ਤੇ ਗੱਗੀ ਤੇ ਡੀਸੀ ਚਾਰ ਤਿਆਰ, ਚਾਰਾਂ ਵਿੱਚੋਂ ਕੌਣ ਹੁਣ ਜੋਗੀ ਨੂੰ ਜਸਾ ਲਾਵੇਗਾ। ਪੈਂਦੀ ਹੋਈ ਰੇਡ, ਮਾਲਕ ਮੇਰ ਕਰੇ ਹਲਕੀ ਜੀ ਸੱਟ ਤੋਂ ਬਚਾ ਹੋ ਗਿਆ। ਪੁਆਇੰਟ ਕਿੱਧਰ ਹੈ ਮੁੰਡੇ ਦੇ ਸੱਟ ਔਰ ਸਰਪੰਚ ਵੱਲੋਂ 100 ਰੁਪਇਆ ਸਟਾਪਰ ਲੈ ਆਇਆ, ਧੰਨਵਾਦ ਉਹਨਾਂ ਦਾ। ਬਈ ਸ਼ਾਮ ਦਾ ਟਾਈਮ ਹੈ, ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਵੱਡਾ ਕਬੱਡੀ ਕੱਪ ਹੈ। ਬਈ ਦਿਲੋਂ ਤਾੜੀਆਂ ਮਾਰੋ ਜੇ ਮੈਚ ਦਾ ਆਨੰਦ ਆਇਆ, ਮੁੰਡਿਆਂ ਦੇ ਸੱਟ ਲੱਗੀ, ਪਰ ਫਿਰ ਵੀ ਦੁਆ ਜ਼ਰੂਰ ਕਰੀਏ ਇਹਨਾਂ ਲਈ, ਕਿਉਂਕਿ ਦਵਾ ਤੇ ਦਵਾ ਦੁਆ ਦੇ ਵਿੱਚ ਬੜਾ ਫਰਕ ਹੈ। ਜੋਗੀ ਦੇ ਹਲਕੀ ਜੀ ਸੱਟ ਲੱਗੀ ਹੈ, ਮਾਲਕ ਅੱਗੇ ਮਿਹਰ ਕਰੀਏ ਬਈ ਇਸ ਤਰ੍ਹਾਂ ਜਿਹੜੇ ਚੋਟੀ ਦੇ ਖਿਡਾਰੀ ਹੈ ਕਿਸੇ ਦੇ ਸੱਟ ਚੁੱਟ ਨਾ ਲੱਗੇ, ਚਾਹੇ ਛੋਟਾ ਚਾਹੇ ਵੱਡਾ, ਖਿਡਾਰੀ ਬਣਾਉਣ ਦੇ ਲਈ ਵੱਡੀ ਮਿਹਨਤ ਹੈ। ਦਿਲੋਂ ਦੁਨੀਆਂ ਦੇ ਨਾਮਣੇ ਵਿੱਚ ਆਉਣਾ ਹੈ, ਵੱਡੀ ਮਿਹਨਤ ਕਰਨੀ ਪੈਂਦੀ ਹੈ, ਸਵੇਰੇ ਉੱਠਣਾ ਪੈਂਦਾ, ਕੋਚਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ, ਮਾਂ ਬਾਪ ਦਾ ਕਹਿਣਾ ਮੰਨਣਾ ਪੈਂਦਾ, ਫਿਰ ਜਾ ਕੇ ਵੱਡੇ ਸਰਨਾਮੇ ਬਣਦੇ ਆ। ਗੋਪੀ ਨੂੰ ਪੁੱਛ ਕੇ ਦੇਖੋ ਕਿ ਜ਼ਿੰਦਗੀ ਕਿੱਦਾਂ, 6-7 ਮਹੀਨੇ 2 ਸਾਲ ਲੇਟ ਹੋ ਗਿਆ। ਗੋਪੀ ਦੁਨੀਆਂ ਦਾ ਮਹਾਨ ਖਿਡਾਰੀ ਹੈ, ਦੁਆਰੀ ਫਿਰ ਤਿਆਰੀ ਕਰਦਾ, ਪਰ ਉਹ ਮਜ਼ਾਰੇ ਵਾਲਾ ਥੋੜੇ ਦਿਨਾਂ ਤੋਂ ਬਾਅਦ ਫਿਰ ਗਰਾਊਂਡਾਂ ਦੇ ਵਿੱਚ ਜੁੜੂ। ਹੈਲੋ ਜਿੰਦਰ ਰੱਖਣਾ ਲਈ 500 ਰੁਪਇਆ ਪਾਲੀ ਵੱਲੋਂ ਆਇਆ, ਇੰਗਲੈਂਡ ਤੋਂ ਗੁਰਪਾਲ ਸਿੰਘ ਪਾਲੀ ਵੱਲੋਂ ਜਿੰਦਰ ਰੱਖਣਾ ਲਈ 500 ਰੁਪਇਆ। ਗੁਰਪਾਲ ਸਿੰਘ ਜੀ ਪਾਲੀ ਯੂਕੇ ਵਾਲੇ ਇੰਗਲੈਂਡ ਵਾਲੇ ਜਿਹੜੇ ਵੱਡੇ ਮਾਏ ਦੇ ਗੱਫੇ ਪੁੱਛਦੇ ਕਰਦੇ ਨਾ, ਖਿਡਾਰੀ ਵੀਰਾਂ ਦਾ ਵੱਡਾ ਹੌਸਲਾ ਦਿੰਦੇ ਆ। ਅਗਲੀ ਕਬੱਡੀ ਕੌਣ ਪਾ ਰਿਹਾ ਮੁੰਡਾ ਸਾਹਮਣੇ, ਦਲਜੀਤ ਵਧਿਆ ਲਾ ਕਸ਼ਮੀਰ ਸਿੰਘ ਜੀ ਪੱਪੂ ਪ੍ਰਧਾਨ ਦਾ ਸਪੁੱਤਰ ਕਬੱਡੀ ਪਾਉਂਦਾ ਹੈ, ਕਿਹਦੀ ਰੇਡ ਚੰਗੀ, ਕਿਹਦੀ ਜਾਫ ਚੰਗੀ ਪਤਾ ਲੱਗਦਾ ਗਰਾਊਂਡ ਦੇ ਵਿੱਚ ਆ ਕੇ। ਮਿਹਨਤ ਨਾਲ ਹੈ ਸਰੀਰ ਫੁਲਾਦ ਬਣਦਾ, ਮਿਹਨਤ ਲੱਗਦੀ ਚੰਗੀ ਖੁਰਾਕ ਖਾ ਕੇ, ਕੋਚ ਦੇ ਲੜ ਲੱਗ ਕੇ ਸਿੱਖ ਲਏ ਤਾਜ ਹੀ ਨੇ। ਰੇਡਰ ਦੀ ਹਿੱਕ ਉੱਤੇ ਬਹਿੰਦਾ ਉਹ ਢਾ ਕੇ, ਸਿੰਘ ਫਸਣੇ ਕੁੰਡੀਆਂ ਦੇ, ਮਿੱਤਰਾ ਬਹਿ ਜਾ ਗੋਡੀ ਲਾ ਕੇ, ਤਗੜਾ ਅੰਕ ਜੋੜਿਆ। ਜੋਗੀ ਦੇ ਸੱਟ ਲੱਗੀ, ਦੁਆਰੀ ਫਿਰ ਕਬੱਡੀ ਪਾਉਣ ਆਇਆ, ਤਾੜੀਆਂ ਜ਼ੋਰਦਾਰ ਮਾਰਦੇ। ਉਧਰ ਕਹਿੰਦੇ ਜਫਾ ਲਾ ਗਿਆ ਜੋਤੀ ਤੇ ਜੋਗੀ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ। ਬਜ਼ੁਰਗ ਵੀ ਬੈਠੇ ਆਪਣੇ ਜਵਾਨੀ ਦੇ ਦਿਨ ਯਾਦ ਕਰਦੇ ਆ ਕਿ ਜਦੋਂ ਦੀ ਜਵਾਨੀ ਹੈ ਤੂੰ ਸਾਡੇ ਉੱਤੇ ਆਈ ਸੀ, ਭੱਜੀ ਜਾਂਦੀ ਕਾਂਡੋ ਕਿੱਕਰ ਉੱਤੋਂ ਲਾਈ ਸੀ, ਹੁਣ ਨਹੀਂ ਉਹ ਲਾਇਆ ਜਾਂਦਾ ਟੀਸੀ ਵਾਲਾ ਬੋਰ ਦੀ ਜਵਾਨੀ ਹੈ। ਇੱਕ ਵਾਰੀ ਆ ਜਾ ਨਹੀਂ ਤੂੰ ਫੇਰ ਨਹੀਂ ਜਵਾਨੀ ਹੈ, ਇੱਕ ਵਾਰੀ ਆ ਜਾ ਨਹੀਂ ਤੂੰ ਫੇਰ ਨਹੀਂ ਜਵਾਨੀ ਹੈ। ਗੱਲ ਸਮੇਂ ਦੀ ਹੈ, ਹਰ ਇੱਕ ਚੀਜ਼ ਦਾ ਟਾਈਮ ਹੈ। ਲਾ ਪਿੰਦਾ ਕਬੱਡੀ ਪਾਉਣ ਲਈ ਵਧਿਆ ਭੁੰਡੀ, ਜਫਾ ਲਾ ਭਾਵੇਂ ਤੇਰੇ ਸੱਟ ਲੱਗੀ ਆ, ਮੁੰਡਾ ਹੌਸਲੇ ਨਾਲ ਖੇਡਦਾ ਹੈ, ਮੁੰਡਾ ਠਰਮੇ ਨਾਲ ਖੇਡਦਾ ਹੈ, ਮੁੰਡਾ ਜੀਤਦਾਰੀ ਨਾਲ ਖੇਡਦਾ ਹੈ, ਉਹ ਗੱਲ ਵੱਖਰੀ ਹੈ, ਮੁੰਡੇ ਦਾ ਪੂਰਾ ਸੰਘਰਸ਼ ਹੈ। ਤਾਂ ਇੱਧਰਲੇ ਪਾਸੇ ਜੋਤੀ ਨਾਲ ਕਾ ਜਾ ਟੱਚ, ਕਾਲਿਆ ਮੁੰਡਾ ਦਿਮਾਗ ਨਾਲ ਖੇਡਦਾ ਹੈ, ਮੁੰਡਾ ਦਿਮਾਗ ਨਾਲ ਖੇਡਦਾ ਹੈ, ਜ਼ੋਰ ਤੋਂ ਵੱਧ ਦਿਮਾਗ ਲੜਾਉਂਦਾ ਹੈ। ਅਗਲੀ ਕਬੱਡੀ ਹੈਪੀ ਸੌਰੀ ਜੋਗੀ ਦੀ, ਲਾ ਜੋਗੀ ਨੂੰ ਕੌਣ ਕੌਣ ਡੱਕੂ ਗੱਲ ਸਮੇਂ ਦੀ। ਡੀਸੀ ਕੁਝ ਕਰਨਾ ਪੈਣਾ,
ਪੁੰਦੂ ਅਜੇ ਤੱਕ ਕੋਈ ਜੱਫਾ ਨਹੀਂ ਲਾਇਆ ਇਸ ਮੈਚ ਦੇ ਵਿੱਚ, ਹੁਣ ਤੇਰਾ ਯਤਨ ਲੱਗਦਾ ਬਣੂ। ਉਧਰਲੇ ਪਾਸੇ ਜੋਗੀ ਨੇ ਤਾਰੇ ਦਿਖਾਲ ਕੇ ਰੱਖਤੇ। ਭਾਜੀ ਪਿਆਰ ਸਲੂਕ ਅਦਬ ਦੇ ਨਾਲ, ਪਿਆਰ ਦੇ ਤਿੰਨ ਸ਼ਬਦ ਹੈ ਜੇ ਤੇਲੂ ਵਰਤ ਲਈਏ ਨਾ ਜ਼ਿੰਦਗੀ ਅਨਮੋਲ ਜੀ ਹੋ ਜਾਂਦੀ, ਛੇਤੀ ਲੰਘ ਜਾਂਦੀ ਹੈ। ਗੁੱਸੇ ਦੇ ਦੋ ਅੱਖਰ ਹੈ, ਵਕਤ ਪਾ ਦਿੰਦੇ ਸਾਰੀ ਜ਼ਿੰਦਗੀ ਦੇ ਵਿੱਚ। ਲਾ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫਿਰ ਵਧਿਆ ਪਿੰਦਾ ਪਿੰਦਿਆ, ਦੋ ਅੱਖਰਾਂ ਦਾ ਨਾਮ ਤੇਰਾ, ਤਿੰਨ ਅੱਖਰਾਂ ਦੀ ਕਬੱਡੀ ਦੇ ਪੁਆਇੰਟ ਆਪਣੀ ਟੀਮ ਦੇ ਲਈ। ਬਈ ਸ਼ਾਮ ਸੰਧੂਰੀ ਹੋ ਗਈ ਹੈ, ਕੁਝ ਕੁ ਪਲ ਬਾਕੀ ਹੈ, ਕਾਲੇ ਕਿੰਨਾ ਕੁ ਟਾਈਮ ਰਹਿੰਦਾ ਦੱਸਿਓ ਤਾਂ। ਥੋੜਾ ਜਿਹਾ 62 ਤੋਂ ਵੱਜ ਕੇ ਮੈਂ ਦੇਖਦਾ ਵੀ ਲਾਈਟਾਂ ਦਾ ਪ੍ਰਬੰਧ ਨਹੀਂ, ਸੋ ਉਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਆਪ ਹੀ ਦੇਖ ਲਿਓ। ਲਓ ਸਾਹਮਣੇ ਉਹ ਗੱਗੀ ਦਾ ਜੱਫਾ ਲੱਗਣ ਜਾ ਰਿਹਾ ਹੈ, ਪਰ ਕਹਿੰਦੇ ਰੂਬੀ ਫਤਿਹਪੁਰੀ ਹੈ, ਇੱਕ ਪੁਆਇੰਟ ਹੋਰ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੈ। ਅਗਲੀ ਕਬੱਡੀ ਕਰਨ ਦੀ, ਲਓ ਕਰਨ ਆ ਗਿਆ ਰੇਡ ਪਾਉਣ ਦੀ ਖੇਡ ਮੈਦਾਨ ਦੇ ਵਿੱਚ। ਮਨਜੀਤ ਸਿੰਘ ਫੋਟੀ ਸਾਹਿਬ ਤੜਕੇ ਉੱਠ ਕੇ ਛੱਡਿਆ ਜਿਹਨਾਂ ਨੇਗਰ ਜਾਈਆਂ ਦਾ, ਉਹ ਸੁਖੀ ਕਕਰ ਵਾਲੇ ਵੇਖ ਅੱਜ ਬੁੱਲ ਪੈਂਦਾ, ਮਿਹਨਤ ਦਾ ਲਾਈਆਂ ਦਾ ਕਿ ਤੜਕੇ ਉੱਠ ਕੇ ਛੱਡਿਆ ਜਿਹਨਾਂ ਨੇਗਰ ਜਾਈਆਂ ਦਾ, ਆਹ ਸੁਖੀ ਕਕਰ ਵਾਲੇ ਵੇਖ ਅੱਜ ਬੁੱਲ ਪੈਂਦਾ, ਮਿਹਨਤ ਦਾ ਲਾਈਆਂ ਦਾ। ਲਓ ਕਹਿੰਦੇ ਕਰਨ ਨੰਬਰ ਜੋੜ ਗਿਆ ਮੇਰੇ ਵੀਰੇ, ਅਗਲੀ ਕਬੱਡੀ ਪਾਉਣ ਦੇ ਲਈ ਰੂਬੀ ਫਤਿਹਪੁਰੀ ਆ। ਲਓ ਫੇਰ ਆ ਗਿਆ ਖੇਲੂ ਮੈਦਾਨ ਦੇ ਵਿੱਚ, ਇੱਕ ਕਬੱਡੀ ਇਹ ਤੇ ਇੱਕ ਹੋਰ, ਦੋ ਕਬੱਡੀਆਂ ਰਹਿ ਗਈਆਂ, ਇੱਕ ਉਹਨਾਂ ਦੀ ਇੱਕ ਇਹਨਾਂ ਦੀ। ਲਓ ਆ ਕਬੱਡੀ ਕਹਿੰਦੇ ਰੂਬੀ ਫਤਿਹਪੁਰੀ ਆ, ਮੁੰਡਾ ਪਾਉਂਦਾ ਤੇ ਸਾਹਮਣੇ ਜਿੰਦਰ ਤੇ ਨਾਲ ਨਾਲ ਡੀਸੀ ਪੌਂਦੂ ਗੱਗੀ। 1200 ਦੀ ਗੱਲ ਹੈ, ਮੁੰਡਾ ਡੀਸੀ ਹੈ, ਮੁੰਡਾ ਡੀਸੀ ਹੈ, ਰੱਦੀ ਅਖਬਾਰ। ਆਓ ਸਾਹਮਣੇ ਡੀਸੀ ਮੇਰੇ ਵੀਰੇ, ਕਿ ਜਿਹੜੇ ਪਾਣੀ ਅੱਜ ਲਾਉਂਦੇ ਲੋਕ ਤਾਰੀਆਂ, ਉਹ ਪਾਣੀ ਅਸੀਂ ਪੀਤੇ ਹੋਏ ਆ, ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ। ਦਿਲਾਵਰ ਸਿੰਘ ਜੀ ਸ੍ਰੀ ਅਕਾਲ। ਦਿਲਾਵਰ ਸਿੰਘ ਜੀ ਅਟਵਾਲ ਵੱਲੋਂ 200 ਰੁਪਿਆ, ਡੀਸੀ ਤੇਰੇ ਲਈ ਮਾਣ ਪੁੱਜਿਆ। ਅੱਜ ਦਾ ਜਿਹੜਾ ਟੂਰਨਾਮੈਂਟ ਰਸੂਲਪੁਰ ਦੇ 33 ਅੰਕ ਤੇ 26 ਅੰਕ ਕ੍ਰੀਹੇ ਦੀ 33 ਦੇ ਅੱਗੇ ਡੀਸੀ ਪੈਸੇ ਲੈ ਜੀ, ਬੇਨਤੀ ਆ ਕਿ ਇਨਾਮਾਂ ਦੀ ਵੰਡ ਕੀਤੀ ਜਾਣੀ ਆ, ਮਿਹਰਬਾਨੀ ਕਰਕੇ ਸਟੇਜ ਦੇ ਅਟਵਾਲ ਸਾਹਿਬ ਇੱਕ ਮਿੰਟ, ਅਟਵਾਲ ਸਾਹਿਬ ਜਿੱਤੀਆਂ ਟੀਮਾਂ ਦੇ ਦਰਸ਼ਕ ਇਨਾਮਾਂ ਦੀ ਵੰਡ ਦੇਖ ਕੇ ਜਾਣ। ਹਾਂਜੀ ਅਟਵਾਲ ਸਾਹਿਬ, ਸਕੋਰ ਤਾਂ ਦੱਸ ਦਈਏ ਦਰਸ਼ਕਾਂ ਨੂੰ। ਪੱਤਰਕਾਰ ਭਰਾ ਆਏ ਆ, ਅਟਵਾਲ ਸਾਹਿਬ ਸਕੋਰ ਦੱਸ ਦਈਏ ਦਰਸ਼ਕਾਂ ਨੂੰ ਕਿੰਨੇ ਕਿੰਨੇ ਨੇ। ਪੰਜਾਬੀ ਜਾਗਰਣ ਵੱਲੋਂ ਤਾਰੀ ਰਾਜ ਮਜਾਰੀ 26 ਪੁਆਇੰਟ ਰਹੇ ਕ੍ਰੀਏ ਦੇ ਤੇ 33 ਪੁਆਇੰਟ ਲੈ ਕੇ ਰਸੂਲਪੁਰ ਦੀ ਟੀਮ ਜਿਹੜੀ ਜੇਤੂ ਰਹੀ ਆ, 26 ਤੇ 33 ਪੁਆਇੰਟ ਰਸੂਲਪੁਰ ਦੇ। ਨੰਬਰਾਂ ਵਾਲੀ ਕਾਪੀ ਦੇ ਦਿਓ ਬਈ ਸਾਨੂੰ ਹੁਣ। ਹੈਲੋ ਪੱਤਰਕਾਰ ਭਰਾ ਰਾਜ ਮਜਾਰੀ ਤੇ ਤਾਰੀ ਆਪਣਾ ਜਿਹੜਾ ਉਹ ਸਨਮਾਨ ਇੱਥੋਂ ਲੈ ਲੈਣ। ਮਿਹਰਬਾਨੀ ਕਰਕੇ ਥੋੜ੍ਹਾ ਜਿਹਾ ਪਿੱਛੇ ਹਟ ਜਾਓ, ਇਨਾਮਾਂ ਦੀ ਵੰਡ ਹੋਣ ਲੱਗੀ ਆ।
ਇਨਾਮਾਂ ਦੀ ਵੰਡ ਕੀਤੀ ਜਾ ਰਹੀ ਹੈ। ਹੈਲੋ, ਰਸੂਲਪੁਰ ਦੀ ਟੀਮ ਜਿਹੜੀ ਜੇਤੂ ਰਹੀ ਆ ਆਲ ਓਪਨ ਵਿੱਚ, ਫਸਟ ਪ੍ਰਾਈਜ਼ ਜਿਹੜਾ ਰਸੂਲਪੁਰ ਦਾ ਆ ਉਹ ਆ ਕੇ ਆਪਣਾ ਇਨਾਮ ਸਟੇਜ ਤੋਂ ਪ੍ਰਾਪਤ ਕਰ ਲਵੇ। ਰਸੂਲਪੁਰ ਦੀ ਟੀਮ ਫਸਟ ਪ੍ਰਾਈਜ਼ ਆਪਣਾ ਪ੍ਰਾਈਜ਼ ਆ ਕੇ ਸਟੇਜ ਤੋਂ ਲੈ ਲੈਣ। ਹੈਲੋ ਹੈਲੋ, 65 ਕਿਲੋ ਦੀ ਟੀਮ ਆਪਣਾ ਜਿਹੜਾ ਇਨਾਮ ਪ੍ਰਾਪਤ ਕਰ ਲਵੇ। ਫਸਟ ਪ੍ਰਾਈਜ਼ ਰਸੂਲਪੁਰ, ਰਸੂਲਪੁਰ ਫਸਟ ਪ੍ਰਾਈਜ਼ 65 ਕਿਲੋ। ਹੈਲੋ ਹੈਲੋ, ਸੈਕਿੰਡ ਪ੍ਰਾਈਜ਼ ਮੂਸਾਪੁਰ, ਮੂਸਾਪੁਰ ਦੀ ਟੀਮ ਸੈਕਿੰਡ ਪ੍ਰਾਈਜ਼ ਮੂਸਾਪੁਰ ਦੀ ਟੀਮ 65 ਕਿਲੋ। ਬਹਿ ਜਾਓ ਵੀ, ਬਾਕੀ ਖਿਡਾਰੀ ਬਹਿ ਜਾਓ, ਦੋ ਖਿਡਾਰੀ ਆਪਣਾ ਸਨਮਾਨ ਲੈ ਲਓ। ਹੈਲੋ 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 ਹੈਲੋ, 35 ਕਿਲੋ ਰਸੂਲਪੁਰ ਜੇਤੂ ਟੀਮ ਫਸਟ ਪ੍ਰਾਈਜ਼ ਰਸੂਲਪੁਰ, ਰਸੂਲਪੁਰ ਦੇ ਖਿਡਾਰੀ ਫਸਟ ਪ੍ਰਾਈਜ਼ 35 ਕਿਲੋ ਆਪਣਾ ਇਨਾਮ ਲੈ ਲਓ। ਹੈਲੋ ਹੈਲੋ, 35 ਕਿਲੋ ਰਸੂਲਪੁਰ ਦੀ ਟੀਮ, ਰਸੂਲਪੁਰ ਦੀ ਟੀਮ 35 ਕਿਲੋ। ਫਸਟ ਪ੍ਰਾਈਜ਼ ਰਸੂਲਪੁਰ ਦੀ ਟੀਮ।
ਹੈਲੋ ਸੈਕੰਡ ਪ੍ਰਾਈਜ਼ ਲਾਲੋ ਮਜਾਰਾ, ਲਾਲੋ ਮਜਾਰਾ ਸੈਕੰਡ ਪ੍ਰਾਈਜ਼ 35 ਕਿਲੋ। ਲਾਲੋ ਮਜਾਰਾ ਲਾਲੋ ਮਜਾਰਾ ਸੈਕੰਡ 35 ਕਿਲੋ। ਹੈਲੋ ਆਲ ਓਪਨ ਫਸਟ ਪ੍ਰਾਈਜ਼ ਰਸੂਲਪੁਰ, ਰਸੂਲਪੁਰ ਫਸਟ ਪ੍ਰਾਈਜ਼ ਆਲ ਓਪਨ। ਆਲ ਓਪਨ ਫਸਟ ਪ੍ਰਾਈਜ਼ ਹੈਲੋ ਸੈਕੰਡ ਪ੍ਰਾਈਜ਼ ਕਰੀਹਾ, ਕਰੀਹੇ ਦੀ ਟੀਮ ਸੈਕੰਡ ਪ੍ਰਾਈਜ਼ ਆਲ ਓਪਨ। ਸੈਕੰਡ ਸੈਕੰਡ ਪ੍ਰਾਈਜ਼ ਕਰੀਹਾ, ਕਰੀਹਾ ਸੈਕੰਡ ਪ੍ਰਾਈਜ਼ ਆਲ ਓਪਨ। ਬੈਸਟ ਬੈਸਟ ਰੇਡਰ ਜਿੰਦਰ ਰੱਕੜ, ਬੈਸਟ ਸਟੋਪਰ, ਬੈਸਟ ਸਟੋਪਰ ਜਿੰਦਰ ਰੱਕੜ। 1100 ਰੁਪਏ ਇਹਨਾਂ ਦਾ ਸਨਮਾਨ ਇਹਨਾਂ ਨੂੰ ਦਿੱਤਾ ਜਾ ਰਿਹਾ। ਆਲ ਓਪਨ ਦੇ ਖਿਡਾਰੀ, ਆਲ ਓਪਨ ਦੇ ਰੇਡਰ ਪਿੰਦਾ, ਪਿੰਦਾ ਆਲ ਓਪਨ ਦੇ ਰੇਡਰ, ਇਹਨਾਂ ਨੂੰ ਬੈਸਟ ਰੇਡਰ ਦਾ ਜਿਹੜਾ ਉਹ ਪ੍ਰਾਈਜ਼ ਦਿੱਤਾ ਜਾ ਰਿਹਾ। ਹੈਲੋ ਗੋਪੀ ਭਰੋ ਮਜਾਰਾ, ਗੋਪੀ ਭਰੋ ਮਜਾਰਾ ਉਹਦਾ ਸਨਮਾਨ ਕੀਤਾ ਜਾਣਾ, ਉਹ ਆਪਣਾ ਸਟੇਜ ਤੋਂ ਸਨਮਾਨ ਲੈ ਲਵੇ। ਗੋਪੀ ਭਰੋ ਮਜਾਰਾ
ਇਹਦੇ ਨਾਲ ਹੀ ਜਿਹੜਾ ਪ੍ਰਾਈਜ਼ ਵੰਡ ਕਰਨੀ ਸੀ ਉਹਦੀ ਅਸੀਂ ਸਮਾਪਤੀ ਕਰਦੇ ਹਾਂ। ਬਾਹਰੋਂ ਆਏ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। 31 ਤਰੀਕ ਨੂੰ ਇਸੇ ਸੰਬੰਧ ਦੇ ਵਿੱਚ ਅੱਗੇ ਤੋਂ ਕੀ ਰੂਪ ਰੇਖਾ ਉਲੀਕਣੀ ਆ ਅਤੇ ਪਿਛਲਾ ਹਿਸਾਬ ਕਿਤਾਬ ਸਾਰਾ ਕਰਨਾ, ਇਸ ਟੂਰਨਾਮੈਂਟ ਦਾ ਸਾਰਾ ਹਿਸਾਬ ਕਿਤਾਬ ਦੱਸਿਆ ਜਾਣਾ। 31 ਤਰੀਕ ਨੂੰ ਕੋਆਪਰੇਟਿਵ ਸੁਸਾਇਟੀ ਦੇ ਵਿੱਚ 3 ਵਜੇ ਮੀਟਿੰਗ ਕੀਤੀ ਜਾਣੀ ਆ, ਉਹ ਸਾਰੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ। ਸਤਿ ਸ੍ਰੀ ਅਕਾਲ। 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 ਸਾਰਿਆਂ ਦਾ ਧੰਨਵਾਦ, ਸਾਰਿਆਂ ਦਾ, ਦਰਸ਼ਕਾਂ ਖਿਡਾਰੀਆਂ ਦਾ, ਬਾਹਰੋਂ ਆਇਆ ਦਵਾਂਤਿਆਂ ਦਾ ਬਹੁਤ ਬਹੁਤ ਧੰਨਵਾਦ।